ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਅਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾ ਦਾ ਸਵਾਗਤ ਕਰਦਾ। ਭਾਰਤੀ ਸਮਾਂ 7:34 ਹੋ ਚੁੱਕੇ ਨੇ ਅਤੇ ਅੱਜ 18 ਜੁਲਾਈ ਸਨ 2022 ਸੋਮਵਾਰ ਦੀ ਸ਼ਾਮ 3/99/54 ਆਪ ਸਭ ਸੱਜਣਾ ਦਾ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਅਤੇ ਸ਼ਾਮ ਨੂੰ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਅਤੇ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ ਅਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ ਟਿਵਾਣਾ ਰੇਡੀਓ .com ਦੇ ਜ਼ਰੀਏ ਸੁਣਦੇ ਹੋ ਅਤੇ ਆਪਣੀ ਵੈਬਸਾਈਟ ਟਿਵਾਣਾ ਰੇਡੀਓ .com ਤੇ ਭਾਰਤੀ ਸਮੇਂ ਮੁਤਾਬਕ ਸ਼ਾਮੀ 6 ਵਜੇ ਦੇ ਆਸ ਪਾਸ ਤੁਹਾਨੂੰ ਪੰਜਾਬੀ ਦੇ ਵਿੱਚ ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਨੇ। ਪੰਜਾਬੀ 'ਚ ਖ਼ਬਰਾਂ ਪੜ੍ਹ ਸਕਦੇ ਹੋ, ਨਾਲ ਨਾਲ ਆਪਣੀ ਵੈਬਸਾਈਟ ਟਿਵਾਣਾ ਰੇਡੀਓ .com ਤੇ ਤੁਸੀਂ ਰੇਡੀਓ ਵੀ ਸੁਣ ਸਕਦੇ ਹੋ। ਇਸ ਤੋਂ ਇਲਾਵਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ 6769309260 ਉਸ ਨੰਬਰ ਤੇ ਡਾਇਲ ਕਰਕੇ ਆਪਣੇ ਰੇਡੀਓ ਪ੍ਰੋਗਰਾਮਾਂ ਨੂੰ ਫੋਨ ਦੇ ਰਾਹੀਂ ਅਮਰੀਕਾ ਭਰ 'ਚ ਸੁਣ ਸਕਦੇ ਹੋ। ਇਸ ਪ੍ਰੋਗਰਾਮ ਦਾ ਫੇਸਬੁੱਕ ਤੇ ਯੂਟਿਊਬ ਦਾ ਲਿੰਕ ਵੀ ਤੁਹਾਨੂੰ ਉੱਥੇ ਮਿਲੇਗਾ। ਲਾਈਕ ਕਰੋ, ਬੈਲ ਆਈਕਨ ਦਬਾਓ। ਇਸ ਤੋਂ ਇਲਾਵਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਅਤੇ ਇਸ ਪ੍ਰੋਗਰਾਮ ਦਾ ਯੂਟਿਊਬ ਦਾ ਲਿੰਕ ਅਗਰ ਤੁਸੀਂ ਆਪਣੇ ਵਟਸਐਪ ਨੰਬਰ ਤੇ ਮੰਗਵਾਉਣਾ ਤਾਂ ਆਪਣੇ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਉਹ ਗਰੁੱਪ ਹੈ 9876306055 9876306055 ਆਪਣਾ ਵਟਸਐਪ ਗਰੁੱਪ ਨੰਬਰ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ ਵੀ ਇਸੇ ਨੰਬਰ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ। ਆਈਫੋਨ ਤੇ ਐਂਡਰਾਇਡ ਐਪਸ ਨੇ ਉਹ ਉੱਥੇ ਤੁਹਾਨੂੰ ਮਿਲਣਗੀਆਂ, ਇੰਸਟਾਲ ਕਰੋ। ਏਸੀ ਪ੍ਰੋਗਰਾਮਾਂ ਦੇ ਮੁਤਲਕ ਜ਼ਰੂਰੀ ਜਾਣਕਾਰੀਆਂ। ਵਿਧਾਨ ਸਭਾ ਦਾ ਪਾਰਲੀਮੈਂਟ ਦਾ ਮੌਨਸੂਨ ਰੁੱਤ ਦਾ ਸੈਸ਼ਨ ਚੱਲ ਰਿਹਾ। ਇਸ ਦੌਰਾਨ ਪਾਰਲੀਮੈਂਟ 'ਚ ਕੀ ਕੀ ਕੁਛ ਹੋਇਆ, ਪੰਜਾਬ ਦੇ ਵਿੱਚ ਆਲੇ ਦੁਆਲੇ ਕੀ ਕੁਛ ਵਾਪਰ ਰਿਹਾ, ਕੁਛ ਸਿਆਸਤ ਵਿਰਾਸਤ ਦੀ ਗੱਲ ਕਰਾਂਗੇ। ਨਵੇਂ ਮੈਂਬਰਾਂ ਨੇ ਸਹੁੰ ਚੁੱਕੀ ਹੈ ਅਤੇ ਅਕਾਲੀ ਦਲ ਦੇ MLA ਮਨਪ੍ਰੀਤ ਤਿਆਲੀ ਵੱਲੋਂ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਗਿਆ ਅਤੇ NDA ਉਮੀਦਵਾਰ ਨੂੰ ਅਕਾਲੀ ਦਲ ਵੱਲੋਂ ਹਮਾਇਤ ਦੇਣ ਦਾ ਵਿਰੋਧ ਉਹਨਾਂ ਵੱਲੋਂ ਕੀਤਾ ਗਿਆ ਅਤੇ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੀ ਕੁਛ ਵਾਪਰ ਰਿਹਾ, ਸਰਕਾਰ ਨੇ ਕੀ ਇੰਤਜ਼ਾਮਾਂ ਕੀਤੇ ਨੇ, ਉਸ ਦੇ ਦੌਰਾਨ ਜਿਹੜੀ ਗੱਲਬਾਤ ਕਰਾਂਗੇ ਅਤੇ ਨਾਲ ਨਾਲ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਮਾਜਿਕ ਮਾਹੌਲ ਤਣਾਅ ਵਾਲਾ ਹੈ। ਹਰ ਬੰਦਾ ਟੈਨਸ਼ਨ ਦੇ ਵਿੱਚ ਆਇਆ ਹੋਇਆ, ਨੈਗੇਟਿਵਿਟੀ ਵੱਧ ਰਹੀ ਹੈ। ਨੇਤਾਵਾਂ ਦੇ ਬਿਆਨ ਸੋਸ਼ਲ ਸਾਈਟਸ ਤੇ ਪੂਰੀ ਨੇਰਗਰਦੀ ਫੈਲਾ ਰਹੇ ਨੇ, ਯਾਨੀ ਕਿ ਇੱਕ ਦੂਸਰੇ ਦੇ ਖਿਲਾਫ ਕੂੜ ਪ੍ਰਚਾਰ, ਭਰਾ ਮਾਰੂ ਜੰਗ ਜਿਹੜੀ ਹੈ ਉਹ ਸੋਸ਼ਲ ਸਾਈਟਸ ਤੇ ਬਹੁਤ ਵਧੀ ਹੈ। ਅਫਵਾਹਾਂ ਨੇ ਹਮੇਸ਼ਾ ਬੇੜਾ ਗਰਕ ਕੀਤਾ, ਪਰ ਵਿਚਾਰਧਾਰਕ ਜਿੱਦਾਂ ਦੇ ਵਿੱਚ ਪੱਤਰਕਾਰ ਵੰਡੇ ਗਏ ਨੇ, ਮੀਡੀਆ ਵੰਡਿਆ ਗਿਆ, ਸਮਾਜ ਵੰਡੇ ਗਏ ਨੇ, ਸਿੱਖ ਵੰਡਿਆ ਗਿਆ, ਧਰਮ ਵੰਡੇ ਗਏ ਨੇ, ਸੋ ਇਸ ਨੂੰ ਲੈ ਕੇ ਜਿਹੜਾ ਕਾਰਪੋਰੇਟ ਹੈ ਉਹ ਆਪਣੀਆਂ ਚੰਮ ਦੀਆਂ ਚਲਾ ਰਿਹਾ, ਕੋਈ ਦੋਰਾਵਾਂ ਨਹੀਂ ਹੈ। ਅਤੇ ਅਸੀਂ ਫੇਸਬੁੱਕ ਤੇ ਇੱਕ ਦੂਸਰੇ ਨੂੰ ਗਾਲਾਂ ਕੱਢ ਕੇ ਆਪਣੀ ਆਪਣੀ ਹਉਮੈ ਨੂੰ ਪੱਠੇ ਪਾ ਕੇ ਇਹ ਸਾਰੇ ਕੰਮਾਂ 'ਚ ਲੱਗੇ ਹਾਂ। ਕੋਈ ਕਹਿੰਦਾ ਭਗਤ ਸਿੰਘ ਚੰਗਾ ਹੈ ਅਤੇ ਕੋਈ ਕਹਿੰਦਾ ਸਿਮਰਜੀਤ ਮਾਨ ਚੰਗਾ ਹੈ, ਪਰ ਇਸ ਦੌਰਾਨ ਤੁਹਾਡਾ ਚੰਗਾ ਕੀ ਹੈ? ਤੁਹਾਡੇ ਦੁੱਧ ਦਹੀਂ ਦੇ ਭਾਅ ਵੱਧ ਗਏ ਨੇ, ਯਾਨੀ ਕਿ ਜਿਹੜਾ ਤੁਸੀਂ ਖਰੀਦ ਕੇ ਖਾਣਾ। ਤੁਹਾਡੀ ਜਿਹੜੀ ਆਪਣੀ ਪ੍ਰੋਡਕਟੀਵਿਟੀ ਹੈ ਉਹ ਘੱਟ ਰਹੀ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਹਸਪਤਾਲਾਂ ਦੇ ਵਿੱਚ ਇਲਾਜ ਮਹਿੰਗਾ ਹੋ ਗਿਆ ਅਤੇ ਲਾਅ ਐਂਡ ਆਰਡਰ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਇਸ ਦੌਰਾਨ ਇੱਕ ਔਰਤ ਵੱਲੋਂ ਦੋ ਬੱਚਿਆਂ ਸਮੇਤ ਰੇਲ ਗੱਡੀ ਦੇ ਅੱਗੇ ਆ ਕੇ ਸੁਸਾਈਡ ਕਰ ਲਿਆ ਗਿਆ ਟੁਆਣਾ ਦੇ ਵਿੱਚ। ਇਹ ਸਿਰਫ ਨਾ ਟੁਆਣਾ ਦੀ ਪਹਿਲੀ ਖ਼ਬਰ ਹੈ ਅਤੇ ਨਾ ਲੁਧਿਆਣਾ ਦੀ ਕੋਈ ਆਖਰੀ ਖ਼ਬਰ ਹੈ। ਅਤੇ ਇਸ ਦੌਰਾਨ ਆਪਣੇ ਬੱਚਿਆਂ ਦੇ ਨਾਲ ਮਾਵਾਂ ਸੁਸਾਈਡ ਕਰ ਰਹੀਆਂ ਨੇ, ਪਿਓ ਸੁਸਾਈਡ ਕਰ ਰਹੇ ਨੇ, ਮਾਂ ਪਿਓ ਬਾਰੇ ਬੱਚੇ ਸੁਸਾਈਡ ਕਰ ਰਹੇ ਨੇ ਅਤੇ ਸੁਸਾਇਟੀ ਜਾ ਕਿਸ ਪਾਸੇ ਨੂੰ ਜਾ ਰਹੀ ਹੈ? ਕਾਰਪੋਰੇਟ ਜਿਹੜਾ ਲੁੱਟ ਲੁੱਟ ਕੇ ਖਜ਼ਾਨੇ ਭਰੀ ਜਾ ਰਿਹਾ ਹੈ ਅਤੇ ਹਾਲਾਤ ਉਹਦੇ ਵੀ ਬਹੁਤੇ ਚੰਗੇ ਨਹੀਂ, ਉਹਦੀ ਵੀ ਨਜਾਇਜ਼ ਜਾਂ ਜਾਇਜ਼ ਔਲਾਦ ਵਿਗੜ ਰਹੀ ਹੈ ਅਤੇ ਜਿਹੜੇ ਸਮਾਜਿਕ ਸਾਰੋਕਾਰ ਧਰਮਾਂ ਦੇ ਮੋਢੀ ਲੈ ਕੇ ਆਏ ਸੀ ਉਹਨਾਂ ਦੀ ਕਿਸੇ ਨੂੰ ਸਾਰ ਨਹੀਂ ਹੈ। ਹਰ ਕੋਈ ਮਰਿਆਦਾ ਨੂੰ ਲੈ ਕੇ, ਵਿਚਾਰਧਾਰਾ ਨੂੰ ਲੈ ਕੇ ਇਹ ਸੋਚਦਾ ਕਿ ਮੇਰੇ ਕੋਲ ਹੀ ਧਰਮ ਦਾ ਆਖਰੀ ਗਿਆਨ ਹੈ, ਪਰ ਮਾਨਵਤਾ ਸਭ ਤੋਂ ਵੱਡਾ ਧਰਮ ਹੈ, ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ।
मनुखता सब तो वड्डा धर्म है। ये हिंदू सिख बोधी पारसी ईसाई छोटे मोटे धर्म ने, डेरे उस तो छोटे धर्म ने। इंसान इंसान की कदर करे तो यह धरत स्वर्ग बन सकता, पर यह चीजा करनी असि को नहीं। जी सुरेंद्र जी स्वागत, सत श्रीकाल। सत श्रीकाल, मेहरबानी जी। मेहरबानी सुरेंद्र जी, जे मान लो कि थोड़ी देर वास्ते सोशल साइट्स बंद हो जाण, इंटरनेट बंद हो जावे, रौला रप्पा फेसबुक आईडी पोस्टां रेडियो टेलीविजन सब बंद हो जावे, लगदा नहीं कि दुनिया च कोई सुकून जिहा आ जाएगा? सुकून नहीं आउणा, 50% लोग ही रब नूं प्यारे हो जाने जिन्हां को नशा लग गया। अच्छा, मतलब जे इंडिया दी पापुलेशन घटाउणी होवे ना ते सोशल मीडिया इंडिया च बैन कर दे। 6 महीनिया बाद पापुलेशन अद्धी है। मैं क्या घर का जी वाजा मारी जावे, जिन्ना मर्जी कर लावे, कोई बैला बार मारी जावे, जेड़ा सोशल मीडिया दे मोबाइल फड़ के बैठ गया कि उठन का ना लिंदा। गुरुद्वारा गुरुद्वारा साहब भाई जी देखता भी अज सोशल मीडिया ते जुटे पे आ जां किते। पहला ही हालात हुंदी सी जे क्रिकेट का मैच हुंदा सी ना, उदन गुरुद्वारा साहब ते माझे ते मंदिर दे विच ना लोकां दी आमद घट जांदी सी जी, ते पता लग जांदा सी आ सारे क्रिकेट दा मैच देख रहे आ। ते हुण तां इह सदीवी हो गया सारा कुछ। इहदा सरकार मैं ते कहिंदा तुसीं कहिंदा बैन कर दो, सुकून हो जू। सुकून कहदा, सुकून तो ही हो जाणा कि धरती अद्धी खाली हो जाणी आ। जिहड़े नहीं रहण दे काबिल पे ठीक है, स्वर्ग दा आनंद मानण, रब दी संगत मानण। बाकी नु की बिहता पाई है। मैं वेख रहा ये जेड़े हुण मान साहब दे बयान ने कल परसों दा, की रौले ते रौला, की रौले ते रौला। फेसबुकां भरियां पईयां ने भाई जी, दे गाली गलोच, मां भैण इक कीती पई आ, ओए तू ओदी भेड़ ओए, तू ओदी भेड़ ओए। हैं, लोकी कचीचियां लई जांदे आ, पुराने नवे हवाले। कदे कोई जेड़ा टुकड़ बोझ कामरेड सी ओ अज टुकड़ बोझ सिख बनिया होया, जेड़ा टुकड़ बोझ सिख सी अज टुकड़ बोझ भाजपा ही बनिया होया, जेड़ा टुकड़ बोझ भाजपा ही सी अज टुकड़ बोझ कांग्रेस ही बनिया होया। मतलब है ही नहीं कोई। जेड़े संत भिंडरां वालिया नूं अत माड़ी लफज बोलदे सी, गाला ना मैं कहां, अज ओ कहिंदे ने संत साडे बचाई पॉलिश हो रहे ने, असी संतां बारे आ किताब लिख दिती, आ किताब लिख दिती। ये जिहड़ा अग लाउ लाना, बहुते स्यापे दी जड़ता ये लोग ने, है ना, जिहड़े अपनी फ्रस्ट्रेशन नूं, अपनियां कमजोरियां नूं पट्ठे पाई जांदे ने, नवें झुरलू फेर के। यार रोटी कपड़ा मकान मुढ़लियां लोड़ां ने, की हालात ने, की मिल रहा कुछ? बेरोजगारी है, किसानी की लुट हो रही है। असी वह पुरानी चीजा कड कड के, फलाना शहीद है, वो नहीं है, वो फला है, वो टमका है, वो कमाल ही हो जाती है। वैसे यह क्योंकि केंद्र के हुक्मरान नू सारा पता है कि जे पंजाब की ताकत नू, पंजाबियां चो सिखां की ताकत नू खेरू खेरू करना है, तो इन्हां नू बस भरा मारू जंग च ला दो। तत् खालसा बंदई खालसा दे झगड़े, बाबा बंदा सिंह बहादुर की सल्तनत खेरू खेरू होगी। उस तो बाद महाराजा रणजीत सिंह दा राज की हालात होते रहे, चलो ठीक है। ते अकाल तख्त दे राही जिवें बादल साहब ने अपना पैंठ बनाई, इदां ही महाराजा रणजीत सिंह अकाल तख्त दे राही दूसरे सरदारां दी धौण मरोड गया, है ना। बघेल सिंह जिन्हां ने दिल्ली फतेह कीती, उन्हां दे घरों बलद भी खोल लिया, है ना, ते उहदे मुंडिआं नूं सजावां कीतीआं। ते उस तो बाद पहला गुरु परिवार च भी की कुछ होया, ते ओ किवें आपस दे विच एक दूसरे दे खून दे वैरी बनाए गए। इस तो बाद तुसी वेखो कि फिर आजादी दी लड़ाई किवें खून एक दूसरे दा सी वहाया। उस तो बाद फिर नक्सल मूवमेंट उठी, इन्हां बेरोजगारियां चो, इन्हां जलदारां जगीरदारां दी कुछ जातियां विचों कुछ सियासी लाहा, ओह किवें भट्ठियां च साड़े गए। फिर सिख मूवमेंट उठी, ओह किवें भर भर के ढड पाड़ पाड़ के किवें लाशां नहरां च हड़ाईआं गईआं। करन वाले ही लोग ने। हुण ओ आई बी दे जिहड़े ने ओपन सीक्रेट किताब इहदी अपना की नाम मलोआ दी, कृष्ण धर मलोआ दी, ओह कहिंदी कि सिमरजीत मान पेरोल ते सी, आई बी दे बंदे सी, इधरों अग लाउंदे सी ते उधरों तनखाह लै आउंदे सी। आई बी दा इन्हां एजेंसियां दा चीफ रहा, सीक्रेट ओपन ओह किताब किड्डी विकी है, कोई ओहदा मतलब हो नहीं रहा। ते फिर की कहोगे इन्हां लीडरां? जी सुरेंद्र,
ਸਿੱਖਾਂ ਦੇ ਵਿੱਚ ਤੜੀ ਤੁਸੀਂ ਉਹ ਕਿਤਾਬ ਪੜ੍ਹੀ ਕ੍ਰਿਸ਼ਨ ਧਰਮ ਲੋਆ ਦੀ ਓਪਨ ਮੈਂ ਕਿਹਾ ਮੈਂ ਉਹ ਪੜ੍ਹੀ ਤੇ ਉਹਦੇ ਇਲਾਵਾ ਤੁਹਾਨੂੰ ਕੁਛ ਹੋਰ ਦੱਸਣ ਲੱਗਾ ਜਿਹੜੀਆਂ ਮੈਂ ਅੰਦਰਲੀਆਂ ਜਾਣਦਾ ਮੈਂ ਤੇ ਇਹਨਾਂ ਦੀ ਕੱਲੇ ਕੱਲੇ ਦੀ ਰਾਗ ਰਾਗ ਦਾ ਭੇਤੀ ਆ ਮੈਂ ਉਸੇ ਤੇ ਆਉਣ ਲੱਗਾ ਸੀ ਕਿ ਸਿੱਖਾਂ ਦੇ ਵਿੱਚ ਜਿੱਡਾ ਵੱਡਾ ਕੁਰਬਾਨੀ ਦਾ ਜਜ਼ਬਾ ਤੇ ਗਦਾਰੀ ਵੀ ਉਸ ਤੋਂ ਬਹੁਤ ਅੱਗੇ ਵੱਧ ਗਿਆ ਗਦਾਰੀ ਚ ਵੀ ਕੋਈ ਕਸਰ ਨਹੀਂ ਛੱਡਦੇ ਤੇ ਦੂਜੀ ਗੱਲ ਸਾਡੀ ਕੌਮ ਵੀ ਅਜਿਹੀ ਆ ਲਿਆਉਂਦੀ ਵੀ ਹਰ ਬੰਦੇ ਨੂੰ ਹਾਥੀ ਤੇ ਬਿਠਾ ਕੇ ਤੇ ਜਾਣ ਲੱਗੇ ਨੂੰ ਕਛਹਿਰਾ ਵੀ ਨੀ ਚੱਕਣ ਦਿੰਦੀ ਕਹਿੰਦੇ ਨਹੀਂ ਜਿਹੜਾ ਤੇੜ ਪਾਇਆ ਉਹੀ ਆ ਦੂਜਾ ਨੀ ਮਿਲਣਾ ਤੂੰ ਫਟਾਫਟ ਇੱਥੋਂ ਬਾਹਰ ਨਿਕਲ ਇੱਕ ਤੇ ਜਥੇਦਾਰ ਵਿਚਾਰਾ ਐਸਾ ਤੋੜਿਆ ਸੀ ਉਹ ਬਾਥਰੂਮ ਚ ਅਸੀਂ ਇਸ਼ਨਾਨ ਕਰ ਰਿਹਾ ਸੀ ਉਹ ਕਹਿੰਦਾ ਮੈਨੂੰ ਇਸ਼ਨਾਨ ਕਰ ਲੈਣ ਦੋ ਕਹਿੰਦਾ ਨਾ ਪਹਿਲਾਂ ਆ ਜਿਹੜੇ ਲਿਆਏ ਚਿੱਠੀ ਏ ਤੇ ਸਾਈਨ ਕਰ ਵੀ ਮੈਂ ਅਸਤੀਫਾ ਦੇ ਰਿਹਾ ਤੇ ਆਪਣੀ ਹੋਰ ਕਿਸੇ ਨੂੰ ਜਾਇਦਾਦ ਨਿਯੁਕਤ ਕਰ ਦੋ ਉਹ ਕਹਿੰਦਾ ਮੈਨੂੰ ਕਛਹਿਰਾ ਤਾਂ ਬਦਲ ਲੈਣ ਤੋਂ ਕਹਿੰਦਾ ਨਾ ਇਹ ਕੁਛ ਨੀ ਹੋ ਸਕਦਾ ਇਹ ਤੇ ਸਿੱਖਾਂ ਦੀ ਰਵਾਇਤ ਆ ਤੇ ਸਿੱਖ ਤਾਂ ਉਹ ਕਹਿੰਦਾ ਮੈਂ ਇਸ਼ਨਾਨ ਕਰ ਰਿਹਾ ਮੈਨੂੰ ਜਾਂ ਇਸ਼ਨਾਨ ਕਰ ਲੈਣ ਦੋ ਜਾਂ ਮੈਨੂੰ ਕਛਹਿਰਾ ਚੇਂਜ ਕਰ ਲੈਣ ਦੋ ਕਹਿੰਦਾ ਨਾ ਇਹ ਕੁਛ ਨੀ ਇਹ ਸਿੱਖਾਂ ਦੀ ਰਵਾਇਤ ਆ ਦੂਸਰੀ ਗੱਲ ਜਿੰਨੇ 1999 ਚ ਮੈਂਬਰ ਪਾਰਲੀਮੈਂਟ ਬਣੇ ਸੀ ਉਹਨਾਂ ਚ ਹੁਸ਼ਿਆਰਪੁਰ ਗੁਰਦਾਸਪੁਰ ਦੋ ਕਾਂਗਰਸ ਲਗਾਈਆਂ ਸੀ ਤਿੰਨ ਸੀਟਾਂ ਜਿਹੜੀਆਂ ਸੀ ਉਹ ਉਸ ਵੇਲੇ ਖਾੜਕੂ ਮੂਵਮੈਂਟ ਦੇ ਨਾਲ ਸੰਬੰਧਿਤ ਅਕਾਲੀ ਸੰਯੁਕਤ ਅਕਾਲੀ ਦਲ ਗਿਣਿਆ ਜਾਂਦਾ ਸੀ ਬਾਬਾ ਜਗਿੰਦਰ ਸਿੰਘ ਦਾ ਜਿਹਦੀ ਸਪੋਰਟ ਦੇ ਨਾਲ ਜਲੰਧਰ ਫਲੌਰ ਤੇ ਅੰਮ੍ਰਿਤਸਰ ਤਿੰਨ ਜਿਹੜੀਆਂ ਸੀ ਉਹ ਇੱਕ ਆਪਣਾ ਕਿਰਪਾਲ ਸਿੰਘ ਦੇ ਅੰਮ੍ਰਿਤਸਰ ਵਾਲੀ ਕੋਟੇ ਚ ਇੱਕ ਆਈ ਕੇ ਗੁਜਰਾਲ ਦੀ ਤੇ ਤੀਸਰੀ ਜਿਹੜੀ ਸੀਗੀ ਉਹ ਗਈ ਸੀਗੀ ਹਰਭਜਨ ਲਾਖਾ ਬੀ ਐਸ ਪੀ ਨੂੰ ਫਲੌਰ ਜਿਹੜੀ ਸੀ ਬਾਕੀ ਜਿਹੜੀਆਂ ਅੱਠ ਸੀ ਅੱਠਾਂ ਚੋਂ ਪਹਿਲਾਂ ਸਹੁੰ ਚੁੱਕਣ ਤੋਂ ਇਨਕਾਰ ਕੀਤਾ ਗਿਆ ਅਖੀਰ ਜਗਦੇਵ ਸਿੰਘ ਖੁੱਡੀਆਂ ਆਪਣੇ ਲੈਵਲ ਤੇ ਚੱਕ ਆਏ ਰਾਜਦੇਵ ਸਿੰਘ ਖਾਲਸਾ ਆਪਣੇ ਲੈਵਲ ਤੇ ਚੱਕ ਆਏ ਬਾਪੂ ਸੁੱਚਾ ਸਿੰਘ ਮਲੋਆ ਚੱਕ ਆਏ ਰਜਿੰਦਰ ਕੌਰ ਬੁਲਾਰਾ ਤੇ ਬਿਮਲ ਕੌਰ ਖਾਲਸਾ ਦੋ ਜਦੋਂ ਵਿੱਚ ਕੁਛ ਵਿਆਪਤੀ ਕੇਂਦਰ ਸਰਕਾਰ ਦੇ ਨੁਮਾਇੰਦੇ ਪਏ ਤੇ ਉਹਨਾਂ ਨੇ ਪੈ ਕੇ ਸਹੁੰ ਉਹਨਾਂ ਨੂੰ ਚੁਕਾਤੀ ਫਿਰ ਬਚ ਗਿਆ ਤਿੰਨ ਤਿੰਨਾਂ ਚ ਧਿਆਨ ਸਿੰਘ ਮੰਡ ਤੇ ਤਿੰਨਾਂ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੋ ਜਣੇ ਅੜ ਗਏ ਲੇਕਿਨ ਜਿੱਥੋਂ ਤੱਕ ਸਵਾਲ ਸੀ ਅਤਿੰਦਰਪਾਲ ਸਿੰਘ ਦਾ ਉਹਨਾਂ ਨੇ ਜੇਲ੍ਹ ਚੋਂ ਚਿੱਠੀ ਲਿਖੀ ਸੀ ਲੋਕ ਸਭਾ ਦੇ ਸਪੀਕਰ ਨੂੰ ਕਿ ਮੈਂ ਭਾਰਤ ਦੇ ਸੰਵਿਧਾਨ ਦੀ ਸਹੁੰ ਚੁੱਕਣੀ ਚਾਹੁੰਦਾ ਤੇ ਮੈਨੂੰ ਸਹੁੰ ਚੁਕਾਈ ਜਾਵੇ ਜੇਲ੍ਹੋਂ ਲਿਆ ਕੇ ਸਹੁੰ ਚੁਕਾਈ ਗਈ ਸੀ ਉਸ ਤੋਂ ਬਾਅਦ ਉਹਦੀ ਰਿਹਾਈ ਜਿਹੜੀ ਉਹ ਹੋਈ ਸੀ ਨਹੀਂ ਤਾਂ ਮੋਸਟਲੀ ਕੀ ਹੁੰਦਾ ਤੁਸੀਂ ਜੇਲ੍ਹ ਚ ਬੈਠੇ ਤੁਹਾਡੀ ਰਿਹਾਈ ਹੋਗੀ ਆ ਕੇ ਤੁਸੀਂ ਸਹੁੰ ਚੁੱਕਦੇ ਹੋ ਲੇਕਿਨ ਉਹ ਵੀ ਸੀ ਕਿ ਜੇਲ੍ਹੋਂ ਲਿਆ ਕੇ ਸਹੁੰ ਚੁਕਾਈ ਗਈ ਸੀ ਅੱਜ ਕੋਈ ਜਿੱਡੇ ਮਰਜ਼ੀ ਦਮ ਗਜੇ ਮਾਰੇ ਜੋ ਕੁਛ ਮਰਜ਼ੀ ਕਰੇ ਜਿਹੜੀਆਂ ਤਕਰੀਬਨ ਕੀ ਆ ਕੁਛ ਗੱਲਾਂ ਸੱਚ ਲਿਖੀਆਂ ਹੋਈਆਂ ਤੇ ਕੁਛ ਤੇ ਭੁਲੇਖਣ ਵੀ ਲਾਇਆ ਜਾਂਦਾ ਜਿਹੜੀਆਂ ਲਿਖੀਆਂ ਜਾਂਦੀਆਂ ਨੇ ਪਰ ਜੇ ਅਸੀਂ ਕਹਿ ਦਈਏ 100% ਗਲਤ ਤਾਂ ਨਹੀਂ ਇੰਨਾ ਕੁ ਜ਼ਰੂਰ ਹੈ ਕਿ ਉਹਨਾਂ ਨੂੰ ਅਸੀਂ 70-75% ਸਹੀ ਮਿੱਥ ਮੰਨ ਸਕਦੇ ਹਾਂ ਜਿਹੜੀਆਂ ਲਿਖੀਆਂ ਗਈਆਂ ਨੇ ਇੰਨਾ ਕੁ ਸੱਚ ਹੈਗਾ ਸੀ ਜੇ ਇੰਨਾ ਸੱਚ ਹੈਗਾ ਸੀ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜਾ ਧੂੰਆਂ ਨਿਕਲਦਾ ਸੀ ਅੰਦਰ ਅੱਗ ਸੁਲਗਦੀ ਸੀ ਅੱਗ ਇਥੋਂ ਤੱਕ ਸੁਲਗਦੀ ਸੀ ਤੇ ਇਹ ਛੱਡ ਦਿਓ ਇਹ ਚੋਣਾਂ ਬਾਅਦ ਦੀ ਗੱਲ ਆ ਜਦੋਂ ਭਾਈ ਜਸਵੀਰ ਸਿੰਘ ਰੋਡੇ ਆਇਆ ਠੀਕ ਆ ਉਹਨਾਂ ਤਸ਼ੱਦਦ ਚੱਲਿਆ ਬਾਹਰ ਜੇਲ੍ਹਾਂ ਚ ਰਹੇ ਬੜਾ ਕੁਛ ਹੋਇਆ ਲੇਕਿਨ ਜਦੋਂ ਆਏ ਇੱਕ ਸਮਝੌਤੇ ਤਹਿਤ ਉਹਨਾਂ ਨੂੰ ਰਿਹਾ ਕੀਤਾ ਗਿਆ ਸੀ ਨੈਸ਼ਨਲ ਚੈਨਲ ਨੇ ਜਦੋਂ ਖਬਰ ਦਿਖਾਈ ਰਾਤ ਨੂੰ ਮੈਂ ਇਕਦਮ ਚੌਂਕ ਗਿਆ ਨੈਸ਼ਨਲ ਚੈਨਲ ਤੋਂ ਆ ਰਿਹਾ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਮੈਂ ਸੋਚਿਆ SGPC ਨੇ ਤਾਂ ਮਾਨਤਾ ਨਹੀਂ ਦਿੱਤੀ ਇਹ ਤਾਂ ਸਰਬੱਤ ਖਾਲਸਾ ਨੇ ਤਾਪਿਆ ਸੀ ਤੇ ਉਹ ਚੀਜ਼ ਨੂੰ ਜਦੋਂ ਨੈਸ਼ਨਲ ਚੈਨਲ ਦਿਖਾ ਰਿਹਾ ਤੇ ਫਿਰ ਮੈਂ ਇਕਦਮ ਚੌਂਕ ਗਿਆ ਮੈਂ ਕਿਹਾ ਲੈ ਵੀ ਦਾਲ ਚ ਕਾਲਾ ਤੇ ਕਾਲਾ ਕੀ ਸੀ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਸੀ ਸਰਕਾਰ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਅਸੈਂਬਲੀ ਚੋਣਾਂ ਕਰਾਉਣੀਆਂ ਸੀ ਤੇ ਦੂਸਰੀ ਗੱਲ SGPC ਤੋੜ ਕੇ ਬੋਰਡ ਬਣਾਉਣਾ ਸੀ ਤੇ ਬੋਰਡ ਦਾ ਚੇਅਰਮੈਨ ਗਵਰਨਰ ਪੰਜਾਬ ਨੇ ਹੋਣਾ ਸੀ ਸਮਾਂ ਰਹਿੰਦੇ ਰੌਲਾ ਪੈ ਗਿਆ ਤੇ ਸਾਰਾ ਕੁਛ ਖਟਾਈ ਚ ਪੈ ਗਿਆ ਇਥੋਂ ਤੱਕ ਕੇ ਭਾਈ ਗੁਰਜੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਹੁੰਦਾ ਸੀ ਉਹਨਾਂ ਨਾਲ ਭਾਈ ਗੁਰਜੀਤ ਸਿੰਘ ਕਾਕਾ ਸੰਗਰੂਰ ਵਾਲਾ
ਦੋਨੋ ਲੁਧਿਆਣੇ ਫੜੇ ਜਾਂਦੇ ਆ। 20 ਮਿੰਟ ਬਾਅਦ ਭਾਈ ਗੁਰਜੀਤ ਸਿੰਘ ਨੂੰ ਦਿੱਲੀ ਤੋਂ ਫੋਨ ਆਉਂਦਾ ਤੇ ਉਹਨੂੰ ਛੱਡ ਦਿੱਤਾ ਜਾਂਦਾ, ਪਰ ਵਿਚਾਰੇ ਭਾਈ ਗੁਰਜੀਤ ਸਿੰਘ ਕਾਕਾ ਦਾ ਅੱਜ ਤੱਕ ਥੋਂ ਪਤਾ ਨੀ ਲੱਗਿਆ। ਉਹ ਵੱਖਰੀ ਗੱਲ ਆ ਕਿ ਜਦੋਂ ਰਾਮ ਰੌਲਾ ਪਿਆ ਤੇ ਉਦੋਂ ਭਾਈ ਗੁਰਜੀਤ ਸਿੰਘ ਪਾਕਿਸਤਾਨ ਨਿਕਲ ਗਿਆ ਤੇ ਮੁੜ ਕੇ ਪਾਕਿਸਤਾਨ ਤੋਂ ਜਦੋਂ ਠੰਡ ਠੰਡੋਰੇ ਬਾਅਦ ਆਇਆ ਤੇ ਆਉਂਦਾ ਹੀ ਉਹ ਇੱਕ ਮੁਕਾਬਲੇ ਦੇ ਵਿੱਚ ਇਸ ਦੁਨੀਆਂ ਤੋਂ ਚਲਾ ਗਿਆ। ਜਾਨੀ ਕਿ ਬਹੁਤ ਕੁਛ ਉਹ ਕੁਛ ਵਾਪਰਿਆ ਜਿਹੜਾ ਆਮ ਦੁਨੀਆਂ ਨੂੰ ਨਹੀਂ ਪਤਾ। ਇਸ ਕਰਕੇ ਇਹ ਜਿਹੜੇ ਹੁਣ ਗੱਲਾਂ ਕਰਨੀਆਂ ਵੱਡੇ ਵੱਡੇ ਕਿਲੇ ਉਸਾਰਨੇ, ਆਪਾਂ ਨੂੰ ਲੋਕਾਂ ਨੂੰ ਪਤਾ ਹੋਵੇ ਨਾ ਹੋਵੇ, ਆਪਾਂ ਤਾਂ ਵਿੱਚ ਰਹੇ ਹਾਂ। ਆਪਾਂ ਅਕਾਲੀ ਸਿਆਸਤ ਨੂੰ ਅੰਦਰੋਂ ਦੇਖਿਆ, ਆਪਾਂ ਕੱਟੜਤਾਈ ਵਾਲੀ ਸਿਆਸਤ ਨੂੰ ਅੰਦਰੋਂ ਦੇਖਿਆ, ਆਪਾਂ ਖਾੜਕੂ ਵੂਮੈਨ ਸਾਰੀ ਅੰਦਰ ਤੋਂ ਦੇਖੀ ਆ। ਇਸ ਕਰਕੇ ਜੇ ਕੋਈ ਸਾਨੂੰ ਪੁੱਛੇ ਕਿ ਤੁਹਾਡਾ ਇਹਦੇ ਲਈ ਕੀ ਵਿਊ ਆ, ਠੀਕ ਆ, ਅਸੀਂ ਸਾਰੀ ਨੂੰ ਗਲਤ ਨੀ ਕਹਿੰਦੇ, ਪਰ ਜਿਹੜਾ ਕੁਛ ਬੰਦੇ ਸਰਕਾਰੀ ਏਜੰਸੀਆਂ ਦੇ ਹੱਥ ਚੜੇ ਹੋਏ ਸੀ, ਕੀ ਕੁਛ ਕਰਦੇ ਸੀ, ਅਸੀਂ ਉਹਦੇ ਤੋਂ ਵੀ ਕਦੀ ਮੁਨਕਰ ਨਹੀਂ ਹੋ ਸਕਦੇ। ਸੋ ਇਸ ਕਰਕੇ ਜਿਹੜਾ ਅੱਜ ਲਾਲਾ ਲਾਲਾ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ, ਉਹ ਹੋਣ ਦਾ ਕਾਰਨ ਵੀ ਵੱਡਾ ਇਹੀ ਆ। ਹਰ ਬੰਦਾ ਆਪੋ ਆਪਣੀ ਭੱਲ ਬਣਾਉਣ ਦੇ ਲਈ ਤਿਆਰ ਬੈਠਾ, ਜਾਨੀ ਕਿ ਕੋਈ ਖਰੀਦਣ ਵਾਲਾ ਹੋਵੇ ਹਰ ਬੰਦਾ ਵਿਕਣ ਲਈ ਤਿਆਰ ਬੈਠਾ ਤੇ ਮੈਨੂੰ ਲੈ ਜਾਓ ਜਿਹੜੀ ਮਰਜ਼ੀ ਮੰਡੀ ਚ ਲੈ ਜਾਓ, ਮੈਂ ਵਿਕਣ ਲਈ ਤਿਆਰ ਬੈਠਾ, ਦੱਸੋ ਮੈਨੂੰ ਕੀ ਦਿੰਦੇ। ਅਸੀਂ ਇੱਥੇ ਕੋ ਆ ਕੇ ਖੜ ਚੁੱਕੇ ਹਾਂ। ਸੋ ਇਸ ਕਰਕੇ ਜਿਹੜੀ ਅੱਜ ਲਾਲਾ ਲਾਲਾ ਹੋਈ ਆ, ਜਿਹੜੀ ਸਿਮਰਜੀਤ ਸਿੰਘ ਮਾਨ ਦੀ ਪੱਗ ਲਾ ਕੇ ਲਿਆਉਣ ਦੀ ਤੇ ਉਹਦੀ ਮੂੰਹ ਤੇ ਕਾਲਖ ਮਲਣ ਦੀ ਜਿਹੜੀਆਂ ਗੱਲਾਂ ਹੋਈਆਂ ਤੇ ਇਨਾਮ ਵਜੋਂ 5,01,000 ਰੁਪਿਆ ਦੇਣ ਦੀ, ਉਹ ਵੀ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕ ਜ਼ਿੰਮੇਵਾਰ ਏਦਾਂ ਲਾਉਂਦੇ ਨੇ ਉਹ ਵੀ ਗਲਤ ਹੈ ਜੀ। ਹਾਂ, ਮੈਂ ਉਹੀ ਕਹਿ ਰਿਹਾ, ਇਹ ਜਿਹੜਾ ਕੁਛ ਹੋਇਆ ਨਾ, ਇਹਨੇ ਹੁਣ ਪੰਜਾਬ ਨੂੰ ਮਾੜੀ ਦਿਸ਼ਾ ਵੱਲ ਲੈ ਜਾਣਾ। ਸਟੇਟਮੈਂਟ ਵਾਲਾ ਸਟੇਟਮੈਂਟ ਦੇ ਗਿਆ, ਬਾਅਦ ਚ ਮਾਫ਼ੀ ਵੀ ਮੰਗਿਆ, ਕਹਿੰਦਾ ਮੈਂ ਕੱਲ ਨੂੰ ਸਟੇਟਮੈਂਟ ਦਊਂਗਾ ਜਿੱਥੇ ਮੈਂ ਪੱਗ ਲਾਉਣ ਵਾਲੀ ਗੱਲ ਦੀ ਮਾਫ਼ੀ ਮੰਗ ਲੂ, ਪਰ ਬਾਕੀ ਤੇ ਸਟੈਂਡ ਕਰਦਾ। ਨਾਲ ਦਾੜੀ ਕੱਟੀ ਹੋਈ, ਨਾਲ ਕਹਿੰਦਾ ਮੈਂ ਗੁਰਸਿੱਖ ਹਾਂ। ਮੈਨੂੰ ਤੇ ਇਹ ਸਮਝ ਨੀ ਆਈ ਵੀ ਇਹ ਕਿਹੜੀ ਮਰਿਆਦਾ ਵਾ, ਅਕਾਲ ਤਖ਼ਤ ਸਾਹਿਬ ਵਾਲੀ ਮਰਿਆਦਾ ਕਿ ਕਿਸੇ ਡੇਰੇਦਾਰ ਦੀ ਮਰਿਆਦਾ, ਕਿਹੜੀ ਮਰਿਆਦਾ ਦੇ ਮੁਤਾਬਕ, ਰਹਿਤ ਮਰਿਆਦਾ ਦੇ ਮੁਤਾਬਕ ਕਿ ਦਾੜੀ ਕੱਟਣ ਵਾਲਾ ਵੀ ਗੁਰਸਿੱਖ ਹੁੰਦਾ? ਇਹ ਤਾਂ ਮੈਂ ਪਹਿਲੀ ਵਾਰੀ ਦੇਖਿਆ। ਸੋ ਇਸ ਕਰਕੇ ਆ ਜਿਹੜੀ ਦਿਸ਼ਾ ਨੂੰ ਚੱਲੇ ਆ, ਜੋ ਕੁਛ ਹੋਇਆ, ਘੱਟੋ ਘੱਟ ਇਹ ਆ, ਇੱਕ ਤਾਂ ਸਿੱਖ ਸਿਆਸਤ ਹੁਣ ਨਵੀਂ ਦਿਸ਼ਾ ਲਵੇਗੀ। ਜੋ ਕੁਛ ਦਿੱਲੀ ਚ ਵਾਪਰਿਆ ਕੱਲ ਤੇ ਪਰਸੋਂ, 2 ਦਿਨ ਜਿਹੜਾ ਕੁਛ ਦਿੱਲੀ ਚ ਵਾਪਰਿਆ ਤੇ ਜਿਹੜਾ ਕੁਛ ਪੰਜਾਬ ਦੇ ਵਿੱਚ ਅੱਜ ਵੀ ਵਾਪਰਿਆ, ਭਾਵੇਂ ਅਕਾਲੀ ਸਿਆਸਤ ਚ ਵਾਪਰਿਆ ਤੇ ਭਾਵੇਂ ਸਿਮਰਜੀਤ ਸਿੰਘ ਦੇ ਵਿਰੋਧ ਦੇ ਵਿੱਚ ਜਿਹੜੀ ਇੱਕ ਲਹਿਰ ਉੱਠ ਖੜੀ ਆ, ਉਹਦੇ ਵਿੱਚ ਜਿਹੜਾ ਕੁਛ ਵਾਪਰਿਆ, ਇਹਦੇ ਚ ਇੱਕ ਨਵੀਂ ਸਿੱਖ ਸਿਆਸਤ ਤੇ ਇੱਕ ਨਵਾਂ ਟਕਰਾਅ ਜਿਹੜਾ ਉਹ ਅਵਸ਼ ਹੋਏਗਾ ਉਹ ਦਿਖਾਈ ਦੇਣ ਲੱਗ ਗਿਆ। ਮਸਲਨ ਜਿਵੇਂ ਪਹਿਲਾਂ ਸ਼ੁਰੂ ਹੋ ਗਿਆ ਸੀਗਾ ਮੂਵਮੈਂਟ ਤੋਂ ਬਾਅਦ, ਅੱਜ ਵੀ ਕਾਮਰੇਡ ਬਨਾਮ ਸਿੱਖ ਦਾ ਰੌਲਾ ਸ਼ੁਰੂ ਹੋ ਗਿਆ ਨਾ। ਇੱਕ ਪਾਸੇ ਸਿੱਖ ਧਿਰਾਂ ਦੀ ਨੁਮਾਇੰਦਗੀ ਸਿਮਰਜੀਤ ਸਿੰਘ ਮਾਨ ਤੇ ਉਤਰਿਆ ਹੀ ਤੇ ਦੂਸਰੇ ਪਾਸੇ ਕਾਮਰੇਡ ਧਿਰਾਂ ਦੀ ਨੁਮਾਇੰਦਗੀ ਜਿਹੜੇ ਭਗਤ ਸਿੰਘ ਦੇ ਹੋਣੇ। ਲੋਕ ਹੁਣ ਜੇ ਦੇਖੋ ਇਹਦਾ ਵਿਰੋਧ ਕਰਦੇ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਲੋਕ ਨੇ ਉਹ ਭਾਵੇਂ ਕਾਂਗਰਸ ਚੋਣ, ਈਵਨ ਨੋਨ ਪੋਲੀਟੀਕਲ ਲੋਕ ਵੀ, ਉਹ ਲੋਕ ਵੀ ਜਿਹੜੇ ਕਿਸੇ ਵੀ ਪਾਰਟੀ ਚ ਨਹੀਂ, ਉਹ ਵੀ ਮਾਨ ਸਾਹਿਬ ਦੇ ਇਸ ਬਿਆਨ ਦਾ ਵਿਰੋਧ ਕਰ ਰਹੇ ਨੇ ਕਿ ਨਹੀਂ ਸੀ ਦੇਣਾ ਚਾਹੀਦਾ, ਗੁਰੇਜ਼ ਕਰਨਾ ਚਾਹੀਦਾ ਸੀ। ਪਰ ਲੜਾਈ ਮਾਨ ਬਨਾਮ ਭਗਵੰਤ ਮਾਨ ਬਣਾ ਲਈ ਕਿ ਆਮ ਆਦਮੀ ਪਾਰਟੀ ਉਹਦੇ ਹੱਕ ਚ ਆਈ ਹੈ 10-12 MLA, ਇਸ ਕਰਕੇ ਭਗਤ ਸਿੰਘ ਨੂੰ ਡਿਫੇਮ ਕਰੋ ਕਿ ਤੁਸੀਂ ਕੌਣ ਹੁੰਦੇ ਹੋ, ਤੁਸੀਂ ਤੇ ਉਹਦੇ ਵਾਰਸਾਂ ਨੂੰ ਮਿਲੇ ਕੁਲਜੀਤ ਢੱਟ ਹੋਰਾਂ ਨੂੰ, ਹਾਲਾਂਕਿ ਉਹਨਾਂ ਦਾ ਆਪਣਾ ਮਾਮਲਾ ਤੇ ਉਹ ਜਿਹੜਾ ਐਨਕਾਊਂਟਰ ਹੋਇਆ ਸੀ ਢੱਟ ਹੋਰਾਂ ਦਾ, ਉਹਦੇ ਤੇ ਵੀ ਕਈ ਰਾਜਨੀਤਿਕ ਕਾਰਨ ਸੀਗੇ ਹਨਾ, ਤੇ ਆਪਸੀ ਖਿੱਚੋ ਤਾਣ ਸੀ ਪਰਿਵਾਰ ਦੇ ਵਿੱਚ, ਕੌਣ ਕੀ ਹੈ ਕੋਈ ਜ਼ਰੂਰੀ ਨਹੀਂ, ਕੌਣ ਕਿਸ ਪਾਰਟੀ ਦੇ ਵਿੱਚ ਹੈ। ਈਵਨ ਭਗਤ ਸਿੰਘ ਦੇ ਪਰਿਵਾਰ ਨੇ ਪਿੱਛੋਂ ਆ ਕੇ ਜਿਹੜੀਆਂ ਇਲੈਕਸ਼ਨਜ਼ ਲੜੀਆਂ ਉਹ ਕਿਸੇ ਕਿਸੇ ਵੱਖ ਵੱਖ ਪਾਰਟੀ ਜਾਂ ਵਿਚਾਰਧਾਰਾ ਦੇ ਨਾਲ ਲੜੀਆਂ, ਉਹ ਕੋਈ ਜ਼ਰੂਰੀ ਨਹੀਂ। ਗੱਲ ਭਗਤ ਸਿੰਘ ਤੱਕ ਸੀਮਤ ਹੈ ਤਾਂ ਠੀਕ ਹੈ, ਪਰਿਵਾਰ ਦਾ ਕਿਸੇ ਦਾ ਕੋਈ ਠੇਕਾ ਨਹੀਂ ਕੌਣ ਕਿਸ ਪਾਰਟੀ 'ਚ ਜਾਂਦਾ, ਕੌਣ BJP 'ਚ ਜਾਂਦਾ। ਹੁਣ ਤੁਸੀਂ ਵੇਖੋ ਰਾਜਦੇਵ ਖਾਲਸਾ 36 ਪਾਰਟੀਆਂ ਬਦਲ ਚੁੱਕਾ ਹੈ, RSS ਦਾ ਵੀ ਉਹ ਪ੍ਰਧਾਨ ਰਿਹਾ, ਫਿਰ ਰਿਜ਼ਾਈਨ ਕਰ ਗਿਆ ਰਾਸ਼ਟਰੀ ਸਿੱਖ ਸੰਗਤ ਦਾ,
उस तो बाद फिर न्यूट्रल हो गया, फिर आज छाल मार के पिछले बरे 2021 दे विच वो बीजेपी च आ गया। वो कहिंदा भगत सिंह बारे जो बयान है समरजीत सिंह मान दा वो बिल्कुल दुरुस्त है। हुण भाजपा नूं पुछे कि तुसी फिर हैगे किस पासे दे हो, भाजपा वाले संत भिंडर वाले नूं की कहिंदे ने, उत्थे तुसी घुंगणियां पा लैंदे हो मूंह च। वो अत्तवादी कहिंदे आ शरेआम इन्हां दा जिहड़ा सुशील केड़ा सीगा पिछले दिन आख्या, फिर कहिंदे असीं उहदी निंदा करदे हां। सरचान सिंह भी कहिंदा असीं निंदा करदे हां, दूजे भी कहिंदे असीं भग जिहड़ा जो संत भिंडर वाले की आलोचना करदा साडा उस भाजपा नाल कोई संबंध नहीं, भाजपा की गोदी चढ़े हुए लोग ही कुछ करते हैं। राजदेव खालसा जिहड़े ने भिंडर वाले ही 21वीं सदी के महान शहीद मानते हैं, बाकी कहिंदे कोई शहीद ही नहीं हो सकता। आप औकात की है लोगों की, ਤੁਸੀਂ ਵੇਖੋ ਕਿ ਇੱਦਾਂ ਦੇ ਲੋਕ ਮੈਂਬਰ ਪਾਰਲੀਮੈਂਟ ਬਣ ਕੇ, ਸਾਬਕਾ ਮੈਂਬਰ ਪਾਰਲੀਮੈਂਟ ਨੇ, ਅਹੁਦਿਆਂ ਤੇ ਬੈਠੇ ਲੋਕ ਨੇ, ਨਿੱਤ ਦਿਨ ਇਹਨਾਂ ਦੇ ਇਸ ਤਰ੍ਹਾਂ ਦੇ ਬਿਆਨ ਨੇ। ਲੋਕ ਜਾਣ ਤੇ ਜਾਣ ਕਿਸ ਪਾਸੇ, ਜਾਣੀ ਜੋ ਭਰਾ ਮਾਰੂ ਜੰਗ ਆਪਸ ਚ ਆ, ਹੁਣ ਖੁਦਾ ਨਾ ਖਾਸਾ ਜਿਹੜਾ ਉਹ ਬਿਆਨ ਦਿੱਤਾ ਕਿਸੇ ਨੇ, ਉਹ ਮੰਦਭਾਗ ਹੈ। ਉਹਨੂੰ ਲੈ ਕੇ ਦੂਜੇ ਜਿਹੜੇ ਚੈਨਲਸ ਨੇ, ਜਿਹੜੇ ਮਾਨ ਸਾਹਿਬ ਹਿਤੈਸ਼ੀ ਜਾਂ ਸਿੱਖ ਹਿਤੈਸ਼ੀ ਚੈਨਲ ਨੇ, ਉਹ ਕਹਿੰਦੇ ਉਹਨਾਂ ਦੀ ਜੁੱਤੀ ਨੂੰ ਵੀ ਹੱਥ ਲਗਾ ਕੇ ਦਿਖਾਓ, ਪੱਗ ਤਾਂ ਦੂਰ ਹੈ। ਮਤਲਬ ਜਿਹੜੀ ਲੜਾਈ ਪੰਜਾਬ ਨੇ ਪੰਜਾਬ ਦੇ ਮੁੱਦਿਆਂ ਦੀ ਲੜਨੀ ਹੈ, ਉਹਨੂੰ ਛੱਡ ਕੇ ਅਸੀਂ ਇੱਕ ਦੂਸਰੇ ਦੇ ਕੱਪੜੇ ਉਤਾਰਨ ਲੱਗੇ ਹਾਂ। ਸਿਆਣਪ ਮਾਨ ਸਾਹਿਬ ਨੂੰ ਕਰਨੀ ਚਾਹੀਦੀ ਸੀ ਇਸ ਬਿਆਨ ਨੂੰ, ਭਾਵੇਂ ਉਹ ਡਿਪਲੋਮੈਟਿਕ ਲੈਂਦੇ, ਨੋ ਕਮੈਂਟ। ਉਹ ਆਪਣੀ ਗੱਲ ਤੇ ਅੜੇ ਹੋਏ ਨੇ, ਮੁੱਦਾ ਹੀ ਇਹ ਰਹਿ ਗਿਆ ਪੰਜਾਬ ਦਾ, ਹੋਰ ਕੋਈ ਮੁੱਦਾ ਹੀ ਨਹੀਂ। ਹੁਣ ਬੇਅੰਤ ਸਿੰਘ ਕਤਲ ਚ 16-17 ਲੋਕ 17 ਲੋਕ ਮਾਰੇ ਗਏ ਸੀ ਮੇਰੇ ਖਿਆਲ, ਕਿ ਜਿਹੜੇ ਬਾਕੀ ਦੇ ਮਾਰੇ ਗਏ ਸੀ ਕਿ ਉਹ ਵੀ ਝੂਠੇ ਮੁਕਾਬਲੇ ਕਰਦੇ ਸੀ, ਕਿੰਨੇ ਤਾਂ ਭੀੜ ਚ ਲੋਕ ਨਜਾਇਜ਼ ਮਾਰੇ ਗਏ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਸੀਗਾ। ਜਿਹੜੇ ਨਿਹੰਗ ਕਤਲ ਹੋਏ ਨੇ ਸਿਮਰਜੀਤ ਮਾਨ ਜਾਂ ਪੁਲਿਸ ਵੱਲੋਂ, ਉਹਨਾਂ ਦੇ ਬਾਰੇ ਕੋਈ ਬੋਲਣ ਨੂੰ ਤਿਆਰ ਨਹੀਂ। ਹੋਰ ਕਿੰਨੇ ਇਨਕਾਊਂਟਰ ਹੋਏ ਨੇ, ਉਸ ਲੜਾਈ 'ਚ ਕਿੰਨੇ ਬੇਦੋਸ਼ੇ ਮਾਰੇ ਗਏ ਨੇ, ਉਹਦੇ ਬਾਰੇ ਕੋਈ ਬੋਲਣ ਨੂੰ ਤਿਆਰ ਨਹੀਂ। ਬਸ ਸਿਰਫ ਚੰਨਣ ਸਿੰਘ ਅੰਮ੍ਰਿਤਧਾਰੀ ਸੀ, ਕਿ ਅੰਮ੍ਰਿਤਧਾਰੀ ਹੋਣਾ ਹੀ ਕਿਸੇ ਦਾ ਗਰੰਟੀ ਹੋ ਗਈ ਹੈ। ਅੰਮ੍ਰਿਤਧਾਰੀ ਤਾਂ ਹੁਣ ਪੰਜਾਬ ਪੁਲਿਸ 'ਚ ਵੀ ਸੀ, ਫਿਰ ਪੰਜਾਬ ਪੁਲਿਸ ਨੂੰ ਸਾਰੀ ਨੂੰ ਬਰੀ ਕਰ ਦਿਓ। ਜਾਣੀ ਕਿ ਬੀਜੇਪੀ ਦਾ ਆਪਣਾ ਜਿਹੜਾ ਖੇਮਾ ਹੈ, ਗਾਂਧੀ ਨੂੰ ਪੰਜਾਬ ਵੈਸੇ ਪ੍ਰਵਾਨ ਨਹੀਂ ਕਰਦਾ। ਪੰਜਾਬ ਕੋਲ ਲੈ ਦੇ ਕੇ ਗਾਂਧੀ ਦੇ ਮੁਕਾਬਲੇ ਨੈਸ਼ਨਲ ਲੀਡਰ ਭਗਤ ਸਿੰਘ ਸੀਗਾ, ਜਿਹਨੂੰ ਅਸੀਂ ਖਤਮ ਕਰ ਲਿਆ। ਆਪ ਪੰਜਾਬ ਵਾਲੇ ਖਤਮ ਕਰੀ ਜਾਂਦੇ ਨੇ, ਦੂਜਿਆਂ ਨੂੰ ਲੋੜ ਹੀ ਨਹੀਂ, ਤੇ ਉਹਨਾਂ ਦਾ ਸਵਰਕਰ ਐਂਡ ਕੰਪਨੀ ਜਿਹੜੇ ਨੇ ਉਹ ਉੱਪਰ ਆ ਰਹੇ ਨੇ। ਹੋਰ ਉਹਨਾਂ ਨੂੰ ਕੀ ਚਾਹੀਦਾ? ਪੰਜਾਬ ਇਹਨਾਂ ਮੁੱਦਿਆਂ 'ਚ ਵੰਡ ਕੇ ਰਹਿ ਗਿਆ। ਲੜਾਈ ਕੇਂਦਰ ਨਾਲ ਲੜਨੀ ਹੈ ਭਾਜਪਾ ਨੂੰ, ਠੀਕ ਹੈ, ਬਾਂਦਰਾਂ 'ਚ ਬੁਰਕੀ ਸਿੱਟਤੀ ਤੇ ਪਾੜੀ ਜੋ ਇੱਕ ਦੂਸਰੇ ਦੇ ਕੱਪੜੇ ਈਵੀਐਮ ਦੀ ਕਿਰਪਾ ਹੋ ਗਈ ਹੈ ਜੀ। ਬਿਲਕੁਲ ਇਹੀ ਕੁਛ ਵਾਪਰਿਆ। ਦੇਖੋ ਗੱਲ ਇਹ ਆ, ਹੁਣ ਇੱਕ ਤਾਂ ਆਮ ਆਦਮੀ ਪਾਰਟੀ ਜਿਹੜੀ ਸੀ ਘਿਰਨੀ ਕਿੱਥੇ ਸੀ? ਰਾਘਵ ਚੱਡਾ ਨੂੰ ਜਿਹੜੀ ਸਲਾਹਕਾਰ ਕਮੇਟੀ ਦੀ ਚੇਅਰਮੈਨੀ ਦਿੱਤੀ ਗਈ ਆ, ਮੁੱਦਾ ਉਹ ਸੀ। ਲੇਕਿਨ ਉਸ ਮੁੱਦੇ ਤੋਂ ਧਿਆਨ ਭੜਕ ਗਿਆ ਸਾਰਿਆਂ ਦਾ, ਮੁੱਦਾ ਹੋ ਗਿਆ ਭਗਤ ਸਿੰਘ। ਭਗਤ ਸਿੰਘ ਮੁੱਦਾ ਅਜਿਹਾ ਬਣਿਆ ਜਿਹੜਾ ਨਿਪਟਣ ਦਾ ਨਾਮ ਨਹੀਂ ਲੈ ਰਿਹਾ। ਹੁਣ ਉਹਨੂੰ ਲਟਕਾ ਤਾ ਜਣਾ ਖਾਣਾ, ਜਿਹਨੂੰ ਕਦੀ ਕੁਛ ਦੇਖਿਆ ਹੀ ਨਹੀਂ, ਹਰ ਇੱਕ ਲਾਲਾ ਲਾਲਾ ਕਰਕੇ ਪਿਆ ਹੋਇਆ, ਤੇ ਦੋ ਧਿਰਾਂ ਤਾਂ ਆਹਮੋ ਸਾਹਮਣੇ ਹੋ ਗਈਆਂ, ਤੇ ਦੋ ਕੋ ਧਿਰਾਂ ਨੇ ਜਿਹੜੀਆਂ ਦਬੀ ਵਾਰ ਚ ਇੱਕ ਉਧਰ ਦੀ ਮੱਠੀ ਜੀ ਵਾਰ ਚ ਸਪੋਰਟ ਕਰੀ ਜਾਂਦੀ ਤੇ ਇੱਕ ਉਧਰ ਦੀ ਕਰੀ ਜਾਂਦੀ ਆ। ਉਹ ਜਾਣੀ ਕਿ ਜੇ ਕਹਿ ਦਈਏ ਪੂਛਾਂ ਮਗਰ ਲੱਗੀਆਂ ਨੇ, ਦੋ ਧਿਰਾਂ ਸਾਹਮਣੇ ਹੋ ਗਈ। ਹਾਂ, ਜੇ ਉਦਾਂ ਸਿਆਸੀ ਤੌਰ ਤੇ ਦੇਖੀਏ ਤੇ ਸਿਆਸੀ ਤੌਰ ਤੇ ਪੰਜਾਬ ਚ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ, ਚਾਹੇ ਆਮ ਆਦਮੀ ਪਾਰਟੀ ਆ, ਚਾਹੇ ਉਹਦੇ ਚ ਬੀਜੇਪੀ ਆ, ਚਾਹੇ ਉਹਦੇ ਚ ਅਕਾਲੀ ਦਲ ਆ, ਤੇ ਚਾਹੇ ਉਹਦੇ ਚ ਕਾਂਗਰਸ ਆ, ਸਾਰੇ ਦੇ ਸਾਰੇ ਸਿਮਰਜੀਤ ਸਿੰਘ ਮਾਨ ਦੇ ਵਿਰੋਧ ਚ ਇੱਕ ਜਗ੍ਹਾ ਤੇ ਇਕੱਠੇ ਹੋ ਗਏ। ਭਾਵੇਂ ਇਕੱਠਿਆਂ ਦੀ ਉਹਨਾਂ ਦੀ ਬਣੇ ਨਾ ਬਣੇ ਉਹ ਬਾਅਦ ਦੀ ਗੱਲ ਆ, ਪਰ ਇੱਕ ਜਗ੍ਹਾ ਇਕੱਠੇ ਹੋ ਗਏ ਕਿ ਸਿਮਰਜੀਤ ਸਿੰਘ ਮਾਨ ਨੇ ਗਲਤ ਗੱਲ ਕੀਤੀ ਆ। ਪਰ ਹੁਣ ਸਿਮਰਜੀਤ ਸਿੰਘ ਮਾਨ ਤਾਂ ਮਾਂ ਦੇ ਆਟੇ ਤਰ੍ਹਾਂ ਆਕੜ ਕੇ ਖੜ ਗਿਆ, ਉਹ ਤਾਂ ਉਹਦੇ ਤੋਂ ਪਿੱਛੇ ਆਉਣ ਲਈ ਤਿਆਰ ਹੀ ਨਹੀਂ। ਉਹ ਕਹਿੰਦਾ ਮੈਂ ਜੋ ਕਹਿਤਾ ਕਹਿਤਾ, ਗੱਲ ਖਤਮ, ਇਸ ਤੋਂ ਗਾਹ ਨਹੀਂ ਮੈਂ ਕੁਛ ਵੀ ਸੋਚਦਾ। ਹੁਣ ਦੂਜੀਆਂ ਧਿਰਾਂ ਜਿਹੜੀਆਂ ਨੇ ਉਹਦੇ ਚ ਹਰ ਇੱਕ ਰੋਟੀਆਂ ਸਿੱਕਣ ਲੱਗ ਗਿਆ ਕਿ ਮੈਨੂੰ ਕਿੰਨੀ ਕੁ ਪਬਲਿਸਿਟੀ ਮਿਲਦੀ ਹੈ। ਹੁਣ ਸ਼ਿਵ ਸੈਨਾ ਵੀ ਸਾਹਮਣੇ ਆ ਗਈ। ਮੈਂ ਹੈਰਾਨ, ਅੱਜ ਸ਼ਿਵ ਸੈਨਾ ਚ
उस प्रेस कॉन्फ्रेंस दो व्यक्ति मैं पहली बार देखे, एक शायद डॉक्टर परमजीत सिंह हुंदा सी, किसे टाइम बीएसपी वालों भी सी, शायद उन्हें चोन भी लड़ी सी, अजकल शिवसेना च दुकान चला हौला जहा। एक बीएसपी हुंदा सी जिन्हों सजा हुई सी रजिंदर पाल सिंह आनंद, ओ भी पंजाब शिवसेना च शामिल हो गया। वैसे उन्हां दे दराहे कोल दे आ, ओदा फादर दा पता नहीं कीदा, वैसे ओ ब्राह्मण परिवार चो आई थिंक जां समथिंग हिंदू परिवार चो ओदा भगवान दे आ, ते ओ नाभे नहर च डिग्गिया सी मेरे ख्याल, उस केस सजा हुई सी, ओ तां ज्वाइन कर गया शिवसेना, ते ओदे च उन्हां दे परिवार दा भी इनकाउंटर शायद होया सी किसे दा, उस कोटे च भी भर्ती होया सीगा मेरे ख्याल, शायद ओदे भरा दा सी जां फादर दा सी, होया सी इक बंदे दा, ए नहीं मैनूं पता केड़ा, किते उन्हां दा होया सी, कोई परिवार दा जी गया सी उस च, मतलब ओदा ओदी भर्ती होई सी, ते बेसिकली ओदा मेरा कल हैगा वा बठिंडे चले जाओ, उत्थे इक सराह है, इक सरदार गिल आ, कोई फतेह मोटर आला पता नहीं कौन है, ओ शिवसेना दे बने हुए ने, है ना, ते हुण राजदेव खालसा मैंबर पार्लीमेंट है, टकसाली अकाली दल चो जितया सी, एम पी बनिया सी, ते ए राष्ट्रीय सिख संगत दा वाइस प्रधान बनिया सी, फिर छड गया 15 दिनां बाद, फिर मुड़ के बीजेपी दी गोदी च बैठ गया, की करोगे तुसी, कोई आधार थोड़ी है। प्रोफेसर सरचान सिंह है, कदे मजीठी दा पीए सी, मान दल नाल भी रहा, ते लंगा दी पैरवाई करदा रहा, ओ बीजेपी दा बुलारा बन गया। गल ते है ना कि सारे किते ना किते ठार पाल रहे ने, ते ओ बीजेपी जिहड़ी है पिछले दिन बीजेपी दा जदों आप संत भिंडरां वाले दी तस्वीरां लाउण तों रोकिया सरकार ने, तां ओ जो जिहड़ा सुशील गुप्ता किहड़ा पंजाब दा इहनां दा सी नेता, ਉਹ ਮਤਲਬ ਅੱਤਵਾਦੀ ਕਹਿ ਰਿਹਾ ਪਿੰਡ ਵਾਲਿਆਂ ਨੂੰ, ਤੇ ਬੀਜੇਪੀ ਦੇ ਬੁਲਾਰੇ ਉੱਥੇ ਮੂੰਹ ਚ ਘੁੰਗਣੀਆਂ ਪਾ ਗਏ ਨੇ, ਕਹਿੰਦੇ ਅਸੀਂ ਉਹਦੀ ਨਿੰਦਾ ਕਰਦੇ ਹਾਂ, ਬਸ ਇੰਨਾ ਹੀ ਬਹੁਤ ਹੈ। ਸੋ ਗੱਲ ਇਹ ਹੈ ਨਾ ਕਿ ਇਹ ਕਾਮਰੇਡ ਬਨਾਮ ਸਿੱਖ, ਹਿੰਦੂ ਬਨਾਮ ਸਿੱਖ ਮਸਲਾ ਖੜਾ ਹੋ ਗਿਆ। ਮਾਨ ਸਾਹਿਬ ਨੂੰ ਮੌਕਾ ਮਿਲਿਆ ਸੀ, ਲੋਕ ਇਹਨਾਂ ਚ ਆ ਰਹੇ ਸੀ, ਲੋਕਾਂ ਨੂੰ ਬਦਲ ਲੱਗਿਆ ਸੀ, ਚੰਗਾ ਹੁੰਦਾ ਉਮਰ ਦੇ ਆਖਰੀ ਵਰੇ ਤੇ ਸਿਆਸਤ ਦੇ ਆਖਰੀ ਵਰੇ ਤੇ ਚਲੋ ਪੈਰ ਹੇਠ ਬਟੇਰਾ ਆ ਗਿਆ, ਲੋਕਾਂ ਨੇ ਬਦਲ ਵੇਖਿਆ, ਜਿੱਤ ਗਿਆ, ਕੁਛ ਈਵੀਐਮ ਕਿਰਪਾ ਕਰ ਗਈ ਹੋਊ, ਕਿਉਂਕਿ ਸਾਰੀ ਈਵੀਐਮ ਦੀ ਖੇਡ ਹੈ ਇੱਥੇ। ਪਹਿਲਾਂ ਈਵੀਐਮ ਦੀ ਖੇਡ ਚ ਆਮ ਆਦਮੀ ਪਾਰਟੀ ਵੀ ਤਾਂ ਬਣੀ ਹੈ, ਹੁਣ ਸਿਮਰਜੀਤ ਮਾਨ ਨੂੰ ਸਪੋਰਟ ਹੋਈ ਹੈ, ਇਹ ਹਿਡਨ ਏਜੰਡੇ ਨੇ ਕੀ ਨਹੀਂ ਹੁੰਦਾ। ਉਸ ਦੌਰਾਨ ਕੱਲ ਨੂੰ ਹੁਣ 24 ਚ ਬੀਜੇਪੀ ਧੜੱਲੇ ਨਾਲ ਜਿੱਤ ਜੇ, ਭਾਵੇਂ ਟੋਟਲ ਇੰਡੀਆ ਇਹਨਾਂ ਦੇ ਖਿਲਾਫ ਹੋਵੇ, ਤੇ ਕੋਈ ਚੁਣੌਤੀ ਨਹੀਂ ਦੇ ਸਕੇਗਾ ਕਿ ਈਵੀਐਮ ਗਲਤ ਹੈ। ਜੇ ਛੋਟੀ ਛੋਟੀ ਬੁਰਕੀ ਪਾ ਕੇ ਵੰਡ ਦਿੱਤਾ, ਤੁਸੀਂ ਕਿਵੇਂ ਵਿਰੋਧ ਕਰ ਦੋਗੇ ਫਿਰ ਈਵੀਐਮ ਦਾ। ਇਸ ਦੌਰਾਨ ਉਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਮੁੱਦਿਆਂ ਤੋਂ ਉੱਪਰ ਉੱਠਦੇ। ਇੱਕ ਵਾਰੀ ਦੇਖੋ, ਉਹਨਾਂ ਨੇ ਪੰਥ ਦੇ ਗਦਾਰਾਂ ਦੀ ਲਿਸਟ 100-150 ਬੰਦੇ ਦੀ ਜਾਰੀ ਕੀਤੀ ਸੀ। ਪੰਥ ਦੇ ਗਦਾਰਾਂ ਦੀ ਲਿਸਟ ਚ ਉਹਨਾਂ ਨੇ, ਜੇ ਮੈਂ ਗਲਤ ਨਹੀਂ, ਤੁਹਾਨੂੰ ਚੇਤੇ ਹੋਵੇਗਾ, ਜਥੇਦਾਰ ਅਰੂੜ ਸਿੰਘ ਸਰਬਰਾ ਨੂੰ ਵੀ ਗਦਾਰਾਂ ਦੀ ਸੂਚੀ ਚ ਪਾਇਆ ਸੀ। ਜੇ ਮੈਂ ਗਲਤ ਨਹੀਂ, ਤੁਸੀਂ ਕਲੀਅਰ ਕਰ ਦਿਓ, ਮੇਰੇ ਕੋਲ ਫੈਕਟ ਨਹੀਂ, ਮੇਰੇ ਕੋਲ ਬਰਬਲੀ ਜ਼ੁਬਾਨੀ ਯਾਦ ਹੈ ਕਿ ਉਹਨਾਂ ਗਦਾਰਾਂ ਦੀ ਸੂਚੀ ਚ ਅਰੂੜ ਸਿੰਘ ਨੂੰ ਵੀ ਪਾਇਆ ਸੀ, ਆਪਣੇ ਨਾਨੇ ਨੂੰ, ਜਿਹੜੀ ਸੂਚੀ ਜਥੇਦਾਰ ਦੇ ਕਹਿੰਦੇ ਸੀ ਕਿ ਇਹ ਵੀ ਗਦਾਰ, ਇਹ ਵੀ ਗਦਾਰ, ਇਹ ਵੀ ਗਦਾਰ। ਪਰ ਹੁਣ ਉਹਨੂੰ ਸਹੀ ਠਹਿਰਾ ਰਹੇ ਨੇ ਕਿ ਨਹੀਂ ਜੀ, ਇਹ ਤਾਂ ਦਰਬਾਰ ਸਾਹਿਬ ਤੇ ਅਟੈਕ ਕਰਨਾ ਸੀ, ਸੈਂਡਰਸ ਨੇ, ਉਹਨੇ ਅਡਵਾਇਰ ਨੇ ਉਹਨੂੰ ਰੋਕਣ ਦੇ ਵਾਸਤੇ ਠੰਡਾ ਕਰਨ ਨੂੰ ਸਰੋਪਾ ਪਾਇਆ ਗਿਆ। ਜੇ ਉਸ ਵਕਤ ਬ੍ਰਿਟਿਸ਼ ਗਵਰਨਮੈਂਟ ਦਰਬਾਰ ਸਾਹਿਬ ਤੇ ਅਟੈਕ ਕਰਦੀ ਤਾਂ ਆਜ਼ਾਦੀ ਇਸ ਤੋਂ ਕਿਤੇ ਪਹਿਲਾਂ ਆ ਜਾਂਦੀ। ਸਿੱਖ ਆਪਣੇ ਉਸਤੇ ਇਸ ਤਰ੍ਹਾਂ ਦਾ ਅਟੈਕ ਹਰਗਿਜ਼ ਬਰਦਾਸ਼ਤ ਨਹੀਂ ਕਰਦੇ। ਜੀ ਸੁਰਿੰਦਰ, ਅਰੁੜ ਸਿੰਘ ਨੂੰ ਗਦਾਰਾਂ ਦੀ ਸੂਚੀ ਬਿਲਕੁਲ ਪਾਇਆ ਸੀ, ਉਹ ਚ ਪ੍ਰਕਾਸ਼ ਸਿੰਘ ਬਾਦਲ ਨੂੰ ਪਾਇਆ ਸੀ, ਗੁਰਚਰਨ ਸਿੰਘ ਟੌੜਾ ਨੂੰ, ਹਰਚਰਨ ਸਿੰਘ ਲੌਂਗੋਵਾਲ ਨੂੰ, ਸਾਰੇ ਪਾਏ ਹੋਏ ਸੀ ਉਹਦੇ ਚ। ਇਥੋਂ ਤੱਕ 1986 ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਜਿਹੜੇ ਵੀ ਵੱਡੇ ਇਸ਼ਤਿਹਾਰ ਛਾਪੇ ਜਾਂਦੇ ਸੀ, ਉਹਨਾਂ ਸਾਰਿਆਂ ਚ ਇੱਕ ਬੰਨੇ ਸਿੱਖ ਕੌਮ ਦੇ ਹੀਰੇ, ਇੱਕ ਬੰਨੇ ਗਦਾਰਾਂ ਦੀਆਂ ਲਿਸਟਾਂ ਪਾਈਆਂ ਜਾਂਦੀਆਂ ਸੀ। ਉਹ ਚ ਹਰਕਿਸ਼ਨ ਸਿੰਘ ਸੁਰਜੀਤ ਦਾ ਨਾਮ ਵੀ ਹੁੰਦਾ ਸੀ, ਗੁਰਚਰਨ ਸਿੰਘ ਟੌੜੇ ਦਾ, ਮੈਨੂੰ ਅੱਜ ਤੱਕ ਯਾਦ ਆ। ਉਹਦੇ ਥੱਲੇ ਲਿਖੇ ਹੁੰਦੇ ਸੀਗੇ ਆਪਣਾ ਜਿਹੜਾ ਹਰਕਿਸ਼ਨ ਸਿੰਘ ਸੁਰਜੀਤ, ਉਹਦਾ ਮੈਨੂੰ ਪਤਾ ਨੀਗਾ, ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਥੱਲੇ ਲਿਖਿਆ ਹੁੰਦਾ ਸੀਗਾ, ਸ਼ਾਇਦ ਸ਼੍ਰੋਮਣੀ ਗਦਾਰ ਲਿਖਿਆ ਹੁੰਦਾ ਸੀਗਾ ਹਰਚਰਨ ਸਿੰਘ ਲੌਂਗੋਵਾਲ ਦੇ ਥੱਲੇ। ਤੇ ਜਿੱਥੋਂ ਤੱਕ ਗੁਰਚਰਨ ਸਿੰਘ ਟੌੜਾ ਦਾ ਸੀਗਾ,
ਉੱਥੇ ਸੀਗਾ ਸਿਆਸਤ ਲਈ ਸਭ ਕੁਛ ਵਕਾਊ ਹੈ ਨਾ ਚੌਧਰ ਲਈ ਸਭ ਕੁਛ ਵਕਾਊ ਹੈ। ਜਿੱਥੋਂ ਤੱਕ ਹਰਕਿਸ਼ਨ ਸਿੰਘ ਸੁਰਜੀਤ ਦਾ ਸੀ ਉਹਦੇ ਥੱਲੇ ਲਿਖਿਆ ਹੁੰਦਾ ਸੀਗਾ ਹਰ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦਾ ਮਾਹਰ। ਮਤਲਬ ਮੈਨੂੰ ਸਾਰੇ ਯਾਦ ਨੀ ਹੁਣ ਉਹ ਜਿੰਨੇ ਕੋ ਨਾਂ ਸੀਗੇ ਮਤਲਬ ਰੱਬ ਜਿਹਾ ਯਾਦ ਆ ਹਾਂ ਹਾਂ ਥੱਲੇ 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 ਬਕਾਇਦਾ ਲਿਖਿਆ ਹੁੰਦਾ ਸੀ ਕਿਹਦਾ ਕਿਹਦਾ ਕੀ ਕਿਉਂਕਿ ਹਰਕਿਸ਼ਨ ਸਿੰਘ ਸੁਰਜੀਤ ਹੁਣ ਸਭ ਤੋਂ ਪਹਿਲਾਂ ਖਾਲਿਸਤਾਨ ਦੀ ਮੰਗ ਉਹਨੇ ਕੀਤੀ ਸੀ। ਜਿਹੜਾ ਅਨੰਦਪੁਰ ਸਾਹਿਬ ਦਾ ਮਤਾ 1973 ਵਾਲਾ ਉਹ ਬੇਸਿਕਲੀ ਉਹ ਹਰਕਿਸ਼ਨ ਸਿੰਘ ਸੁਰਜੀਤ ਦੇ ਦਿਮਾਗ ਦੀ ਕਾਢ ਸੀ ਤੇ ਮੁੜ ਕੇ ਉਹੀ ਹਰਕਿਸ਼ਨ ਸਿੰਘ ਸੁਰਜੀਤ ਭੱਜ ਗਿਆ ਮੈਦਾਨ ਛੱਡ ਕੇ। ਇਸ ਕਰਕੇ ਇਹ ਆ ਕਿ ਇਹ ਜਿਹੜਾ ਕੁਛ ਇਹਨਾਂ ਨੇ ਕੀਤਾ ਸਿਰਫ ਕਿਉਂਕਿ ਸਿਮਰਨਜੀਤ ਸਿੰਘ ਮਾਨ ਨਾ ਬਹੁਤੀ ਜ਼ਿਆਦਾ ਡੂੰਘੀ ਸਿਆਸਤ ਨਹੀਂ ਜਾਣਦਾ ਕਿਉਂਕਿ ਉਹ IPS ਅਫਸਰ ਆ ਤੇ ਸਿਆਸਤ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਜੇ ਉਹ ਸਿਆਣਾ ਹੁੰਦਾ ਸਿਰਫ ਇੰਨੀ ਗੱਲ ਕਰ ਜਾਂਦਾ ਭਗਤ ਸਿੰਘ ਵਾਲਾ ਭਾਵੇਂ ਉਹਨੇ ਜਿੱਥੇ ਮਰਜ਼ੀ ਫਾਨਾ ਫਸਾਉਣਾ ਸੀ ਫਸਾ ਰੱਖਦਾ ਅਰੂੜ ਸਿੰਘ ਵਾਲੇ ਚ ਨਾ ਫਸਦਾ। ਉਹ ਕਹਿੰਦਾ ਦੇਖੋ ਜੀ ਉਸ ਵਕਤ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਇਆ ਮੈਂ ਆਪਦੇ ਨਾਨੇ ਦੀਆਂ ਕੀਤੀਆਂ ਗਲਤੀਆਂ ਲਈ ਮਾਫ਼ੀ ਮੰਗ ਲਈ ਸੀ ਪਰ ਜੇ ਕੁਛ ਉਹਨੇ ਕੀਤਾ ਤਾਂ ਨਾਨੇ ਨੇ ਗਲਤ ਕੀਤਾ। ਅਸੀਂ ਉਹਨੂੰ ਗਦਾਰਾਂ ਦੀ ਸੂਚੀ ਚ ਪਾਇਆ ਹੋਇਆ ਸੀ ਕਿ ਗਦਾਰ ਨੇ ਤੇ ਅੱਜ ਘੱਟੋ ਘੱਟ ਜਿਹੜੀ ਉਹ ਸਟੇਟਮੈਂਟ ਦੇ ਰਿਹਾ ਇਹ ਕਿਤੇ ਨਾ ਕਿਤੇ ਗਲਤ ਆ। ਇਹ ਉਹਨੂੰ ਨਹੀਂ ਸੀ ਦੇਣੀ ਬਣਦੀ। ਇਹ ਕਹਿਣਾ ਕਿ ਜਨਰਲ ਡਾਇਰ ਜਦੋਂ ਪਾਵਰ ਚ ਆ ਜਾਂਦਾ ਨਾ ਤੇ ਓਵਰ ਕੋਨਫੀਡੈਂਟ ਉਹਨੂੰ ਲੱਗਦਾ ਕਿ ਸ਼ਾਇਦ ਮੇਰੀ ਇਹ ਸਿਆਸਤ ਮੈਨੂੰ ਰਾਸ ਆਏਗੀ। ਹੁਣ ਉਹਨਾਂ ਨੇ ਆਖਿਆ ਕਿ ਕਿਉਂ ਨਾ ਪੈਂਦੀ ਚੱਟੇ ਕਿਉਂਕਿ ਨਾਨੇ ਦਾ ਰਿਸ਼ਤਾ ਬੜਾ ਪਿਆਰਾ ਹੁੰਦਾ ਹਰ ਇੱਕ ਲਈ ਕਿ ਨਾਨੇ ਨੂੰ ਵੀ ਕਿਉਂ ਨਾ ਬਰੀ ਕਰਦਿਆਂ ਤੇ ਆਹ ਉਹਨਾਂ ਨੇ ਨਵਾਂ ਝੁਰਲੂ ਕੱਢ ਦਿੱਤਾ। ਕਿਹੜੀ ਇਨਪੁੱਟ ਹੈ ਜਿਹਦੇ ਚ ਬ੍ਰਿਟਿਸ਼ ਗੌਰਮੈਂਟ ਮਤਲਬ ਉਹਨੇ ਦੇਖੋ ਸਾਰਿਆਂ ਨੂੰ ਡਿਵਾਈਡ ਕੀਤਾ ਹਰ ਧਰਮ ਦੀ ਮਰਿਆਦਾ ਨੂੰ ਉਹਨਾਂ ਨੇ ਪਾਲਣ ਕਰਾਇਆ ਕਿ ਸਿੱਖ ਜਿੱਥੇ ਵੀ ਸਿੱਖ ਛਾਉਣੀਆਂ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਬਾਕਾਇਦਗੀ ਨਾਲ ਉਹ ਸਤਿਕਾਰ ਵੀ ਕਰਦੇ ਸੀ ਹਨਾ ਤੇ ਉਹ ਹਰਗਿਜ਼ ਦੇ ਅਟੈਕ ਨਹੀਂ ਸੀ ਕਰ ਸਕਦੇ ਦਰਬਾਰ ਸਾਹਿਬ ਤੇ। ਉਹ ਦੇਸ਼ ਇਸ ਤੋਂ ਕਈ ਸਾਲ ਪਹਿਲਾਂ ਆਜ਼ਾਦ ਹੋ ਜਾਂਦਾ। ਸਿੱਖਾਂ ਨੇ ਸਿੱਧਾ ਅਟੈਕ ਕਰਨਾ ਸੀ ਆਜ਼ਾਦੀ ਬਾਅਦ ਦੇ ਵਿੱਚ ਪਹਿਲਾਂ ਧਰਮ ਦਾ ਮਸਲਾ ਬਣਨਾ ਸੀ ਤੇ ਅੰਗਰੇਜ਼ ਅਜਿਹੀ ਹਰਕਤ ਕਦੇ ਨਹੀਂ ਸੀ ਕਰਦੇ। ਪਰ ਇਹ ਪਤਾ ਨਹੀਂ ਕਿਹੜੇ ਰੈਫਰੈਂਸ ਕੱਢ ਕੇ ਹੁਣ ਇਹਨਾਂ ਨੇ ਆਖਿਆ ਵੀ ਚਲੋ MP ਬਣ ਗਏ ਹੁਣ ਆਪਣੇ ਨਾਨਾ ਜੀ ਨੂੰ ਵੀ ਮੁਕਤੀ ਦਵਾ ਦਈਏ ਪੰਥ ਦੀਆਂ ਉਹਦੇ ਚ। ਬਾਕੀ ਗੱਲ ਇਹ ਹੈ ਨਾ ਹੁਣ ਇਹਨਾਂ ਦਾ ਜਿਹੜਾ ਲਾਣਾ ਇਹਨਾਂ ਦੇ ਜਿਹੜੇ ਪ੍ਰਚਾਰਕ ਨੇ ਉਹ ਬਰੀ ਕਰਨ ਲੱਗੇ ਹੋਏ ਨੇ ਕਹਿੰਦੇ ਵੀ ਹੁਣ ਵਾਲੇ ਜਥੇਦਾਰਾਂ ਨੂੰ ਕਰੋ ਤੁਸੀਂ ਜੇ ਉਹਨੇ ਗਲਤ ਕੀਤਾ ਤਾਂ ਹੁਣ ਵਾਲੇ ਵੀ ਤੇ ਕਰਦੇ ਨੇ। ਯਾਰ ਉਦੋਂ ਵਾਲੇ ਨੇ ਵੀ ਕੀਤਾ ਉਹ ਵੀ ਗਲਤ ਨੇ ਤੇ ਹੁਣ ਵਾਲੇ ਨੇ ਉਹ ਵੀ ਗਲਤ ਨੇ। ਇਸ ਦੌਰਾਨ ਅਤਿੰਦਰਪਾਲ ਸਿੰਘ ਕਹਿੰਦਾ 200 ਕਰੋੜ ਰੁਪਈਆ ਪੰਥ ਦਾ ਦੱਬਿਆ ਸਿਮਰਜੀਤ ਮਾਨ ਨੇ ਉਹਨੇ ਪਾਇਆ ਹੋਇਆ ਰਾਹੁਲ ਤੇ ਗਾਂਧੀ ਨਾਲ ਕਹਿੰਦਾ ਗੂਰੀ ਜਾੜੀ ਯਾਰੀ ਹੈ। 4 ਲੱਖ ਚਿੱਠੀਆਂ ਇਹਨਾਂ ਨੇ ਵੇਚਣ ਦੀ ਗੱਲ ਕੀਤੀ ਜਾਂ ਵੰਡਣ ਦੀ ਗੱਲ ਕੀਤੀ ਆਪ ਮੰਨਦੇ ਆ ਕਿ 2.5 ਲੱਖ ਲੋਕਾਂ ਨੇ ਪੈਸੇ ਦਿੱਤੇ ਨੇ ਤੇ ਉਸ ਰਸਤੇ ਵਿੱਚ ਪਰਿਵਾਰਵਾਦ ਜਾਂ ਖਾਸ ਕਰਕੇ ਪੋਲੀਟੀਕਲ ਸਾਇਲਮ ਵੇਚਣ ਦਾ ਜਾਂ ਖਾਲਿਸਤਾਨ ਦੇ ਨਾਂ ਤੇ ਤੁਹਾਨੂੰ ਮਿਲਿਆ ਹੋਇਆ ਮੌਕਾ ਕਿੰਨੇ ਕੁ ਗਰੀਬ ਸਿੱਖ ਨੇ ਜਿਨ੍ਹਾਂ ਨੂੰ ਤੁਸੀਂ ਉਹ ਕਰ ਦਿੱਤਾ। ਤੁਸੀਂ ਬੰਦਾ ਬਹਾਦਰ ਦੇ ਨਾਂ ਤੇ ਏਅਰਪੋਰਟ ਰੱਖਣ ਦੀ ਗੱਲ ਕਰਦੇ ਹੋ ਬੰਦਾ ਬਹਾਦਰ ਦਾ, ਫਿਰ ਉਹ ਫੈਸਲਾ ਵੀ ਲਾਗੂ ਕਰੋ ਕਿ ਮਜ਼ਾਰੇ ਜ਼ਮੀਨ ਦੇ ਮਾਲਕ ਹੋਣ, ਸਰਦਾਰ ਜਗੀਰਦਾਰ ਨਾ ਹੋਣ, ਵੰਡ ਦਿਓ ਆਪਣੀ ਜ਼ਮੀਨ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਪੈਟਰਨ ਆਪਣੇ ਤੇ ਵੀ ਲਾਗੂ ਕਰੋ। ਸੋ ਇਸ ਕਰਕੇ ਗੱਲ ਇਹ ਹੈ ਨਾ ਕਿ ਇਹ ਸਾਰੇ ਸਿਲਸਿਲੇ ਵਿੱਚ ਜਿਹੜੀ ਆਪਸ ਦੇ ਵਿੱਚ ਆਸ ਸੀ ਲੋਕਾਂ ਨੂੰ ਕਿ ਮਾਨ ਸਾਹਿਬ ਸ਼ਾਇਦ ਪੰਜਾਬ ਦੀ ਸਿਆਸਤ 'ਚ ਅੱਛਾ ਬਦਲਾਅ ਲਿਆਉਣਗੇ, ਪਰ ਉਹਨਾਂ ਨੇ ਉਸ ਨੂੰ ਇਕਦਮ ਬ੍ਰੇਕ ਲਗਾ ਦਿੱਤੀ ਹੈ ਸਾਰੇ ਇਸ ਸਿਲਸਿਲੇ ਤੋਂ ਬਾਅਦ। ਤੇ ਲੋਕਾਂ ਦੀ ਕਿਤੇ ਨਾ ਕਿਤੇ ਹੋਪ ਹੈ ਜਿਹੜੀ ਟੁੱਟੀ ਹੈ ਉਹ ਭਰਾ ਮਾਰੂ ਜੰਗ ਉਹ ਜਿਹੜਾ ਉਲਝ ਕੇ ਰਹਿ ਗਿਆ ਤੇ ਮੋਦੀ ਸਾਹਿਬ ਨੂੰ ਇਹ BJP ਨੂੰ ਇਹ ਖੂਬ ਰਾਸ ਆ ਰਿਹਾ ਤੇ ਆਪਸ ਦੇ ਵਿੱਚ ਜਿਹੜਾ ਲੜਨਾ ਸੈਂਟਰ ਦੇ ਖਿਲਾਫ ਸੀ ਉਹ ਲੜ ਅਸੀਂ ਆਪਸ 'ਚ ਰਹੇ ਹਾਂ, ਇੱਕ ਦੂਸਰੇ ਦੀਆਂ ਪੱਗਾਂ ਉਤਾਰ ਰਹੇ ਹਾਂ, ਜੁੱਤਮ ਜੁੱਤੀ ਹੋ ਰਹੇ ਹਾਂ, ਆਪਣੀ ਐਨਰਜੀ ਵੇਸਟ ਕਰ ਰਹੇ ਹਾਂ। ਜੀ ਅੱਜ ਤੱਕ ਅਸੀਂ ਐਨਰਜੀ ਵੇਸਟ ਹੀ ਕੀਤੀ ਆ, ਕਿਹੜੀ ਕਿਹੜੇ ਟਿਕਾਣੇ ਲਾਈ ਆ, ਜੇ ਲਾਈ ਆ ਤਾਂ ਦੱਸ ਦੇਣ 1978 ਵਾਲੀ ਦਾ ਸਾਕਾ ਹੋਵੇ, ਉਸ ਤੋਂ ਬਾਅਦ ਕਪੂਰੀ ਵਾਲਾ ਮੋਰਚਾ ਹੋਵੇ ਤੇ ਧਰਮ ਯੁੱਧ ਮੋਰਚਾ ਹੋਵੇ, ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਾਉਣਾ ਤੇ ਕੌਮ ਸਾਰੀ ਦਾ ਕੀ ਕਹਿੰਦੇ ਹੁੰਦੇ ਕਚੂੰਬਰ ਕਢਾਉਣਾ ਤੇ ਫਿਰ 1984 ਤੇ 1984 ਤੋਂ ਬਾਅਦ 1995 ਤੱਕ ਜਿਹੜੀ ਸਾਡੀ ਹਾਲਤ ਰਹੀ ਆ, ਅਸੀਂ ਜਿੰਨੇ ਮਰਜ਼ੀ ਧਮਕ ਜੇ ਮਾਰੀਏ ਫਿਰ ਪੰਥਕ ਭਾਉਂ ਦੀਆਂ ਸਰਕਾਰਾਂ ਆ ਗਈਆਂ ਜਿਹੜੀਆਂ ਅੱਜ ਹਾਸੀਏ ਤੇ ਬੈਠੀਆਂ, ਉਹਨਾਂ ਨੇ ਕਿਹੜੀ ਕੜੀ ਘੋਲ ਕੇ ਤੁਹਾਨੂੰ ਕੀ ਕਹਿੰਦੇ ਛਕਾ ਦਿੱਤੀ ਆ, ਉਹ ਵੀ ਸਾਰਿਆਂ ਦੇ ਸਾਹਮਣੇ। ਇਸ ਕਰਕੇ ਇਹ ਆ ਕਿ ਅਸੀਂ ਅੱਜ ਤੱਕ ਪ੍ਰਾਪਤ ਕੁਝ ਕੀਤਾ ਹੀ ਨਹੀਂ।
अज तक सिखा दे लई एक गल रही खास करके सिख लीडरशिप ली कहिंदे जदों भी सत्ता तो बाहर हुंदे ने उदों मोर्चा लाउण दी तैयारी कर लैंदे उदों इन्हां नूं सारियां मंगां याद आ जांदियां जदों सत्ता च आ जांदे सारा कुछ भुल जांदे आ फिर नहीं याद कुछ और होया पिछला समां तां छड्ड दो असीं 1985 वाली भी सरकार छड्ड दिओ 1997 तों 2002 तों 7 तों 17 15 साल सरकार रही है 15 साल दे विच असी आल इंडिया गुरुद्वारा एक्ट साडी मंग सी असी की लै सके असी पानी दा मसला हल करा सके एस वाई एल दा मसला असी हल करवा लिया चंडीगढ़ दा मसला असी हल करा लिया पंजाबी बोलदे इलाकियां दा मसला असी हल करवा लिया जे करवा लिया तां दस दे सो किते ना किते गल इह आ कि असी सत्ता तो बाहर हो के फिर असी करड़े करड़े बयान दिंदे आ जिदा बंदा ना कई दिन तो नींदरा आंदा कहिंदा झट बैठिया नहीं जाना सख्त जी ना चाह बना के करड़ी जी दे दियो मैनू ता कि मेरी अखा खुलिया रह जान ते असी सत्ता तो बाहर आने फिर सानू सख्त जे बयान देने जेडे असी वाजिब समझदे आ जो सत्ता च आ गए फिर असी कहने हुण नहीं हुण तां क्योंकि सत्ता च आ ना सारे पंजाब ने सानू चुनिया हुण असी पंजाबियां दी गल करनी आ असी गरीब दी वी करनी आ असी हिंदू दी वी करनी आ सिख दी वी करनी आ मुसलमान दी करनी आ फिर बादल साहब तो कई बार कह दिंदे मैनू ना हिंदू सिख ते मुसलमान नहीं चाहिदा मैनू इंसान चाहिदा फिर असी इंसान ते आ जाने आ जी हालात कमाल ही है पंजाब दे की कहोगे कमला होवे एक समझावे वेड़ा दे वेड़ा होवे कमला तो समझावे केड़ा ए हालात ने सानू सपोर्ट किया गोल्डन की एक्सप्रेस LLC पेंसिलवेनिया वाले ने जिन्हां नूं ऑनर पेटरां दी जरूरत है जिन्हां कोल अपने रीफर होण क्योंकि इन्हां कोल रीफर दे लोड ने लरीडो टैक्सस तों जॉनस्टोन पेंसिलवेनिया दे ते लरीडो टैक्सस तों लुविनिया मिशीगन दे कंपनी के डायरेक्ट लोड ने तुसी इन्हां नूं साइन अप कर दिओ तुहाड़ी सहूलत वास्ते लोड दा समां सैट कर दिंदे ने दिहाड़ी जोता बचदा तुहाडा शिपर टू शिपर ट्रांसफर लोड ने ते 10% कमिशन चार्ज करदे ने वधिया किराए भाड़े ने ते लोड दा तापमान 33-54 डिग्री दरम्यान हुंदा है ते फ्रोजन लोड बहुत घट ने ते प्रगट सिंह वैदवान MD ने उन्हां दा ऑफिस नंबर 484-320-6800 484-320-6700 सैलफोन 302-563-0080 302-563-0080 सैलफोन है प्रगट सिंह वैदवान होरां दा ते लरीडो टैक्सस तों जॉनस्टोन पेंसिलवेनिया ते लरीडो टैक्सस तों लुविनिया मिशीगन दे लोड ने कंपनी दे डायरेक्ट लोड ने वैसे वापसी ते भी लोड हुंदे आ ਉਹ ਕਨਫਰਮ ਨਹੀਂ ਹੁੰਦੇ ਕਈ ਵਾਰੀ ਉਹ ਬ੍ਰੋਕਰ ਦੇ ਲੋੜ ਨੇ ਇਸੇ ਪਰਿਵਾਰ ਚੋਂ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ ਰੀਅਲ ਸਟੇਟ ਕਾਰੋਬਾਰ ਕਰਦੇ ਨੇ ਡੈਲਸ ਟੈਕਸਸ ਦੇ ਵਿਚ ਕਾਫ਼ੀ ਸਮੇਂ ਤੋਂ ਤੇ ਸੈਂਟਰਲ ਅਫੋਰਡੇਬਲ ਏਰੀਆ ਡੈਲਸ ਟੈਕਸਸ ਦੇ ਵਿਚ ਅਗਰ ਤੁਸੀਂ $3-5 ਲੱਖ ਡਾਲਰ ਦਾ ਘਰ ਲੈ ਸਕਦੇ ਹੋ ਇਸ ਇਲਾਕੇ ਚ ਬਹੁਤ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਤੁਹਾਡੇ ਬੱਚਿਆਂ ਲਈ ਵਧੀਆ ਰਹਿਸ਼ਗਾਹ ਸਾਬਤ ਹੋ ਸਕਦਾ ਲੋਨ ਲੈਣ ਚ ਵੀ ਇਮਦਾਦ ਕਰਦੇ ਨੇ ਜਿਹੜੇ ਵੀਰ ਟਰੈਕਿੰਗ ਦੇ ਵਿਚ ਨੇ ਕ੍ਰਾਸ ਕੰਟਰੀ ਟਰੈਕਿੰਗ ਬਿਜ਼ਨਸ ਨੇ ਉਨ੍ਹਾਂ ਲਈ ਇਹ ਇਲਾਕਾ ਕਾਫ਼ੀ ਸੂਟੇਬਲ ਹੋ ਸਕਦਾ ਰਹਿਸ਼ ਦੇ ਵਾਸਤੇ ਤੇ ਕਿਉਂਕਿ ਇਨਕਮ ਟੈਕਸ ਫਰੀ ਸਟੇਟ ਹੈ ਟੈਕਸਸ ਤੇ ਤੁਹਾਡੀ ਲੋਨ ਆਦਿ ਦਾ ਇੰਤਜ਼ਾਮਤ ਵੀ ਕਰ ਦਿੰਦੇ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ ਰੀਅਲ ਸਟੇਟ ਕਾਰੋਬਾਰੀ ਨੇ ਘਰੇਲੂ ਤੇ ਜਾਇਦਾਦ ਪ੍ਰਾਪਰਟੀ ਜਿਹੜੀ ਕਮਰਸ਼ੀਅਲ ਖਰੀਦਣੀ ਵੇਚਣੀ ਹੈ ਤੇ ਸੰਪਰਕ ਕਰੋ ਜਸਪ੍ਰੀਤ ਸਿੰਘ ਮਾਵੀ ਦਾ ਮੋਬਾਈਲ ਨੰਬਰ 972-3600 972-363-3700 ਨੰਬਰ ਹੈ ਜਸਪ੍ਰੀਤ ਸਿੰਘ ਮਾਵੀ ਦਾ ਇਸੇ ਤਰ੍ਹਾਂ ਬੇਕਰਸਫੀਲਡ ਇਲਾਕੇ ਚ ਵਿਚਰ ਰਹੇ ਹੋ ਮਾਰੋ ਟਰੈਕਟਰ ਵਾਲਿਆਂ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਜਿੱਥੇ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਛਕੋ ਛਕਾਓ ਟਰੱਕ ਤੋਂ ਆਓ ਡੀਜ਼ਲ ਪਵਾਓ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਐਡਰੈਸ 2201 ਸਾਊਥ ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜਿਪ ਕੋਡ 93307 ਰੋਡਵੇਜ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ ਜਿਨ੍ਹਾਂ ਦਾ ਨੰਬਰ 661-304-7500 661-304-7500 ਤੇ ਜੈਕ ਘੁੰਮਣ ਹੋਰਾਂ ਦਾ ਨੰਬਰ 661-885-8858 661-885-8858 ਨੰਬਰ ਹੈ ਜੈਕ ਘੁੰਮਣ ਹੋਰਾਂ ਦਾ ਸੁਖੀ ਘੁੰਮਣ ਹੋਰਾਂ ਦਾ ਨੰਬਰ 661-304-7500 ਨੰਬਰ ਹੈ ਸੁਖੀ ਘੁੰਮਣ ਹੋਰਾਂ ਦਾ
ਸਾਨੂੰ ਸਪੋਰਟ ਕੀਤਾ ਵਾਸ਼ਿੰਗਟਨ ਫਰੇਟ ਸਰਵਿਸ ਨੇ ਸੈਟਲ ਦੇ ਲੋਕਲ ਲੋਡ ਚਾਹੁੰਦੇ ਹੋ ਲੰਮੇ ਰੂਟਾਂ ਤੋਂ ਕਤਾਏ ਹੋ ਦਿਨੇ ਦਿਨੇ ਟਰੱਕ ਚਲਾਓ ਸ਼ਾਮਾਂ ਨੂੰ ਘਰ ਆਓ ਸਾਂਝ ਬਣਾਓ ਵਾਸ਼ਿੰਗਟਨ ਫਰੇਟ ਸਰਵਿਸ ਵਾਲਿਆਂ ਨਾਲ ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ ਡਰਾਈਵਿੰਗ ਦੀ ਜੋਬ ਚਾਹੀਦੀ ਹੈ ਤਾਂ ਪ੍ਰਤੀ ਘੰਟਾ ਦੇ ਹਿਸਾਬ ਨਾਲ ਅੱਛੇ ਵੇਜਸ ਪੇ ਕਰਦੇ ਨੇ ਸੋ ਡਰਾਈਵਿੰਗ ਦੀ ਜੋਬ ਦੇ ਵਾਸਤੇ ਤੇ ਸੈਟ ਇਲਾਕੇ ਦੇ ਲੋਕਲ ਲੋਡ ਵਾਸਤੇ ਆਨ ਆਪਰੇਟਰ ਡਰਾਈਵਰ ਵੀ ਸੰਪਰਕ ਕਰਨ ਜਗਦੇਵ ਸਿੰਘ ਸੰਧੂ ਦਾ ਨੰਬਰ 253-266-6924 253-266-6924 ਗੈਰੀ ਧਾਲੀਵਾਲ ਦਾ ਨੰਬਰ 206-354-4060 206-354-4060 ਨੰਬਰ ਹੈ ਗੈਰੀ ਧਾਲੀਵਾਲ ਦਾ ਸੈਟਲ ਦੇ ਲੋਡ ਅਤੇ ਡਰਾਈਵਿੰਗ ਦੀ ਜੋਬ ਦੇ ਵਾਸਤੇ ਆਨ ਆਪਰੇਟਰ ਡਰਾਈਵਰ ਵੀ ਸੰਪਰਕ ਕਰਨ ਤੇ ਬੇਕਰਸ ਫੀਲਡ ਦੇ ਵਿੱਚੋਂ ਸੁਖੀ ਘੁੰਮਣ ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਬਲਵੀਰ ਸਿੰਘ ਸਪਾਨਪਰ ਪਰਿਵਾਰ ਨੇ ਜਿਨ੍ਹਾਂ ਦੇ ਅਮਰੀਕਾ ਦੇ ਵਿਚ ਕਈ ਸਾਰੇ ਕਾਰੋਬਾਰ ਨੇ ਵਾਸ਼ਿੰਗਟਨ ਦੇ ਵਿਚ ਹੈ ਉਨ੍ਹਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫਰੀ ਚਾਹ ਸ਼ਾਵਰ ਲਾਂਡਰੀ ਫਰੀ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫਰੀ ਹੈ ਨਾਲ ਟਰੱਕਾਂ ਦਾ ਸਮਾਨ ਸਮਾਰੀ ਖਰੀਦ ਸਕਦੇ ਹੋ ਦੂਜੀ ਲੋਕੇਸ਼ਨ ਹੈ ਇਨ੍ਹਾਂ ਦੀ ਕੈਲੀਫੋਰਨੀਆ ਚ ਲਾਸਟੇਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲਾਸਟੇਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫਰੀ ਹੈ ਨਾਲ ਲਿਕਰ ਸ਼ੋਪ ਹੈ ਫਰੀ ਨਹੀਂ ਹੈ ਸਾਡਾ ਉਪਯੋਗ ਕਰੋ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425-232-8413 4-252-32-8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ ਚਿੱਬ ਕੱਢ ਕਹਿੰਦਾ ਅਸੀਂ ਗੁਰੂ ਘਰਾਂ ਦੇ ਕਬਜ਼ੇ ਕਰੀ ਬੈਠੇ ਹਾਂ ਸਿਰਫ ਪੈਸਿਆਂ ਲਈ ਅਸੀਂ ਸਿੱਖ ਹਾਂ ਸੁਖਾ ਗਰੇਵਾਲ ਥੈਂਕ ਯੂ ਤਰਸੇਮ ਸਿੰਘ ਕਹਿੰਦੇ ਟਿਵਾਣਾ ਰੇੜੀ ਦੀ ਨੱਤ ਜੀ ਟਿਕਾਣੇ ਲੱਗ ਰਹੀ ਹੈ ਨਹੀਂ ਦੇਖੋ ਆਪਾਂ ਜਿਹੜੀ ਵੀ ਧਿਰ ਬਾਈ ਜੀ ਗਲਤ ਹੈ ਨਾ ਆਪਾਂ ਗੱਲ ਇਹ ਹੈ ਨਾ ਕਿ ਮਨੁੱਖੀ ਹਕੂਕ ਦੀ ਗੱਲ ਕਰੀਏ ਸਿੱਖ ਹਿੰਦੂ ਧਰਮ ਆਪਣੇ ਆਪਣੇ ਮਸਲੇ ਚਲਾਉਣ ਇੱਕ ਦੂਸਰੇ ਦਾ ਅਪਮਾਨ ਨਾ ਕਰਨ ਹਰ ਧਰਮ ਚ ਬੁਰਾਈਆਂ ਨੇ ਕੋਈ ਕਿਸੇ ਚੀਜ਼ ਨੂੰ ਪੂਜਦਾ ਕੋਈ ਕਿਸੇ ਨੂੰ ਪੂਜਦਾ ਕਿਸੇ ਲਈ ਗ੍ਰੰਥ ਗੁਰੂ ਹੈ ਤੇ ਕਿਸੇ ਲਈ ਮੂਰਤੀ ਗੁਰੂ ਹੈ ਤੇ ਕਿਸੇ ਲਈ ਕੋਈ ਪੌਣ ਪਾਣੀ ਦਰਖਤ ਗੁਰੂ ਹੈ ਕਿਸੇ ਲਈ ਕੁਛ ਗੁਰੂ ਹੈ ਕੋਈ ਕਿਸੇ ਇਸ ਨੂੰ ਮੰਨਦਾ ਕੋਈ ਕਿਸੇ ਇਸ ਨੂੰ ਮੰਨਦਾ ਠੀਕ ਹੈ ਪਹਿਲਿਆਂ ਸਮੇਂ ਚ ਇਹ ਚੀਜ਼ਾਂ ਆਈਆਂ ਪਰ ਅੱਜ ਸਾਨੂੰ ਮਾਨਵਤਾ ਦੀ ਗੱਲ ਕਰਨੀ ਹੋਏਗੀ ਜੇ ਅਸੀਂ ਇਹਨਾਂ ਚੀਜ਼ਾਂ ਚ ਉਲਝਾਂਗੇ ਅਸੀਂ ਰੁਲ ਕੇ ਰਹਿ ਜਾਂਗੇ ਇਹ ਗੱਲ ਸਮਝਣੀ ਚਾਹੀਦੀ ਹੈ ਕਿਉਂਕਿ ਸਿਆਸਤਦਾਨ ਸਾਨੂੰ ਆਪਸ ਚ ਰੋਲਦੇ ਨੇ ਭਾਈਚਾਰਕ ਸਾਂਝ ਸਾਰਿਆਂ ਦੀ ਬਣੀ ਰਹਿਣੀ ਚਾਹੀਦੀ ਹੈ ਹਿੰਦੂ ਮੁਸਲਮਾਨ ਸਿੱਖ ਈਸਾਈ ਜੇ ਆਪਸ ਚ ਰਲ ਕੇ ਰਵਾਂਗੇ ਤਾਂ ਮੁਲਕ ਚੱਲਣਗੇ ਦੁਨੀਆਂ ਚੱਲੇਗੀ ਇਸ ਤਰ੍ਹਾਂ ਮਜ਼ਹਬਾਂ ਦੀ ਵੰਡ ਦੇ ਵਿੱਚੋਂ ਖੱਟਿਆ ਕੀ ਹੁਣ ਤੱਕ ਦੇ ਇਤਿਹਾਸ ਸਾਡੇ ਸਾਹਮਣੇ ਨੇ ਰਣਵੀਰ ਸਿੰਘ ਮਨਹਾਸ ਆਪਣੇ ਸਬਸਕ੍ਰਾਈਬਰ ਨੇ ਧੰਨਵਾਦ ਗੁਰਮੁਖ ਸਿੰਘ ਥੈਂਕ ਯੂ ਗਿਆਨ ਸਿੰਘ ਜੀ ਬਾਹਲਾ ਤੁਸੀਂ ਪਤਾ ਨਹੀਂ ਕੀ ਲਿਖਦੇ ਹੋ ਕਦੇ ਕਦੇ ਸਮਝ ਆ ਜਾਂਦਾ ਤੇ ਦਲਵੀਰ ਸਿੰਘ ਸੋਮਨਾਥ ਗੋਗਨਾ ਸੱਤਾ ਬਰਿਆਰ ਹਰਜੀਤ ਸਿੰਘ ਸਰਾਂ ਥੈਂਕ ਯੂ ਜੀ ਤੇ ਜਸਵੰਤ ਸਿੰਘ ਪ੍ਰੋਫੈਸਰ US ਤੋਂ ਗੁਰਮੀਤ ਸੰਧੂ ਸਬਸਕ੍ਰਾਈਬਰ ਆਪਣੇ ਅਹਿਮਦ ਅੰਸਾਰੀ ਜਸਵਿੰਦਰ ਸਿੰਘ ਜਸਵੀਰ ਸਿੰਘ ਰੋਟੀ ਪੁਲ ਤੋਂ ਜੋੜੇ ਪੁਲ ਵਾਲੀ ਡਰੇਨ ਸਾਫ਼ ਕਰਾਓ ਜੀ ਬਿਲਕੁਲ ਬਾਈ ਜੀ ਫੜੋ ਦੇਵ ਮਾਨ ਨੂੰ ਜਾ ਕੇ ਧਰਨਾ ਦਿਓ ਦੇਵ ਮਾਨ ਦੇ ਘਰ ਦੇ ਮੂਹਰੇ MLA ਆ ਤੁਹਾਡਾ ਉਹੀ ਕਰਵਾ ਸਕਦੇ ਨੇ ਅਸੀਂ ਤਾਂ ਗੱਲ ਹੀ ਕਰ ਸਕਦੇ ਹਾਂ ਵੀਰਿਆ ਤੁਸੀਂ ਉਹਦੇ ਵੀ ਕਮੈਂਟ ਕੀਤਾ ਸੀ ਜਿਹੜੇ ਵੋਟਾਂ ਲੈ ਕੇ ਅੱਜ ਕੱਲ੍ਹ ਘੁੰਮਦੇ ਫਿਰਦੇ ਨੇ ਉਹਨਾਂ ਨੂੰ ਚਾਹੀਦਾ ਕਿ ਇਸ ਤੇ ਕੰਮ ਕਰਨ ਰਾਮ ਬਾਬਾ ਸਿੱਧੂ ਸਾਹਿਬ ਥੈਂਕ ਯੂ ਗੁਰਵੀਰ ਥੈਂਕ ਯੂ ਰਣਜੀਤ ਸਿੰਘ ਈਸੇਵਾਲ ਤੋਂ ਦਲਵੀਰ ਸਿੰਘ ਰੰਧਾਵਾ ਬੂਟਾ ਸਿੰਘ ਮੁਕੱਦਰ ਸਿੰਘ ਤੇ ਦੀਪ ਅਨੰਦਪੁਰ ਸਾਹਿਬ ਤੋਂ ਰਵਿੰਦਰ ਜੋਸ਼ਨ ਬਾਈ ਜੀ ਗੁਰਮੀਤ ਸਿੰਘ ਕੇਵਲ ਬਹਿਰੀਨ ਤੋਂ ਮਨਦੀਪ ਸਿੰਘ ਬਲਦੇਵ ਸਿੰਘ ਬਠਿੰਡਾ ਤੋਂ ਜੋਰਾ ਸਿੰਘ ਬਲਾਜ ਸਿੰਘ ਸੰਧੂ ਅੰਕਲ ਥੈਂਕ ਯੂ ਅੱਜ ਕੱਲ੍ਹ ਕਾਲ ਨਹੀਂ ਆਉਂਦੀ ਤੁਹਾਡੀ ਹਰਵਿੰਦਰ ਸਿੰਘ ਥੈਂਕ ਯੂ ਸੁਰਿੰਦਰ ਜੀ ਪਾਰਲੀਮੈਂਟ ਦਾ ਸੈਸ਼ਨ ਕਿੱਦਾਂ ਰਿਹਾ ਫਿਰ ਮਾਨ ਸਾਹਿਬ ਨੇ ਬਿਨਾਂ ਤਲਵਾਰ ਤੋਂ ਸਹੁੰ ਚੁੱਕੀ ਲਈ ਹੈ ਤੇ ਪਾਰਲੀਮੈਂਟ ਦਾ ਓਵਰਆਲ ਸੈਸ਼ਨ ਕਿਵੇਂ ਰਿਹਾ ਤੇ ਉਧਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੇ ਸਾਹਿਬ ਨੂੰ ਸਿੰਘਾਪੁਰ ਜਾਣ ਦਿਓ ਕਿੱਡਾ ਵੱਡਾ ਮਸਲਾ ਰਾਘਵ ਚੱਡਾ ਹੋਰਾਂ ਨੇ ਉਠਾਇਆ ਪਹਿਲਾਂ ਮੈਂ ਵੇਖ ਰਿਹਾ ਅੰਬਾਨੀਆਂ ਅਡਾਨੀਆਂ ਦੇ ਕਿ ਹਰ ਚੈਨਲ ਤੇ ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਐਡਵਰਟਾਈਜ਼ ਕੀਤਾ ਭਗਵੰਤ ਮਾਨ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਗੁਰਦੁਆਰੇ ਮੱਥਾ ਟੇਕਦੇ ਨੇ 10-15 ਮਿੰਟ ਦੀ ਐਡ ਬੜੀ ਚੱਲੀ ਅੱਜ ਕੱਲ੍ਹ ਵੀ ਚੱਲਦੀ ਹੋਣੀ ਹੈ ਮੇਰੇ ਖਿਆਲ ਆ ਕਿ ਮੈਂ ਪੰਜਾਬ ਦੇ ਲੋਕਾਂ ਦਾ ਰਿਣੀ ਹੈ ਸਿੱਖਾਂ ਨੂੰ ਖੁਸ਼ ਕਰਨਾ ਪੰਜਾਬੀਆਂ ਨੂੰ ਖੁਸ਼ ਕਰਨਾ ਬਸ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦੇ ਹੋ ਜਿਵੇਂ ਅਮਿਤਾਬ ਬੱਚਨ ਭੱਜਿਆ ਭੱਜਿਆ ਦਰਬਾਰ ਸਾਹਿਬ ਆਇਆ ਸੀ ਜਦੋਂ 84 ਕਤਲੇਆਮ 'ਚ ਉਹਦਾ ਨਾਂ ਸਾਹਮਣੇ ਆ ਗਿਆ ਸੀ ਸਿੱਖ ਇੰਨੇ 'ਚ ਖੁਸ਼ ਹੋ ਜਾਂਦੇ ਨੇ ਧਰਮ ਦੀ ਥੋੜ੍ਹੀ ਜਿਹੀ ਮਾੜੀ ਜੀ ਤੁਹਾਡੇ ਗੱਲ ਕਰਦੇ ਹੋ ਵੀ ਬੜਾ ਵਧੀਆ ਧਰਮ ਹੈ ਅਤੇ ਸਿੱਖ ਪਾਟਣ 'ਤੇ ਆ ਜਾਂਦੇ ਨੇ ਪਹਿਲਾਂ ਇਹਨਾਂ ਨੂੰ ਇੱਦਾਂ ਹੀ ਗੁੰਮਰਾਹ ਸੁਬਰਾਮਣੀ ਸਵਾਮੀ ਕਰਦੇ ਰਹੇ ਨੇ
ਤੇ ਹੁਣ ਸਤਪਾਲ ਮਲਿਕ ਕਰਦੇ ਰਹੇ ਨੇ ਤੇ ਇਹ ਪੈਟਰਨ ਫਿਰ ਰਾਘਵ ਚੱਢਾ ਹੋਰਾਂ ਨੇ ਵੀ ਅਪਣਾਇਆ ਵੀਡੀਓ ਬਣਾ ਕੇ ਛੱਡ ਦਿੱਤੀ ਕਿ ਮੇਰੇ ਖਿਲਾਫ ਜੋ ਕੂੜ ਪ੍ਰਚਾਰ ਚੱਲ ਰਿਹਾ ਲੋਕਾਂ ਦੀ ਨਾਰਾਜ਼ਗੀ ਸ਼ਾਇਦ ਮੱਠੀ ਪੈ ਜਾਵੇ ਪਰ ਕਿਹੜਾ ਮੁੱਦਾ ਸੀ ਕੇਜਰੀਵਾਲ ਨੂੰ ਸਿੰਘਾਪੁਰ ਜਾਣੋ ਰੋਕਣ ਦਾ ਕਿੱਡਾ ਕੁ ਮਤਲਬ ਮੁੱਦਾ ਸੀਗਾ ਕੋਈ ਟੈਕਨੀਕਲ ਇਸ਼ੂ ਹੋਏਗਾ ਐਡੀ ਕਿਹੜੀ ਗੱਲ ਹੈ ਕਿ ਉਹਨੂੰ ਕੇਜਰੀਵਾਲ ਨੂੰ ਕੋਈ ਐਮਰਜੈਂਸੀ ਲਾਤੀ ਮੋਦੀ ਸਰਕਾਰ ਨੇ ਕੋਈ ਪੇਪਰਾਂ ਦੀ ਜਾਂ ਕੋਈ ਹੋਰ ਇਸ਼ੂ ਹੋਏਗਾ ਜੋ ਉਹਨਾਂ ਨੂੰ ਸਿੰਘਾਪੁਰ ਜਾਣ ਤੋਂ ਥੋੜੀ ਦਿੱਕਤ ਹੈ ਅਦਰਵਾਈਜ਼ ਕੋਈ ਡਿਫਾਲਟਰ ਥੋੜੇ ਨੇ ਬੀ ਟੀਮ ਹੈ ਇਹ ਆਪਣੇ ਆਪ ਨੂੰ ਸ਼ਹੀਦ ਬਣਦੇ ਨੇ ਕਿ ਸਾਨੂੰ ਸਿੰਘਾਪੁਰ ਜਾਣੋਂ ਰੋਕ ਦਿੱਤਾ ਕਿਹਨੇ ਬਾਂਹ ਫੜੀ ਹੈ ਕੇਜਰੀਵਾਲ ਦਾ ਕਿਹਨੇ ਜਹਾਜ਼ ਰੋਕ ਲਿਆ ਜਿਹੜਾ ਇਹ ਪਾਰਲੀਮੈਂਟ ਮੈਂਬਰ ਆਮ ਆਦਮੀ ਪਾਰਟੀ ਦੇ ਬੈਨਰ ਚੁੱਕੀ ਫਿਰਦੇ ਨੇ ਕੀ ਰਿਹਾ ਅੱਜ ਦਾ ਮਸਲਾ ਵੈਸੇ ਦੁੱਧ ਦਹੀਂ ਜਾਂ ਹੋਰ ਚੀਜ਼ਾਂ ਮਹਿੰਗੀਆਂ ਹੋ ਗਈਆਂ ਕਈ ਵਾਰੀ ਗਰੋਸਰੀ ਦੇਖਦੇ ਹਾਂ ਰੇਟ ਸੁਣ ਕੇ ਹੈਰਾਨ ਰਹਿ ਗਿਆ ਕੱਲ੍ਹ ਬ੍ਰੈਡ ਦਾ ਰੇਟ ਮੈਂ ਕੁਦਰਤੀ ਕਿਉਂਕਿ ਇੱਕ ਚੀਜ਼ ਲਓ ਪਤਾ ਲੱਗਦਾ ਇਕੱਠਿਆਂ ਚ ਕਈ ਵਾਰੀ ਨੋਟ ਨਹੀਂ ਕਰੀਦਾ ਇੱਕ ਸ਼ਾਪ ਤੋਂ ਸਮਾਨ ਲੈਂਦੇ ਹਾਂ ਉਹ ਕਹਿੰਦੇ ਜੀ 43 ਰੁਪਏ ਬ੍ਰੈਡ ਦੇ ਮੈਂ ਕੁਦਰਤੀ ਪੁੱਛਿਆ ਕਿੰਨੇ ਦੀ ਬ੍ਰੈਡ ਹੈ ਕੱਲ੍ਹ ਕਹਿੰਦੇ 43 ਰੁਪਏ ਦੀ ਕਮਾਲ ਹੈ ਅਕਾਲੀਆਂ ਨੇ 5 ਰੁਪਏ ਵਧਾਈ ਸੀ ਕਿੰਨੀ ਹੈ ਤੌਬਾ ਹੋਈ ਉਸ ਤੋਂ ਬਾਅਦ ਵਧਦੀ ਕਿੱਥੇ 43 ਰੁਪਏ ਪਹੁੰਚ ਗਈ ਪਰ ਹੁਣ ਬ੍ਰੈਡ ਨੂੰ ਲੈ ਕੇ ਮੈਂ ਨਹੀਂ ਕਹਿੰਦਾ ਕਿ ਅਕਾਲੀਆਂ ਦੀ ਆਲੋਚਨਾ ਨਾ ਕਰੋ ਪਰ ਜਦੋਂ ਇਹਨਾਂ ਨੇ 1 ਰੁਪਈਆ ਪਤਾ ਨਹੀਂ 5 ਰੁਪਏ ਵਿੱਚ ਰੱਖੇ ਬ੍ਰੈਡ ਕਿੱਟੀ ਵਾਲਿਆਂ ਦੇ ਕਿੱਡਾ ਰੌਲਾ ਪਿਆ ਤੇ ਅਕਾਲੀ ਬ੍ਰੈਡ ਵੀ ਖਾ ਗਏ ਜੀ ਆਹ ਖਾ ਗਏ ਜੀ ਪਰ ਹੁਣ 43 ਰੁਪਏ ਬ੍ਰੈਡ ਦਾ ਰੇਟ ਹੋ ਗਿਆ ਉਦੋਂ ਮੇਰੇ ਖਿਆਲ 20 ਤੋਂ 25 ਹੋਇਆ ਸੀ ਫਿਰ ਇਹਨਾਂ ਦੀ ਸਰਕਾਰ ਕੈਪਟਨ ਦੀ ਆਈ ਫਿਰ 25 ਤੋਂ 30-35 ਰਿਹਾ ਬਹੁਤ ਚਿਰ ਹੁਣ ਚੱਕ ਕੇ ਸਿੱਧਾ ਹੀ 43 ਤੇ ਅੱਜ ਤੇ ਹੋਰ ਵੱਧ ਜਾਣਾ ਮੇਰਾ ਖਿਆਲ ਆ ਤੇ ਉਸ ਮੁੱਦਿਆਂ ਨੂੰ ਕੋਈ ਉਠਾਉਣ ਨੂੰ ਤਿਆਰ ਨਹੀਂ ਜੀ ਸੁਰਿੰਦਰ ਕਿਵੇਂ ਰਿਹਾ ਪਾਰਲੀਮੈਂਟ ਅੱਜ ਦਾ ਜੀ ਪਾਰਲੀਮੈਂਟ ਜਾਣ ਤੋਂ ਪਹਿਲਾਂ ਇੱਕ ਅਪਡੇਟ ਹੁਣੇ ਹੁਣੇ ਆ ਰਹੀ ਹੈ ਕਿ ਐਮ ਐਸ ਪੀ ਤੇ ਇੱਕ ਕਮੇਟੀ ਬਣਾ ਦਿੱਤੀ ਹੈ ਕੇਂਦਰ ਸਰਕਾਰ ਨੇ ਨਾਮ ਕਲੀਅਰ ਨਹੀਂ ਹੋ ਰਿਹਾ ਸੰਜੇ ਅਗਰਵਾਲ ਦਾ ਨਾਮ ਕਲੀਅਰ ਹੋ ਰਿਹਾ ਜਿਹੜਾ ਮੇਰਾ ਖਿਆਲ ਸਾਬਕਾ ਖੇਤੀਬਾੜੀ ਸਕੱਤਰ ਸੀਗਾ ਸ਼ਾਇਦ ਉਹਦਾ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਬਾਕੀ ਦੇ ਨਾਮ ਅਜੇ ਕਲੀਅਰ ਨਹੀਂ ਹੋ ਰਹੇ ਕਿ ਬਿਊਰੋਕਰੇਟਸ ਕਿਹੜੇ ਪਾਏ ਗਏ ਨੇ ਪੋਲੀਟੀਸ਼ੀਅਨ ਕਿਹੜੇ ਨੇ ਔਰ ਕਿਸਾਨਾਂ ਦੇ ਕਿਹੜੇ ਨੁਮਾਇੰਦੇ ਨੇ ਇਹ ਅਜੇ ਕਲੀਅਰ ਨਹੀਂ ਹੋ ਰਿਹਾ ਪਰ ਇਹ ਕੁਛ ਅੱਜ ਜਿਹੜਾ ਉੱਥੇ ਵਾਪਰ ਗਿਆ ਹੁਣ ਆ ਜਾਈਏ ਗੱਲ ਪਾਰਲੀਮੈਂਟ ਚ ਦੇਖੋ ਗੱਲ ਇਹ ਸੀ ਮੁੱਦਾ ਚਾਹੀਦਾ ਸੀ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ ਚਾਹੀਦਾ ਸੀਗਾ ਚੰਡੀਗੜ੍ਹ ਦਾ ਮੁੱਦਾ ਚਾਹੀਦਾ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਇੱਥੋਂ ਕੇਂਦਰ ਆਪਣੇ ਅਧੀਨ ਲੈਣ ਜਾ ਰਿਹਾ ਸੈਂਟਰਲ ਯੂਨੀਵਰਸਿਟੀ ਬਣਾ ਰਿਹਾ ਉਹਦਾ ਮੁੱਦਾ ਚਾਹੀਦਾ ਸੀ ਹਰਿਆਣੇ ਨੂੰ ਵਿਧਾਨ ਸਭਾ ਲਈ ਵੱਖਰੀ ਥਾਂ ਦੇਣ ਦਾ ਇਹ ਮੁੱਦੇ ਚੱਕਣੇ ਬਣਦੇ ਸੀ ਪੰਜਾਬ ਨਾਲ ਸੰਬੰਧਿਤ ਸੀਗੇ ਲੇਕਿਨ ਮੁੱਦਾ ਚੱਕ ਦਿੱਤਾ ਸਾਰਿਆਂ ਨੇ ਜਾ ਕੇ ਵੀ ਸਾਡੇ ਸਾਹਿਬ ਨੂੰ ਤੁਸੀਂ ਸਿੰਘਾਪੁਰ ਨਹੀਂ ਜਾਣ ਦੇ ਰਹੇ ਹੁਣ ਤੁਸੀਂ ਕਿਹਾ ਵੀ ਬਾਂਹ ਫੜ ਕੇ ਕਿਹਨੇ ਰੋਕਿਆ ਬਾਂਹ ਫੜ ਕੇ ਤਾਂ ਭਾਈ ਘਰ ਵਾਲੀ ਓ ਰੋਕ ਸਕਦੀ ਹੋਰ ਕਿਹਨੇ ਰੋਕਣਾ ਸੀ ਕੋਈ ਹੱਥ ਲਾ ਸਕਦਾ ਉਹ ਪਤਾ ਨੀ ਹੁਣ ਰੋਕਿਆ ਹੋਊ ਤਾਂ ਉਹਨੇ ਰੋਕਿਆ ਹੋਊਗਾ ਕਿ ਬਹਿ ਜਾ ਤੇ ਪਬਲਿਸਿਟੀ ਕਰਨੀ ਸੀ ਅਗਲਿਆਂ ਨੇ ਕਰ ਲਈ ਆ ਪਰ ਕਿਰਕਰੀ ਵੀ ਬੜੀ ਹੋਈ ਆ ਕਿ ਸਾਰੇ ਦੇ ਸਾਰੇ ਹਿੰਦੀ ਚ ਤਖਤੀਆਂ ਚੱਕੀ ਬੈਠੇ ਆ ਭੇਜੇ ਪੰਜਾਬ ਤੋਂ ਸੀ ਪੰਜਾਬ ਦੇ ਮੁੱਦੇ ਚੱਕਣ ਲਈ ਤੇ ਉਹਨਾਂ ਨੇ ਜਾਂਦਿਆਂ ਨੇ ਆਪਦਾ ਨੈਸ਼ਨਲ ਕਨਵੀਨਰ ਹੀ ਮੋਢਿਆਂ ਤੇ ਚੱਕ ਲਿਆ ਉਹਨੂੰ ਚੱਕ ਕੇ ਲਈ ਫਿਰਦੇ ਆ ਜਿੱਦਾਂ ਉਹ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਰਾਤ ਨੂੰ ਜਦੋਂ ਪੁਲਿਸ ਭਜਾਉਣ ਆਈ ਤੇ ਰਾਮਦੇਵ ਜਿਹੜਾ ਸੀਗਾ ਬਾਬਾ ਉਹਨੂੰ ਬੀਬੀਆਂ ਨੇ ਮੋਢਿਆਂ ਤੇ ਚੱਕ ਲਿਆ ਤੇ ਉਹ ਭੱਜਿਆ ਫਿਰਦਾ ਸੀ ਲਾਲਾ ਲਾਲਾ ਕਰਦਾ ਕਹਿੰਦਾ ਪਹਿਲਾ ਘੇਰਾ ਬੀਬੀਆਂ ਦਾ ਆਊਗਾ ਦੂਜਾ ਪਤਾ ਨੀ ਕੀ ਦਾ ਤੀਜਾ ਕਾਹਦਾ ਚੌਥਾ ਤੇ ਜੇ ਪੁਲਿਸ ਆਊਗੀ ਚਾਰ ਘੇਰੇ ਤੋੜ ਕੇ ਆਊ ਜਦੋਂ ਪੁਲਿਸ ਡਾਂਗ ਫੇਰਨ ਲੱਗੀ ਤੇ ਫਿਰ ਜਨਾਨੀਆਂ ਦੇ ਕੱਪੜੇ ਸਲਵਾਰ ਵੀ ਪਾ ਕੇ ਭੱਜ ਲਿਆ ਚੁੰਨੀ ਲੈ ਕੇ ਸਿਰ ਦੇ ਉੱਤੇ ਫਿਰ ਉਹ ਕੁਛ ਵੀ ਵਾਪਰਦਾ ਜਾਨੀ ਕਿ ਜਾਂਦਿਆਂ ਨੇ ਹੁਣ ਲਾਲਾ ਜੀ ਨੂੰ ਮੋਢਿਆਂ ਤੇ ਚੱਕ ਲਿਆ ਸਾਰਿਆਂ ਨੇ ਪਰ ਇਹਦੇ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ ਕਰਾਂਗਾ ਜਿਸ ਦਿਨ ਦਿੱਲੀ ਅਕਾਲੀ ਦਲ ਇੱਕ ਅਲੱਗ ਬਣਾਇਆ ਗਿਆ ਉਹ ਬਣਾਇਆ ਗਿਆ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਚ ਉਹ ਚ ਬਾਬਾ ਹਰਨਾਮ ਸਿੰਘ ਧੁੰਮਾ ਵੀ ਗਿਆ ਉਹ ਚ ਜਸਵੀਰ ਸਿੰਘ ਰੋਡੇ ਵੀ ਗਿਆ ਉਹਦੇ ਚ ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਰਿਹਾ ਰਾਜ ਸਭਾ ਮੈਂਬਰ ਗਿਆ ਉਹ ਵੀ ਗਿਆ ਗਿਆਨੀ ਜੈਲ ਸਿੰਘ ਦਾ ਉਹ ਮੀਡੀਆ ਐਡਵਾਈਜ਼ਰ ਵੀ ਰਿਹਾ ਮਤਲਬ ਮੀਡੀਆ ਡਾਇਰੈਕਟਰ ਲਾ ਲਓ ਕੁਛ ਵੀ ਆ ਬਤੌਰ ਰਾਸ਼ਟਰਪਤੀ ਬਤੌਰ ਹੋਮ ਮਿਨਿਸਟਰ ਹੁੰਦੇ ਆ ਉਹਦੇ ਨਾਂ ਦੇ ਉਹ ਸਾਰਿਆਂ ਦੇ ਸ਼ਾਮਿਲ ਹੁੰਦੇ ਹੋਏ ਉਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸਾਨੀ ਸਾਹਿਬ ਆ ਉਹ ਵੀ ਉੱਥੇ ਸ਼ਾਮਿਲ ਨੇ ਉਹ ਗੱਲ ਨੀ ਇੱਕ ਸਮਝ ਆਈ
ਕਿ ਉਹ ਕਿਸ ਕਪੈਸਿਟੀ ਚ ਗਏ ਜਾਂ ਦਿੱਲੀ ਦੇ ਰਹਿਣ ਵਾਲੇ ਆ ਤਾਂ ਗਏ ਜਾਂ ਕਿਸ ਕਾਰਨ ਗਏ ਉਹ ਸਮਝ ਤੋਂ ਬਾਹਰ ਆ। ਚਲੋ ਰਲੀ ਮਿਲ ਗੇਮ ਹੈ ਸਭ ਬੀ ਟੀਮ ਹੈ ਉਹ ਸਾਰਾ ਕੁਛ ਉੱਥੇ ਇਕੱਠੇ ਹੀ ਨੇ ਸੈਰੀ ਸ਼ੈਕ ਨੇ ਵਿਕਰਮਜੀਤ ਸਾਹਨੀ ਕਿਹੜਾ ਕਿਸੇ ਨੂੰ ਭੁੱਲੇ ਆ ਕੌਣ ਕਹਾਣੀ ਹੈ ਕੀ ਹੈ ਨਹੀਂ ਉਹ ਤਾਂ ਹੀ ਤੇ ਫਿਰ ਪਰਮਜੀਤ ਸਿੰਘ ਸਰਨਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਸਨਮਾਨਿਤ ਕੀਤਾ ਦਿੱਲੀ ਤੇ ਨਾਲ ਕਿਹਾ ਮਾਨ ਸਾਹਿਬ ਹੁਣ ਤੁਸੀਂ ਕੌਮ ਦੇ ਬੜੇ ਵੱਡੇ ਲੀਡਰ ਬਣ ਗਏ ਹੋ ਤੇ ਤੁਹਾਨੂੰ ਧਿਆਨ ਰੱਖਣਾ ਪਊਗਾ ਐਸ ਜੀ ਪੀ ਸੀ ਹੱਥੋਂ ਨਿਕਲ ਜਾਣੀ ਆ ਦਿੱਲੀ ਕਮੇਟੀ ਤਾਂ ਨਿਕਲ ਚੁੱਕੀ ਆ ਆਪਣੇ ਨਾਲ ਇਹ ਵੀ ਕਿਹਾ ਕਿ ਜਿੱਦਾਂ ਦਿੱਲੀ ਕਮੇਟੀ ਖੋਣ ਦੇ ਲਈ ਪੰਜਾਬ ਦੇ ਸਾਰੇ ਸਾਧ ਆ ਗਏ ਸੀ ਲਾਣਾ ਇਕੱਠਾ ਹੋ ਕੇ ਕਹਿੰਦੇ ਉਦਣ ਵੀ ਮੈਂ ਕਿਹਾ ਸੀ ਕਿ ਮੇਰੇ ਹੱਥੋਂ ਜਿੱਦਣ ਕਮੇਟੀ ਨਿਕਲ ਗਈ ਮੇਰੇ ਹੱਥ ਤੇ ਨਹੀਂ ਉਹ ਦੁਬਾਰਾ ਆਉਣੀ ਤੇ ਰਹਿਣੀ ਤੁਹਾਡੇ ਹੱਥ ਵੀ ਨਹੀਂ ਜੀ। ਕਹਿੰਦਾ ਪਰ ਉਦਣ ਪੰਜਾਬ ਵਾਲੇ ਸਾਧਾਂ ਦੇ ਲਾਣੇ ਨੇ ਮੇਰੀ ਸੁਣੀ ਨੀ ਤੇ ਮਾਨ ਸਾਹਿਬ ਹੁਣ ਤੁਸੀਂ ਅਗਵਾਈ ਕਰੋ ਕੌਮ ਦੀ। ਦਿੱਲੀ ਚ ਜਿਹੜਾ ਪਰਸੋਂ ਇਕੱਠ ਹੋਇਆ ਕਹਿੰਦਾ ਉਹ ਸਰਕਾਰੀ ਇਕੱਠ ਸੀ ਯਾਨੀ ਕਿ ਸਰਨੇ ਭਰਾਵਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਮੈਂਬਰ ਪਾਰਲੀਮੈਂਟ ਬਣ ਕੇ ਸਨਮਾਨਿਤ ਕੀਤਾ ਤੇ ਨਾਲ ਇਹ ਕੁਛ ਵੀ ਸਾਰਾ ਕੁਛ ਜਿਹੜਾ ਕਹਿ ਦਿੱਤਾ। ਹੁਣ ਆ ਜਾਈਏ ਪਾਰਲੀਮੈਂਟ ਦੇ ਵਿੱਚ। ਦੇਖੋ ਪਾਰਲੀਮੈਂਟ ਚ ਸਹੁੰ ਚੱਕ ਲਈ ਸਿਮਰਨਜੀਤ ਸਿੰਘ ਮਾਨ ਨੇ ਚੱਕ ਲਈ ਜਿਹੜੇ ਬਾਕੀ ਲੋਕ ਸਭਾ ਦੋ ਮੈਂਬਰ ਸੀ ਮੇਰਾ ਖਿਆਲ ਆਏ ਉਹਨਾਂ ਤੇ ਬਾਕੀ ਜਿਹੜੇ ਰਾਜ ਸਭਾ ਚ ਆਏ ਉਹਨਾਂ ਚੱਕ ਲਈ। ਗੱਲ ਤਾਂ ਇਹ ਸੀ ਕਿ ਰਾਜ ਸਭਾ ਦੀ ਕਾਰਵਾਈ ਚੱਲਣ ਦੋ ਜੇ ਤੁਸੀਂ ਪ੍ਰੋਟੈਸਟ ਕਰਨਾ ਤਾਂ ਤੁਸੀਂ ਉੱਥੇ ਜੀਰੋ ਆਵਰ ਦੇ ਵਿੱਚ ਮੁੱਦਾ ਚੁਕਾਓ ਕਿ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਤੋਂ ਕਿਉਂ ਰੋਕਿਆ। ਕੋਈ ਵੀ ਬੰਦਾ ਮੁੱਦਾ ਚੱਕ ਦਿੰਦਾ ਹੁਣ ਲੋਕ ਸਭਾ ਚ ਇਹਨਾਂ ਦਾ ਕੋਈ ਮੈਂਬਰ ਨਹੀਂ ਦਸ ਦੇ ਦਸ ਮੈਂਬਰ ਇਹਨਾਂ ਦੇ ਰਾਜ ਸਭਾ ਚ ਇਹ ਮੁੱਦਾ ਚੱਕ ਸਕਦੇ ਸੀ ਪਰ ਇਹਨਾਂ ਦਾ ਵਾਕ ਆਊਟ ਕਰਤਾ ਲਾਲਾ ਲਾਲਾ ਕਰਤੀ ਤਾਕੀਆਂ ਚੱਕ ਲੀਆਂ ਕਹਿੰਦੇ ਅਸੀਂ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰਵਾ ਦਿੱਤੀ। ਕਿਹੜਾ ਮਾਰਕਾ ਮਾਰ ਲਿਆ ਜੀ ਪੈਸੇ ਤਾਂ ਪਬਲਿਕ ਦੇ ਨੇ ਜਿਹਦੇ ਸਿਰ ਤੇ ਕਾਰਵਾਈ ਚੱਲ ਰਹੀ ਆ ਪਬਲਿਕ ਦਾ ਟੈਕਸ ਦਾ ਪੈਸਾ ਹੈ ਤੁਸੀਂ ਜੀਰੋ ਆਵਰ ਕਾਹਦੇ ਵਾਸਤੇ ਆ ਜੀਰੋ ਆਵਰ ਇਸੇ ਕਰਕੇ ਆ ਤੁਸੀਂ ਜਾਂਦੇ ਕੋਈ ਸੀਰੀਅਸ ਇਸ਼ੂ ਉਹਨੂੰ ਚੱਕ ਲਓ ਜਿਵੇਂ ਮੋਦੀ ਦਾ ਅਮਰੀਕਾ ਦੌਰਾ ਵਿਵਾਦਾਂ ਕਰਕੇ ਅਮਰੀਕਾ ਨੇ ਰੋਕਿਆ ਸੀ ਹੁਣ ਸਿੰਗਾਪੁਰ ਦਾ ਦੌਰਾ ਕੋਈ ਸਿੰਗਾਪੁਰ ਨੇ ਥੋੜੀ ਰੋਕਿਆ ਇਹਦੇ ਚ ਇਹ ਹੈ ਕਿ ਅਮਰੀਕਾ ਨੇ ਰਿਜੈਕਟ ਕੀਤਾ ਸੀ ਮੋਦੀ ਦਾ ਵੀਜ਼ਾ ਜਿਹੜੇ ਗੋਧਰਾ ਜਾਂ ਹੋਰ ਕਾਂਡ ਕਰਕੇ ਹੁਣ 7 ਜੂਨ ਨੂੰ ਇਹਨਾਂ ਨੇ ਚਿੱਠੀ ਲਿਖੀ ਕਿ ਮੈਂ ਸਿੰਗਾਪੁਰ ਜਾਣਾ ਚਾਹੁੰਦਾ ਉੱਥੇ ਕੋਈ ਵਰਲਡ ਸਿਟੀਜ਼ ਪ੍ਰੋਗਰਾਮ ਹੋ ਰਿਹਾ ਤੇ ਇਸ ਸਬੰਧੀ ਉਹਨਾਂ ਨੇ ਫਾਈਲ ਹੈ ਜਿਹੜੀ ਰਾਜਪਾਲ ਨੂੰ ਭੇਜੀ ਹੈ ਉਹ ਫਾਈਲ ਅਜੇ ਤੱਕ ਮਨਜ਼ੂਰ ਨਹੀਂ ਕੀਤੀ ਗਈ ਤੁਸੀਂ ਉਹਦੇ ਚ ਆਰ ਟੀ ਪਾ ਲਓ 7 ਜੂਨ ਤੋਂ 7 ਜੁਲਾਈ ਇੱਕ ਮਹੀਨਾ ਤੁਸੀਂ ਆਰ ਟੀ ਪਾ ਕੇ ਪੁੱਛ ਲਓ ਕਿ ਸਾਨੂੰ ਕਿਉਂ ਨਹੀਂ ਕਿਉਂਕਿ ਵਰਲਡ ਸਿਟੀਜ਼ ਸਿਮਟ ਹੈ ਕਿ ਇੱਕ ਸ਼ਹਿਰਾਂ ਦਾ ਵਿਕਾਸ ਕਿੱਦਾਂ ਕਰਨਾ ਉਹ ਚੀਜ਼ ਹੈ ਕੀ ਉੱਥੇ ਜਾ ਕੇ ਹੀ ਦੇਖਣਾ ਜਾਂ ਆਪਣੇ ਆਪ ਨੂੰ ਪੋਲਿਸ਼ ਕਰਨਾ ਤੁਸੀਂ ਆਨਲਾਈਨ ਸਾਰੇ ਦੁਨੀਆਂ ਭਰ ਦਾ ਕਿ ਕਿਹੜਾ ਸਿਟੀ ਕਿਵੇਂ ਵਿਕਸਿਤ ਕਰਨਾ ਸਿਰਫ ਇਹ ਹੈ ਕਿ ਸਰਕਾਰੀ ਦੌਰਾ ਹੋਏਗਾ ਲਾਲਾ ਜੀ ਲਾਲੀ ਜੀ ਸਾਰੇ ਘੁੰਮੇ ਆਉਣਗੇ ਹੋਰ ਕੀ ਹੋਏਗਾ ਕਿੱਡਾ ਕੀ ਇਸ਼ੂ ਹੈ ਉਹਨੂੰ ਮਤਲਬ ਕਹਿੰਦਾ ਜਦੋਂ ਮੋਦੀ ਸਾਹਿਬ ਦੇ ਨਾਲ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਸਾਰਾ ਦੇਸ਼ ਕਹਿੰਦਾ ਮੋਦੀ ਸਾਹਿਬ ਨਾਲ ਖੜਾ ਹੋ ਗਿਆ ਸੀ ਤੇ ਅਮਰੀਕਾ ਦੀ ਆਲੋਚਨਾ ਕੀਤੀ ਸੀ ਹੁਣ ਕਹਿੰਦਾ ਮੈਨੂੰ ਸਿੰਗਾਪੁਰ ਨਹੀਂ ਜਾਣ ਦੇ ਰਹੇ ਸਾਰਾ ਦੇਸ਼ ਮੇਰੇ ਨਾਲ ਖੜਾ ਕਿਉਂ ਨਹੀਂ ਹੁੰਦਾ ਮੋਦੀ ਦੇ ਖਿਲਾਫ ਮਤਲਬ ਇਹ ਬੀ ਟੀਮ ਆਪਣੀਆਂ ਰਲ ਮਿਲ ਕੇ ਗੇਮ ਖੇਡਦੀਆਂ ਨੇ ਤੇ ਇਸ ਸਬੰਧੀ ਅਗਸਤ ਦੇ ਪਹਿਲੇ ਹਫ਼ਤੇ ਸਮਾਗਮ ਹੋਣਾ ਕਾਬਲੇ ਜ਼ਿਕਰ ਹੈ ਕਿ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਫੋਂਗ ਨੇ ਜੂਨ ਦੇ ਵਿਚ ਕੇਜਰੀਵਾਲ ਨੂੰ ਅਗਸਤ ਦੇ ਪਹਿਲੇ ਹਫ਼ਤੇ ਹੋਣ ਵਾਲੇ ਵਿਸ਼ਵ ਸੈਰ ਸੰਮੇਲਨ 2022 ਦੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਅੱਜ ਕਿੰਨੀ ਤਰੀਕ ਹੋ ਗਈ ਹੈ ਜੁਲਾਈ ਦੀ 18 ਹੈ ਨਾ ਪਹਿਲੀ ਅਗਸਤ ਨੂੰ 12 ਦਿਨ ਪਏ ਨੇ ਏਡੀ ਵੀ ਕਿਹੜੀ ਗੱਲ ਹੈ ਤੁਸੀਂ 7 ਜੂਨ ਨੂੰ ਚਿੱਠੀ ਲਿਖੀ ਹੈ ਇੱਕ ਦਿਨ ਚ ਵੀਜ਼ਾ ਲੱਗ ਜਾਂਦਾ ਇੱਕ ਘੰਟੇ ਚ ਇਸ ਕਰਕੇ ਮਤਲਬ 12 ਦਿਨ ਪਹਿਲਾਂ ਤੁਸੀਂ ਅੱਜ ਹੀ ਰੌਲਾ ਪਾ ਲਿਆ ਕਿ ਸਾਨੂੰ ਵੀਜ਼ਾ ਨਹੀਂ ਦਿੱਤਾ ਕੱਲ ਪਹਿਲਾਂ ਖਬਰ ਪਲਾਂਟ ਕਰਾਈ ਮੀਡੀਆ ਚ ਕਿ ਅਸੀਂ 7 ਜੂਨ ਨੂੰ ਚਿੱਠੀ ਲਿਖੀ ਹੈ ਤੇ ਅਸੀਂ 2 ਅਗਸਤ ਨੂੰ ਜਾਣਾ ਹੈ ਹਨਾ 2 ਜਾਂ 3 ਦਾ ਸਮਾਗਮ ਹੈ ਮੈਨੂੰ ਯਾਦ ਨਹੀਂ ਬਰਬਲੀ ਕਿੰਨੇ ਦਾ ਇਸ ਦੌਰਾਨ ਤੁਸੀਂ 15 ਦਿਨ ਪਹਿਲਾਂ ਹੀ ਪਿੱਟ ਸਿਆਪਾ ਪਾ ਲਿਆ ਪਾਰਲੀਮੈਂਟ ਦੀ ਕਾਰਵਾਈ ਉੱਥੇ ਪੰਜਾਬ ਦੇ ਮੁੱਦੇ ਉਠਾਓ ਉੱਥੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਰਾਗ ਵਿਚੜਾ ਉਠਾਵੇ ਜਿਹੜਾ ਪੰਜਾਬ ਦਾ ਟੈਕਸਪੇਅਰ ਦਾ ਪੈਸਾ ਖਾ ਰਿਹਾ ਤੇ ਸਿੰਗਾਪੁਰ ਜਾਣਾ ਕੱਲ ਨੂੰ ਵੀਜ਼ਾ ਮਿਲ ਜੂ ਤੇ ਫਿਰ ਤੁਹਾਡੇ 7 ਜਣਿਆਂ ਦਾ ਉੱਥੇ ਭੌਂਕਣ ਦਾ ਜਬਕਣ ਦਾ ਕੀ ਫਾਇਦਾ ਹੋਇਆ ਸਵਾਲ ਇਸ ਗੱਲ ਦਾ ਜਿਹੜਾ ਤੁਸੀਂ ਪਬਲਿਕ ਦਾ ਟਾਈਮ ਵੇਸਟ ਕੀਤਾ ਤੁਹਾਨੂੰ ਮੌਕਾ ਮਿਲਣਾ ਸੀ ਅੱਜ ਤੁਸੀਂ ਉੱਥੇ ਤਖ਼ਤੀਆਂ ਚੱਕ ਕੇ ਪ੍ਰਚਾਰ ਕੀਤਾ ਸਿਰਫ ਆਪਣੇ ਕੇਜਰੀਵਾਲ ਦਾ 15 ਦਿਨ ਪਏ ਨੇ ਇਹਨਾਂ ਦੀ ਯਾਤਰਾ ਚ 15 ਦਿਨ ਚ ਤੇ ਬੰਦਾ 7 ਵਾਰੀ ਸਿੰਗਾਪੁਰ ਤੋਂ ਜਾ ਕੇ ਮੁੜਿਆ ਹੋਊਗਾ ਕਿੱਡਾ ਕੁ ਲੰਮਾ ਦੌਰਾ ਤੇ ਤੁਸੀਂ 15 ਦਿਨ ਪਹਿਲਾਂ ਹੀ ਇਹ ਪਿੱਟ ਸਿਆਪਾ ਪਾ ਲਿਆ ਜੀ
देखो गल तो पहला भी पता है जे कर पंद्रह दिन पे ने पहले ही क्यों तुसी कणक खेत कुड़ी पेट आ जवाई मंडे खा भी पता नहीं किड्डा इशू हो गया जी। तुसी कोई चिट्ठी लिखी होनी कोई टेक्निकल काम होना तुहाडे कोल किन्ने टेक्निकल काम पेंडिंग ने हुण भगवंत मान कहिंदा जी इहदा रवायत होगी पता नहीं की शेर मारिया कि विरोध करो भाई विरोध तेरा कीता ही सी असी नौकरियां तो कढ़ाउण नूं फिरदा तू अगलिया नूं विरोध तेरा कीता की विरोध कीता तू मैनू फेसबुक तो ब्लॉक किया मैनू जवाब दे सीएम है तू स्टेट का साडे टैक्सपेयर के पैसे ते तेरी रोटी चलती है इस करके जे तू कहना कि विरोध करो मैं किहड़ा माड़ा विरोध कर दिता तू मैनू ब्लॉक करी बैठा होरां दा तां मैनू पता नहीं किनू किनू तू घसाउण मुखी फरवाउण नूं फिरदा पहला मैनू मेरी गल का जवाब दे भी तू कहना जिथे असी गलत हां विरोध करो मैं तां कोई उहनां दी वाल ते नहीं सी लिखिया फिर कई लोग कहणगे परसनल पर मैनू एक निक्की जी गल का जवाब दे कि सीएम का पेज है वह भगवंत मान का निजी नहीं है उहदे तो ब्लॉक करी बैठा मैनू जनाब ओदा उसे ड्रामा कर दिया कि हां सानू दसो सानू ए करो वो करो सब ड्रामे दंडा ने पी के उथे अद्धा गिलास पानी का लै जाता गेलन भर के नाले उथे डॉक्टर गुरप्रीत नू पिंदा नहर चो पानी नाले आप पींदा पता लग जाता पानी किन्ना क साफ है जा तेजा रहेला पिंड का पानी पी आवे जिथे ड्रामा शुरू किया पानिया की लड़ाई का जी। देखो गल सब तो वड्डी के चाहे अजीव दर्शन चाहे इंदिरा रेडियो ते चाहे ओदे बाद हुण मोदी मीडिया ते गोदी मीडिया ए उन्ना तो भी टप गया इन्हां दा कोई खूंजा खरला छड्या ही नहीं है ना सोशल मीडिया दा कोई कोना छड्या इन्हां ने जानी के इन्हां दा तां काम ए आ भी बटेरा भी पैर थले लई बैठे आ ते पैर भी नहीं पटते दूजे बन्ने शो भी करदे आ के साडे वर्गा समाज सेवक कोई नहीं है हालात जेड़े आ ओ इन्हां नूं पता भी पॉलिश किद्दां करना बगैर काम कीते तो सरकार दी पब्लिसिटी किद्दां करनी एक एक काम जेड़ा होया नहीं पर उन्हों चार चार बार एड किया जा रहा कैबिनेट दी मीटिंग हुई बगैर मंत्रियों नूं विभाग वंडे तो 36,000 मुलाजम पक्का कर दिता 25,000 नवी नौकरी कर दिती ला ते होल्डिंग ला 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 कर दिती लेकिन अजे तक ओ जिहड़ी 25,000 भर्ती सी ओहदी अजे तक एडवरटाइजमेंट नहीं आ रही लेकिन पहली कैबिनेट का फैसला सी की करोंगे इन्हां दा हालात ए ने कि ए उन्हां तो वध पॉलिश करदे आ ते दूसरा जिन्ना खर्चा सूबा सरकार दा इन्हां करना 3,00,000 करोड़ नूं रोंदे सी 6,00,000 करोड़ तो टपा के जाणगे 2027 च किहदे हत्थ वागडोर आउंदी ओह बाद दी गल आ पर जिहड़ा कर्जा 6,00,000 करोड़ तो टप जाणा फिर किथे जाना स्टेट ने ये तो कहिंदा जी जदों मैं घर तो चलदा पूरी स्टडी करके चलदा पैसा कित्थों आऊगा किधर जाना ते किन्नू देना अजे भी जिहड़ा 600 यूनिट वाला फैसला वापस लै लैण सीधा 3 रुपए यूनिट कर देण भी चको 3 रुपए यूनिट आ हिमाचल भी दे रहा हरियाणा भी दे रहा ये क्यों नहीं दे सकते इन्हां कोल तो पावर प्लांट अपने लाए हुए आ उन्हां दा पावर प्लांट आलिया ना सुलझो जिदा सुलझना पर लो ए थोड़ी लोगों 12-12 रुपए यूनिट पवे गल ते आ कि पॉलिश करना अज तक तुहाडे कोलो नोटिफिकेशन जारी नहीं होया 1 जुलाई तो तुसी 300 यूनिट महीने की बिजली माफ की 18 जुलाई होगी अज तक तुसी नोटिफिकेशन नहीं जारी कर सके कि जेड़ा बिल माफ होना वा ते किनू भरना पैना हुण ए भी आ रही कल दी कहिंदे एक बारी सितंबर च जिहड़ा बिल आएगा ओह सारयां दा माफ आ ओहदे बाद फैसला करांगे किन्ने भरना जिहड़ा इन्हें भरना ओह फिर अगले महीने 2-4 महीने दा कट्ठा भरूगा देखो किड्डा सोहना फैसला भी एक बारी माफ कर दो मुड़ के सारयां नूं कहोगे अगराई दे दिओ आज यानी कि
एक दे बाद एक पॉलिश कर दे तुरे जा रहे हैं। हुण दो सदन ने पार्लीमेंट दे, एक सदन दे विच इन्हां को 10 मैंबर आ ते एक च जीरो वा, जेड़ा जीरो वा उहदी ते गल ही ना करन कुछ कोई मसला उठती, ते मेन मसले उसे च उठ रहे आ। ते दूसरे च सवाए इन्हां कोल उते लाला लाला करन तो होर कुछ है भी नहीं। मुद्दा उठाउणा, मुद्दा उठाओ, दिल्ली का उठाओ, पंजाब का उठाओ, हिमाचल का उठाओ, हरियाणे का उठाओ, तुसी गुजरात का उठाओ, जेडे का मर्जी उठा दो। राज्यसभा के मैंबर नू जां लोकसभा के मैंबर नू कोई प्रॉब्लम थोड़ी है। मुद्दा पूरे कंट्री का किचों भी उठा सकता बंदा, उठाउणा बनदा। कंट्री तो बाहरला भी कोई मुद्दा तुहाडी स्टेट दे नाल संबंधित है, तुसी उह भी मुद्दा उठा सकते हो। ਤੁਹਾਡੇ ਦੇਸ਼ ਨਾਲ ਸੰਬੰਧਿਤ ਗੁਆਂਢੀ ਮੁਲਕ ਨਾਲ ਕੋਈ ਮੁੱਦਾ, ਉਸ ਮਸਲੇ ਨੂੰ ਵੀ ਤੁਸੀਂ ਉਠਾ ਸਕਦੇ ਹੋ, ਪਰ ਉਠਾਉਣਾ ਤਾਂ ਹੋਵੇ ਨਾ। ਗੱਲ ਤੇ ਕਿ ਜਦੋਂ ਮਸਲਾ ਹੀ ਉਠਾਉਣ ਦੀ ਨੀਅਤ ਨਹੀਂ ਹੈ, ਕੇਵਲ ਤੇ ਕੇਵਲ ਪੋਲਿਸ਼ ਕਰਨਾ ਤੇ ਲੋਕਾਂ ਨੂੰ ਬੇਵਕੂ ਬਣਾਉਣਾ ਤੇ ਬੱਲੇ ਬੱਲੇ ਅਸੀਂ ਲਾਲਾ ਲਾਲਾ ਕਰ ਦਿੱਤੀ, ਇਹ ਨੀ ਪਤਾ ਕਿ ਥੱਲੇ ਗਾਲਾਂ ਕਿੰਨੀਆਂ ਕੋ ਪੈ ਰਹੀਆਂ, ਉਹ ਨੀ ਪੜ੍ਹਦੇ। ਪਹਿਲਾਂ ਐਡਵਰਟਾਈਜ਼ ਲਾਈ, ਗੁਰਦੁਆਰਿਆਂ ਦੇ ਮੱਥੇ ਟੇਕੇ, ਸ਼ਬਦ ਲਾਏ, ਮੈਂ ਰਿਣੀ ਆ ਪੰਜਾਬ ਦਾ, ਭਗਵੰਤ ਦਾ, ਮਤਲਬ ਡਰਾਮੇ ਦੀ ਹੱਦ ਹੈ। ਉਹਨਾਂ ਨੂੰ ਪਤਾ ਹੈ ਕਿ ਲੋਕ ਚੱਪਲ ਚੱਟ ਨੇ ਬਹੁਤੇ, ਸੋ ਇਸ ਕਰਕੇ ਅਗਲੇ ਨੂੰ ਪਤਾ ਕਿ ਇਹ ਸਿਲਸਿਲਾ ਚੱਲਣਾ। ਤੇ ਪਾਰਲੀਮੈਂਟ ਸੈਸ਼ਨ ਦੇ ਦੌਰਾਨ ਅੱਜ ਜਿਸ ਤਰ੍ਹਾਂ ਮਹਿੰਗਾਈ ਵਧੀ ਹੈ, ਇਹ ਮੁੱਦਾ ਪਾਰਲੀਮੈਂਟ ਚ ਵੀ ਉਠਿਆ ਕਿ ਜਿਸ ਤਰ੍ਹਾਂ GST ਧੜਾ ਧੜ ਬਹੁਤ ਸਾਰੇ ਇਸ਼ੂਜ ਖਾਣ ਪੀਣ ਦੀਆਂ ਵਸਤਾਂ ਤੇ ਪਦਾਰਥਾਂ ਤੇ ਲੱਗ ਰਹੀ ਹੈ ਉਸ ਦੌਰਾਨ, ਤੇ ਉਸ ਤੇ ਗੱਲਬਾਤ ਕਰਾਂਗੇ। ਤੇ ਨਾਲ ਨਾਲ ਮਨਪ੍ਰੀਤ ਸਿੰਘ ਇਆਲੀ ਨੇ ਬਾਈਕਾਟ ਕਰ ਦਿੱਤਾ NDA ਉਮੀਦਵਾਰ ਦਾ, ਪਰ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ। ਪਰ ਹਾਂ, ਮਨਪ੍ਰੀਤ ਇਆਲੀ ਆਪਣੀ ਛਵੀ ਥੋੜੀ ਜਿਹੀ ਨਿਖਾਰ ਗਿਆ ਇਸ ਦੇ ਨਾਲ, ਤੇ ਉਹ ਤੈਅ ਹੀ ਹੈ ਤਕਰੀਬਨ ਜਿਹੜਾ ਦ੍ਰੋਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ, ਤੇ ਉਹਦੇ ਚ ਕੋਈ ਦੋਰਾਵਾ ਨਹੀਂ ਹੈ। ਇੱਕ ਦੋ ਥੋੜਾ ਜਿਹਾ ਜਲਦੀ ਸਮਾਪਤ ਕਰਾਂਗੇ। ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ LLC ਪੈਨਸਲਵੇਨੀਆ ਵਾਲਿਆਂ ਨੇ, ਜਿਨ੍ਹਾਂ ਨੂੰ ਅਨਰਪਿਟ ਚਾਹੀਦੇ ਨੇ, ਜਿਨ੍ਹਾਂ ਕੋਲ ਆਪਣੇ ਰੀਫਰ ਹੋਣ, ਕਿਉਂਕਿ ਇਹਨਾਂ ਨੂੰ ਰੀਫਰ ਦਾ ਲੋਡ ਮੁਹੱਈਆ ਕਰਾਉਂਦੇ ਨੇ ਤੁਹਾਨੂੰ, ਲਰੀਡੋ ਟੈਕਸਿਸ ਤੋਂ ਜੌਨਸਟਨ ਪੈਨਸਲਵੇਨੀਆ ਤੇ ਲਰੀਡੋ ਟੈਕਸਿਸ ਤੋਂ ਲਵੇਨੀਆ ਮਿਸ਼ੀਗਨ ਦੇ, ਤੇ ਕੰਪਨੀ ਦੇ ਡਾਇਰੈਕਟ ਲੋਡ ਨੇ। ਤੁਸੀਂ ਇਹਨਾਂ ਨੂੰ ਸਾਈਨ ਅਪ ਕਰ ਦਿਓ, ਤੁਹਾਡੀ ਸਹੂਲਤ ਮੁਤਾਬਕ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੋਤਾਂ ਬਚਦਾ। ਲੋਡ 33-54 ਡਿਗਰੀ ਟੈਂਪਰੇਚਰ ਦੇ ਹੁੰਦੇ ਨੇ, ਫਰੋਜ਼ਨ ਲੋਡ ਬਹੁਤ ਘੱਟ ਨੇ, ਇਸ ਕਰਕੇ ਤੁਹਾਡੀ ਡੀਜ਼ਲ ਦੀ ਖਪਤ ਰੀਫਰ ਦੀ ਘੱਟਦੀ ਹੈ, ਤੇ ਰੀਫਰ ਲੈਣ ਚ ਵੀ ਇਮਦਾਦ ਕਰਦੇ ਨੇ। ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ, ਵਧੀਆ ਕਿਰਾਏ ਭਾੜੇ ਦਿੰਦੇ ਨੇ, 10% ਕਮਿਸ਼ਨ ਚਾਰਜ ਕਰਦੇ ਨੇ। ਪ੍ਰਗਟ ਸਿੰਘ ਬੈਦਵਾਨ MD ਨੇ, ਉਹਨਾਂ ਦਾ ਸੈੱਲ ਫੋਨ ਨੋਟ ਕਰ ਲਓ, 302-563-0080 ਸੈੱਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ, ਤੇ ਆਫਿਸ ਨੰਬਰ ਹੈ 484-320-6600 484-320-6700 ਸੈੱਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ, ਆਫਿਸ ਨੰਬਰ ਹੈ ਸੋਰੀ, ਤੇ ਵੈਬਸਾਈਟ ਹੈ goldenkeyexpress.com ਤੇ ਈਮੇਲ ਹੈ goldenkeyexpress@gmail.com। ਗੋਲਡਨ ਕੀ ਐਕਸਪ੍ਰੈਸ ਦੀ ਵੈਬਸਾਈਟ ਹੈ goldenkeyexpress.com। ਲਰੀਡੋ ਟੈਕਸਿਸ ਤੋਂ ਜੌਨਸਟਨ ਪੈਨਸਲਵੇਨੀਆ ਤੇ ਲਰੀਡੋ ਟੈਕਸਿਸ ਤੋਂ ਲਵੇਨੀਆ ਮਿਸ਼ੀਗਨ ਦੇ ਲੋਡ ਤੁਹਾਨੂੰ ਮੁਹੱਈਆ ਕਰਾਉਂਦੇ ਨੇ। ਤੇ ਇਸੇ ਪਰਿਵਾਰ ਚੋਂ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ, ਡੈਲਸ ਟੈਕਸਿਸ ਦੇ ਵਿੱਚ ਰੀਅਲ ਸਟੇਟ ਕਾਰੋਬਾਰ ਕਰਦੇ ਨੇ। ਜੇ ਤੁਸੀਂ ਇਸ ਇਲਾਕੇ ਚ ਕੋਈ ਘਰੇਲੂ ਜਾਂ ਵਪਾਰਕ ਜਾਇਦਾਦ ਲੈਣੀ ਹੈ ਤਾਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੁਹਾਡੀ ਲੋਨ ਲੈਣ ਦੇ ਵਿੱਚ ਵੀ ਇਮਦਾਦ ਕਰਦੇ ਨੇ। ਤੇ ਟੈਲਸ ਦਾ ਸੈਂਟਰਲ ਅਫੋਰਡੇਬਲ ਏਰੀਆ ਟੈਕਸਿਸ ਡੈਲਸਿਸ ਦੇ ਵਿੱਚ ਤੁਹਾਨੂੰ ਜਿਹੜਾ ਵਧੀਆ ਘਰ $3-5 ਲੱਖ ਦਾ ਮਿਲ ਸਕਦਾ। ਇਸ ਇਲਾਕੇ ਚ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਤੇ ਤੁਹਾਡੇ ਬੱਚਿਆਂ ਲਈ ਵਧੀਆ ਰਹਾਇਸ਼ ਸਾਬਤ ਹੋ ਸਕਦੀ ਹੈ। ਜੋ ਵੀ ਟ੍ਰੈਕਿੰਗ ਦੇ ਵਿੱਚ ਨੇ ਉਹਨਾਂ ਲਈ, ਕ੍ਰੋਸ ਕੰਟਰੀ ਡਰਾਈਵ ਕਰਦੇ ਨੇ, ਉਹਨਾਂ ਲਈ ਇਹ ਏਰੀਆ ਕਾਫੀ ਸੂਟੇਬਲ ਹੋ ਸਕਦਾ। ਇਨਕਮ ਟੈਕਸ ਫਰੀ ਸਟੇਟ ਹੈ ਟੈਕਸਿਸ, ਤੇ ਤੁਸੀਂ ਸੰਪਰਕ ਕਰਨਾ ਰੀਅਲ ਸਟੇਟ ਕਾਰੋਬਾਰੀ ਡਾਕਟਰ ਜਸਪ੍ਰੀਤ ਸਿੰਘ ਮਾਵੀ ਦਾ। ਸੈੱਲ ਨੰਬਰ ਹੈ 972-363-3700 972-363-3700 972-363-3700
सुरिंदर जी जिस तरह मनप्रीत इयाली होर दा रुझान थोड़ा जिहा पंजाब दे विच भी काफी सॉफ्ट दिसिया, आम आदमी पार्टी उन्हां दी बड़ी तारीफ करती रही, नेता तो भावे विरोधी धिर दे ने पर छवि उन्हां दी सरकार च भी वधिया। हुण उन्हां ने बीजेपी दे अलाने उम्मीदवार का विरोध कर दिता कि मेरे तो पुछ के फैसला नहीं लिया गया, सो अकाली दल तो थोड़ी वक्री छवि उधार रहे ने। की कोई पलटी बच सकती है जां फिर यह है कि इन्हां नूं लीडरशिप सौंपी जा सकती है, पर जे इन्नी बगावत करते हैं तो बादल हरगिज इन्हां नूं अपनी पार्टी की कमांड नहीं देंगे। मनप्रीत इयाली का मौके तो वोट पाने तो इनकार करना जी किदां वेखदे हो? मनप्रीत इयाली जदों जिला परिषद लुधियाणा का चेयरमैन हुंदा सी मैं उदों तो जानदा ते इह विचारा मैं इहदी उह हालत भी देखी आ कि जदों सुखबीर बादल दे मोहरे तरले कढ़दा सी कि मैनूं जूथ दा प्रधान बनाया जावे पर इहनूं जूथ दी प्रधानगी नहीं दित्ती गई। अखीर MLA बनिया, चलो MLA रहा, चंगी गल है, 17 च हार गया, 19 च दोबारा जितया और समझो को उस वेले मुख्यमंत्री नूं हराया सी, कैप्टन अमरिंदर सिंह दे खासम खास नूं इहने हराया सी, ते 22 च जदों हनेरी चुली उस हनेरी च खुद नूं बचाउण च कामयाब हो गया, यानी के मालवे चो इको ही बचिया, 69 सीटां दे विचों इक बचिया, ओ कला मनप्रीत इयाली सी। उस तो बाद एक कमेटी बनती आ जेड़ी कमेटी सारे पंजाब दे विच तकरीबन 100 सीटा तो उपर वध सीटा ते गई सी, जिथे लोकां दे व्यू लाए सी कि पार्टी दी ए हालत होण दा कारण की आ, ओ रिपोर्ट अज तक खोली नहीं गई, ए उस कमेटी दे विच सी। ए वार वार इको ही गल कहिंदा सी कि जो मर्जी होवे पार्टी प्रधान नूं पासे होना चाहिए, पर सुखबीर सिंह बादल नूं ए सी, ओ कहिंदे जे मैं एक बारी पासे हो गया मैनूं पता मेरी दोबारा वारी नहीं आउणी है। रह गई गल कि जे कह दईए कि मनप्रीत इयाली नूं प्रधानगी जां कुछ मिलूगी, ओ तो दूर दी गल आ, ए मनप्रीत इयाली नूं भी पता, पर जिन्नी को मेरी इस स्टेटमेंट आउण तों बाद गल होई आ अगले 2-3 दिनां च अनुशासनी कारवाई मनप्रीत इयाली ते हो रही आ, ओनू पार्टी तो बाहर दा रस्ता दिखाउण दी तैयारी कर ली गई आ। हुण देखणा इह पएगा कि मनप्रीत इयाली कल्ला जांदा जां ओहदे नाल इक MLA होर जांदा, जे 2 MLA चले गए ते फिर अकाली दल कोल विधान सभा च की बचदा। वैसे आपां पिछले दिन भी जिक्र कीता सी कि जिस तरह बड़ियां पलोस पलोस के गल्लां मुख्यमंत्री भी हर गल इहनू मुखातब होके बोलदा सी, लगदा ही नहीं सी कि मनप्रीत इयाली कोई मतलब विरोधी धर दे नेता ने, सो उहनां दी मतलब बड़ी सैटिंग सी जां इस तरह दा सी, सो पासे पलटणगे इस तरह जां आजाद दे तौर ते विचरणगे, क्योंकि अपना बिजनेस है, कामकार ने, रियल स्टेट का कारोबारी भी ने, ते अगला कहिंदा 5 साल कढो अपने, क्योंकि हुण डुबदी बेड़ी अकाली दल दी, अगला अपना बिजनेस भी वेखदा। वैसे उदों लगदा सी कि सब अच्छा नहीं है, पर लोग कहिंदे सी जी मनप्रीत इयाली दी छवि गुड है, इहनूं प्रधान बना दिओ, फिर ते प्रधान बना के पार्टी को ले जानी सी उन्होंने, है ना जी। चलो खैर UP च इन्हां को बड़ा वड्डा उहदा फार्म आ, मेरा ख्याल उत्थे तकरीबन 500 एकड़ तो जां 600 एकड़ दे आस पास इन्हां को अपनी जमीन है, इत्थे भी कम उहदा तकड़ा, पर तुसीं देखो जिस BJP नाल उहने मत्था लाया, तैनूं याद होएगा पिछले दिनी जदों ED दी रेड होई सी, इहने परवाह नहीं कीती, उहने कहा जो चेक करना कर लो, पिया सारा कुछ सामने आ, पखा कुछ पाया नहीं होया, पर उसे पार्टी दे विरुद्ध स्टैंड लेना कितना किते आ कि अकाली दल दे अंदर भी सब कुछ सही नहीं है। और दूसरी गल मनप्रीत इयाली का स्टैंड लेना ते विरसा सिंह वलटोए का केडे तरीके ना मनप्रीत इयाली की सपोर्ट कर जाना, ए आ कि अकाली दल दे अंदर भी सब कुछ सही नहीं है। दिल्ली वाले नाल अलायंस हो सकता इन्हां दा, क्योंकि ओहदी भी सपोर्ट BJP दी जां टेढ़े तरीके नाल होगी जिहड़ा दिल्ली च गठन हो रहा, जां फिर इह है कि दिल्ली दे टोकरी वाले अकाली दल दी बिना ते पंजाब च कोई नवा अकाली दल जिन्हां दी अपनी छवि थोड़ी जी ठीक है ते इह मतलब अपने तौर ते खड़ा कर सकदे ने जिवें विरसा सिंह वलटोहा दा, क्योंकि पीड़ित तां विरसा सिंह वलटोहा भी रहा कई फैसलां तों, ईवन जिहड़ा
कई फैसले होए ने, डेरा सिरसे वाला फैसला होया, नू माफी दा जां होर उन्हां च विरोध करन वालियां च विरसा सिंह वलडोआ भी सी, समेत सिंह सैणी दी नियुक्ति दा भी उन्होंने विरोध कीता सी, पर उदों सुनी कोई नहीं सी जांदी। ते की अकाली दल दे विच फिर कोई नवी फुट दे समीकरण इस चों निकलदे ने कि कोई वखरा धड़ा अकाली दल अपनी साफ सवी वाला पंजाब च बनावे, जां फिर जिहड़ा दिल्ली वाला टोकरी वाला अकाली दल है, दिल्ली स्टेट अकाली दल है, मनजिंदर सिंह अपना मनजिंदर सरसई कह लो, कोई गल नहीं, हरमीत कालका वाला, ओहदे नाल कोई पैचअप होके चोणां लड़न दा रुझान? देखो ਜਦੋਂ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਚ ਸਿੱਧਮ ਸਿੱਧਾ ਐਂਟਰੀ ਪਾਉਂਦਾ, ਮਨਜਿੰਦਰ ਸਿਰਸੇ ਦੀ ਐਂਟਰੀ ਪਾਉਣ ਤੋਂ ਪਹਿਲਾਂ ਵਾਇਆ ਸੁਖਦੇਵ ਸਿੰਘ ਢੀਂਗਸਾ ਮਨਜੀਤ ਸਿੰਘ ਜੀ ਕੇ ਬੀਜੇਪੀ ਦੇ ਨੇੜੇ ਲੱਗਦਾ, ਉਹਦੇ ਬਾਅਦ ਸਿਰਸਾ ਸਿੱਧੀ ਐਂਟਰੀ ਮਾਰਦਾ, ਫਿਰ ਉਹਨਾਂ ਦੇ ਵਿਚ ਟਕਸਾਲ ਦੇ ਖਾਸਮ ਖਾਸ ਵਿਅਕਤੀ ਜਿਹੜੇ ਸੀ ਸਰਚਾਮ ਸਿੰਘ ਵਰਗੇ, ਉਹ ਜਾਂਦੇ ਨੇ ਮਨਜਿੰਦਰ ਸਿੰਘ ਸਿਰਸਾ ਦੇ ਰਾਹੀਂ, ਤੇ ਹੁਣ ਬਾਬਾ ਹਰਨਾਮ ਸਿੰਘ ਧੁੰਮਾ ਵੀ ਮਨਜਿੰਦਰ ਸਿੰਘ ਸਿਰਸਾ ਰਾਹੀਂ ਜਾ ਕੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਨੁਕਤਾਚੀਨੀ ਜਦੋਂ ਹਰਮੀਤ ਸਿੰਘ ਕਾਲਕਾ ਦਾ ਅਕਾਲੀ ਦਲ ਬਣਾਇਆ ਜਾਂਦਾ ਉੱਥੇ ਕਰਦਾ ਹੈ, ਤੇ ਫਿਰ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੁੰਦੇ ਆ ਕਿ ਹੋਰ ਕੌਣ ਕੌਣ ਲਿੰਕ ਚ ਬੈਠਾ ਹੈ। ਅਜੇ ਮੈਂ ਕਹਿ ਨਹੀਂ ਸਕਦਾ ਕਿ ਪੰਜਾਬ ਚ ਕੀ ਵਾਪਰਦਾ, ਪਰ ਮੈਨੂੰ ਹੁਣ ਖਾਸਾ ਇਹ ਆ ਮਨਪ੍ਰੀਤ ਆਲੀ ਨੂੰ ਕੱਲੇ ਨੂੰ ਕੱਢਣਗੇ, ਤੇ ਮਗਰ ਜਿਹੜੇ ਦੋ ਮੈਂਬਰ ਬਚਣਗੇ ਇੱਕ ਨੇ ਤਾਂ ਕੱਖ ਬੋਲਣਾ ਹੀ ਨਹੀਂ, ਉਹ ਤੇ ਵਿਚਾਰੀ ਇੰਨਾ ਬੋਲਦੀ ਆ, ਤੇ ਮਜੀਠੀਆ ਦੀ ਮਾਤਾ ਵਿਚਾਰੀ ਬਹੁਤ ਪਰੇਸ਼ਾਨ ਆ, ਉਹਨੂੰ ਨੀਂਦ ਨਹੀਂ ਆ ਰਹੀ, ਤੇ ਦੂਜਾ ਸਾਰਿਆਂ ਦੇ ਸਾਰੇ ਬੱਚੇ ਜਿਹੜੇ ਆ ਉਹ ਆਪਣੇ ਮਾਂ ਬਾਪ ਨਾਲ ਛੁੱਟੀਆਂ ਤੇ ਘੁੰਮਣ ਗਏ ਆ, ਮੇਰੇ ਬੱਚੇ ਆਪਣੇ ਪਿਓ ਨੂੰ ਉਡੀਕ ਰਹੇ ਆ ਕਿ ਉਹਨਾਂ ਦਾ ਪਿਓ ਜੇਲ ਚ ਆ, ਕਦੋਂ ਆਊਗਾ ਤਾਂ ਅਸੀਂ ਛੁੱਟੀਆਂ ਤੇ ਕਦੋਂ ਜਾਵਾਂਗਾ, ਇਹਦੇ ਇਲਾਵਾ ਉਹਨੂੰ ਹੋਰ ਕੁਛ ਨਹੀਂ ਪਤਾ। ਤੇ ਫਿਰ ਵਿਧਾਨ ਸਭਾ ਚ ਬਚਦਾ ਕੀ ਅਕਾਲੀ ਦਲ ਕੋਲ? ਖੁਦਾ ਨਾ ਖਾਸਤਾ ਡਾਕਟਰ ਸੁਖਵਿੰਦਰ ਸੁੱਖੀ ਨੇ ਵੀ ਸੋਚਿਆ ਕਿ ਇੱਥੇ ਬਹੁਤਾ ਕੁਛ ਹੁਣ ਨਹੀਂ ਬਚਣਾ, ਉਹ ਮਨਪ੍ਰੀਤ ਆਲੀ ਨਾਲ ਜੇ ਤੁਰ ਗਿਆ ਫਿਰ ਗਨੀਬ ਕੌਰ ਮਜੀਠੀਆ ਕੀ ਕਰੂਗੀ? ਫਿਰ ਤਾਂ ਉਹਨੇ ਜਾਣਾ ਹੀ ਨਹੀਂ, ਉਹਨੇ ਸੋਚਣਾ ਉੱਥੇ ਬਚਿਆ ਕੀ ਅਕਾਲੀ ਦਲ ਨੇ। ਜਦੋਂ ਕੋਈ ਮੁੱਦਾ ਚੱਕਣ ਲੱਗੂਗੀ ਤੇ ਸੱਤਾਧਾਰੀ ਧਿਰ ਨੇ ਇੱਕੋ ਹੀ ਕਹਿਣਾ ਕਿ ਮਜੀਠੀਆ ਨੇ ਪੰਜਾਬ ਬਰਬਾਦ ਕਰਵਾ ਦਿੱਤਾ, ਤੇ ਚੁੱਪ ਕਰਕੇ ਬਹਿ ਜੂਗੀ, ਉਹਦੇ ਅੱਲੇ ਪੱਲੇ ਕੁਛ ਨਹੀਂ ਬਚਣਾ, ਤੇ ਫਿਰ ਕੀ ਹੋਊਗਾ? ਫਿਰ ਸੱਤਾਧਾਰੀ ਧਿਰ ਦਾ ਇਸ ਅਕਾਲੀ ਦਲ ਦਾ ਜਿਹੜਾ ਚੋਣ ਨਿਸ਼ਾਨ ਤੱਕੜੀ ਆ, ਤੇ ਜੇ ਦੋ MLA ਜਿਹੜੇ ਆ ਉਹ ਤੱਕੜੀ ਉਹ ਫੜ ਕੇ ਲੈ ਜਾਣਗੇ, ਤੇ ਫਿਰ ਅਕਾਲੀ ਦਲ ਕਿੱਧਰ ਨੂੰ ਜਾਊਗਾ? ਫਿਰ ਤੱਕੜੀ ਤੇ ਵੀ ਸਵਾਲ ਖੜੇ ਹੋਣਗੇ ਕਿ ਤੱਕੜੀ ਗਾਇਬ ਹੋ ਗਈ। ਸੋ ਇਸ ਕਰਕੇ ਆ ਹਾਲਾਤ ਟੇਢੇ ਹੋਏ ਆ, ਪਰ ਹੁਣ ਅੰਦਰ ਖਾਤੇ ਜਿਹੜੇ ਵਿਅਕਤੀ ਦੁਖੀ ਬੈਠੇ ਆ, ਵਾਰ ਵਾਰ ਇੱਕੋ ਗੱਲ ਉੱਠ ਰਹੀ ਸੀ ਕਿ ਜਿਹੜੀ ਕਮੇਟੀ 13 ਮੈਂਬਰੀ ਬਣੀ ਸੀ ਜਿਹਨੇ ਹਰ ਹਲਕੇ ਚ ਜਾ ਕੇ ਲੋਕਾਂ ਦੀ ਰਾਏ ਲਈ ਆ, ਉਹਦੀ ਰਿਪੋਰਟ ਜਿਹੜੀ ਆ ਉਹ ਨਸ਼ਰ ਕੀਤੀ ਜਾਵੇ, ਲੇਕਿਨ ਬਦਕਿਸਮਤੀ ਪਾਰਟੀ ਪ੍ਰਧਾਨ ਨੇ ਜਾਂ ਜਿਹੜੀ ਉੱਥੇ ਅਨੁਸ਼ਾਸਨੀ ਕਮੇਟੀ ਆ ਜਿਹਦਾ ਚੇਅਰਮੈਨ ਬਲਵਿੰਦਰ ਸਿੰਘ ਭੁੰਦੜਾ ਜਿਹਨੂੰ ਉਹ ਸੰਭਾਲੀ ਗਈ, ਉਹਨੇ ਅੱਜ ਤੱਕ ਉਹ ਰਿਪੋਰਟ ਜਿਹੜੀ ਆ ਉੱਥੇ ਕੋਈ ਕਾਰਵਾਈ ਨਹੀਂ ਕੀਤੀ। ਦੂਜੀ ਗੱਲ, ਜੇ ਪਾਰਟੀ ਦਾ ਲੀਡਰ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਆਲੀ ਸੀ, ਇੱਕ ਗੱਲ ਤਾਂ ਬਣਦੀ ਆ, ਤੁਹਾਡੇ ਕੋਲ ਰਾਜ ਸਭਾ ਚ ਇੱਕ ਵੀ ਮੈਂਬਰ ਨੀ, ਲੋਕ ਸਭਾ ਚ ਦੋ ਮੈਂਬਰ ਆ, ਦੋਨੋ ਪਤੀ ਪਤਨੀ ਤੇ ਪਾਰਟੀ ਆ, ਤੀਜਾ ਤਾਂ ਹੈ ਹੀ ਨੀ ਉੱਥੇ, ਤੇ ਇਧਰ ਤਿੰਨ ਮੈਂਬਰ ਸੀ, ਤਿੰਨਾਂ ਚੋ ਘੱਟੋ ਘੱਟ ਉਹ ਕੋਰ ਕਮੇਟੀ ਚ ਨਹੀਂ ਹੈ, ਉਹਨੂੰ ਕਿਉਂਕਿ ਤੁਹਾਡਾ ਪਾਰਟੀ ਦਾ ਲੀਡਰ ਸੀ ਉਹ ਵਿਧਾਨ ਸਭਾ ਚ, ਉਹਨੂੰ ਬੁਲਾ ਲੈਂਦੇ, ਗੱਲ ਤਾਂ ਕਰਨੀ ਬਣਦੀ ਸੀ। ਗੱਲ ਕੀ ਹੋਈ ਕਿ JP ਨੱਡਾ ਦਾ ਫੋਨ ਆਇਆ ਕਿ ਦਰੋਪਦੀ ਮੁਰਮੂ ਚੰਡੀਗੜ੍ਹ ਆ ਰਹੀ ਆ, ਤੇ ਪੰਜ ਸਾਡੀਆਂ ਚੱਕ ਕੇ ਭੱਜ ਲਿਆ, ਤੇ ਜਾਂਦੇ ਸਵਾਗਤ ਕਰਦੇ ਹਾਰ ਪਾ ਤੇ ਗੱਲਾਂ ਚ, ਲਓ ਜੀ ਸਾਡੇ ਕੋਲ ਤਾਂ ਪੰਜ ਹੈਗੀਆਂ, ਪੰਜ ਦੀਆਂ ਪੰਜ ਲੈ ਜਾਓ ਤੁਸੀਂ। ਸੋਚਣਾ ਬਣਦਾ ਸੀ ਕਿ ਫੈਸਲਾ ਲਵੋ, ਲੈਣਾ ਬਣਦਾ ਸੀ, ਚਲੋ ਕੋਈ ਨੀ ਲੈ ਲਿਆ, ਜਾਂ ਨਿਊਟਰਲੀ ਰਹਿ ਜਾਂਦੇ। ਹੁਣ ਮਨਪ੍ਰੀਤ ਆਲੀ ਇੱਕੋ ਗੱਲ ਕਹਿੰਦਾ ਕਿ ਜਦੋਂ ਸਾਡਾ ਉਹਨਾਂ ਨਾਲ ਅਲਾਇੰਸ ਰਿਹਾ, ਸਾਨੂੰ ਇਹ ਕੇਂਦਰ ਚ ਸੱਤਾ ਚ ਹੈ, ਸਾਨੂੰ ਉਦੋਂ ਵੀ ਪੰਜਾਬ ਦੇ ਨਾਲ ਇਹਨਾਂ ਨਿਆਂ ਨੀ ਕੀਤਾ, ਤੇ ਹੁਣ ਫੇਰ ਸਮਝੌਤਾ ਆਉਣ ਲੱਗਾ, ਨਿਆਂ ਇਹਨਾਂ ਨੇ ਹੁਣ ਵੀ ਨੀ ਕਰਨਾ, ਇਹਦਾ ਮਤਲਬ ਫਿਰ ਮਨਪ੍ਰੀਤ ਆਲੀ ਕੋਲੇ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਬਚਦੀ ਆ, ਕਾਂਗਰਸ ਚ ਸ਼ਾਇਦ ਉਹ ਨਹੀਂ ਜਾਏਗਾ, ਫਿਰ ਆਮ ਆਦਮੀ ਪਾਰਟੀ ਵੱਲ ਨੂੰ ਉਹ ਜਿਹੜਾ ਮੂੰਹ ਘੁਮਾ ਲੂਗਾ ਜੋ ਹਾਲਾਤ ਲੱਗਦੇ ਆ।
ਪਰ ਉਹ ਵੀ ਸੋਚੂਗਾ ਕਿ ਪਹਿਲਾਂ ਹੀ ਮੈਨੂੰ ਪਾਰਟੀ ਚੋਂ ਕੱਢਣ ਕੱਢਣਾ ਇਹਨਾਂ ਦੀ ਮਜਬੂਰੀ ਹੋਜੂ ਜੇ ਹੁਣ ਵੀ ਨਹੀਂ ਕੱਢਣਗੇ ਤਾਂ ਫੇਰ ਬਹੁਤੀ ਕਿਰਕਰੀ ਹੋਊਗੀ ਫਿਰ ਜਿਹੜਾ ਮਰਜ਼ੀ ਉੱਠਿਆ ਕਰੂਗਾ ਉਹੀ ਪਾਰਟੀ ਪ੍ਰਧਾਨ ਦੀ ਧੌਣ ਤੇ ਗੋਡਾ ਰੱਖ ਲਿਆ ਕਰੂਗਾ ਇਸ ਕਰਕੇ ਹੁਣ ਮਨਪ੍ਰੀਤ ਇਆਲੀ ਨੂੰ ਪਾਰਟੀ ਚੋਂ ਕੱਢਣਾ ਇਹਨਾਂ ਦੀ ਮਜਬੂਰੀ ਬਣ ਗਈ ਆ ਸੋ ਆਉਣ ਵਾਲੇ ਦਿਨਾਂ ਚ ਮਨਪ੍ਰੀਤ ਇਆਲੀ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦੇਣਗੇ ਹਾਂ ਪੰਜਾਬ ਨਾਲ ਸੰਬੰਧਿਤ ਇੱਕ ਮਨਪ੍ਰੀਤ ਇਆਲੀ ਨੇ ਵੋਟ ਨਹੀਂ ਪਾਈ ਇੱਕ ਜਿਹੜੀ ਖਬਰ ਆ ਰਹੀ ਆ ਉਹ ਪਾਈ ਆ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸਨੀ ਦਿਓਲ ਨੇ ਵੀ ਆਪਣੀ ਵੋਟ ਨਹੀਂ ਪਾਈ ਪਤਾ ਨੀ ਉਹ ਕਿਹੜੇ ਕਾਰਨਾਂ ਕਰਕੇ ਕਿਤੇ ਬਾਹਰ ਆ ਜਾਂ ਕੀ ਕਾਰਨ ਆ ਚਲੋ ਜੇ ਬੰਬੇ ਵੀ ਸੀ ਤਾਂ ਉਹਦੀ ਵੋਟ ਦੀ ਉਹ ਪਰਮਿਸ਼ਨ ਲੈ ਲੈਂਦਾ ਤੇ ਬੰਬੇ ਪਾ ਦਿੰਦਾ ਪਰ ਬੰਬੇ ਸ਼ਾਇਦ ਲੀਗਲੀ ਮੇਰਾ ਖਿਆਲ ਪੈ ਨਹੀਂ ਸੀ ਸਕਦੀ ਉਹਦੀ ਪੰਜਾਬ ਵਿਧਾਨ ਸਭਾ ਚ ਪੈ ਸਕਦੀ ਸੀ ਇੱਥੇ ਜਿੱਥੇ MLA ਨੇ ਪਾਉਣੀ ਸੀ ਜਾਂ ਉਹ ਦਿੱਲੀ ਪਾ ਸਕਦਾ ਸੀ ਪਰ ਉਹਨੇ ਅੱਜ ਵੋਟ ਆਪਣੀ ਜਿਹੜੀ ਆ ਉਹ ਨਹੀਂ ਪਾਈ ਸਾਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ ਜਿਨ੍ਹਾਂ ਦੇ ਅਮਰੀਕਾ ਦੇ ਵਿਚ ਕਈ ਸਾਰੇ ਕਾਰੋਬਾਰ ਨੇ ਵਾਸ਼ਿੰਗਟਨ ਦੇ ਵਿਚ ਹੈ ਉਨ੍ਹਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਟਰੱਕਾਂ ਦਾ ਸਮਾਨ ਸਮਰੀ ਖਰੀਦ ਸਕਦੇ ਹੋ ਤੇ ਦੂਜੀ ਲੋਕੇਸ਼ਨ ਇਨ੍ਹਾਂ ਦੀ ਕੈਲੀਫੋਰਨੀਆ ਚ ਲੋਸਟੇਲ ਟ੍ਰੈਵਲ ਸੈਂਟਰ 1414 ਲੋਮਾ ਸਟਰੀਟ ਲੋਸਟੇਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਲਿਕਰ ਸ਼ੋਪ ਹੈ ਫ੍ਰੀ ਨਹੀਂ ਹੈ ਸਾਦ ਦਾ ਉਪਯੋਗ ਕਰੋ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425-232-8413 4252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ ਮੁਕੱਦਰ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਨਾਬ ਹਾਂਜੀ ਹਾਂਜੀ ਕਾਲਾ ਜੀ ਜਿਹੜੀ ਸਵੇਰੇ ਗੱਲ ਚੱਲਦੀ ਸੀ ਆਪਣਾ ਮਾਨ ਸਾਹਿਬ ਦੀ ਅਜਿਹਾ ਭਗਤ ਸਿੰਘ ਵਧੀ ਹੈ ਜੀ ਇਹ ਨਾ ਥੋੜੇ ਦਿਨ ਪਹਿਲਾਂ ਹਰਿਆਣੇ ਦੇ ਇੱਕ ਮੁੰਡੇ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਚ ਤੇ ਇਹ ਇਹਨਾਂ ਨੇ ਇੱਕ ਫੰਡ ਰੱਖਿਆ ਹੋਇਆ ਸੀ ਪਹਿਲਾਂ 2003 ਤੋਂ ਵੀ ਜਿਹੜਾ ਇਹ ਸਾਂਡਰਸ ਤੇ ਚੰਨਣ ਸਿੰਘ ਦੇ ਨਾਂ ਤੇ ਉਹਦੇ ਵਾਸਤੇ ਉਹਨੇ ਪਾਈ ਸੀ ਉਹ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਕੋਈ ਮਾਰੇ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਫੰਡ ਮਿਲਦਾ ਜੀ ਉਹਦੇ ਚ ਤੇ ਉਹਦੇ ਵਾਸਤੇ ਫਿਰ ਉਹ ਅੱਗੇ ਉਹਨਾਂ ਨੇ ਸਾਰੀ ਇਹਦੀ ਜਾਣਕਾਰੀ ਲਈ ਪੂਰਾ ਇਤਿਹਾਸ ਖੋਲਿਆ ਉਹਦੇ ਵਿੱਚ ਇੱਕ ਕਿਤਾਬ ਦਾ ਜ਼ਿਕਰ ਆਉਂਦਾ ਹੈ ਚੰਦਰ ਸ਼ੇਖਰ ਆਜ਼ਾਦ ਦੇ ਨਾਂ ਤੇ ਕੋਈ ਕਿਤਾਬ ਲਿਖੀ ਹੋਈ ਹੈ ਆਪਣੇ ਪੰਜਾਬ ਦੇ ਨੀ ਦੋਵੇਂ ਇੱਕ ਤੇ ਰਾਜਵੰਤੀ ਮਾਨ ਹੈ ਤੇ ਇੱਕ ਮਾਲਵਿੰਦਰ ਵੜੈਤ ਨੇ ਲਿਖੀ ਹੋਈ ਹੈ ਜੀ ਕਿਤਾਬ ਉਹ ਹਾਂਜੀ ਉਹਦੇ ਵਿਚ ਉਹ ਜ਼ਿਕਰ ਆਉਂਦਾ ਹੈ ਵੀ 17 ਦਸੰਬਰ 1928 ਨੂੰ ਜਦੋਂ ਇਹ ਗਏ ਸੀ ਤੇ ਇਹ ਚੰਦਰ ਸ਼ੇਖਰ ਆਜ਼ਾਦ ਨੇ ਉਹਦੇ ਪੱਟ ਚ ਗੋਲੀ ਮਾਰੀ ਸੀ ਜੀ ਭਗਤ ਸਿੰਘ ਨੇ ਨੀ ਮਾਰੀ ਹੈਗੀ ਜੀ ਗੋਲੀ ਆਪਣੇ ਕਪੂਰ ਸਿੰਘ ਵੀ ਮੈਂ ਛੱਤ ਤੇ ਬੈਠਾ ਦੇਖ ਰਿਹਾ ਸੀ ਤੇ ਉਹ ਜ਼ਿਆਦਾ ਜ਼ਿੰਮੇਵਾਰ ਤਾਂ ਫਿਰ ਇਹ ਨੇ ਉਹਨਾਂ ਦਾ ਫਿਰ ਵੀ ਬਚਾਵੀ ਮਾਰੀ ਚਲੋ ਉਹਨਾਂ ਵੀ ਬਚਣਾ ਹੈਗਾ ਸੀ ਨਾ ਜੀ ਤੇ ਜਦੋਂ ਇਹਨਾਂ ਦੇ ਸਾਹਮਣੇ ਉਹ ਤੜਫ ਰਹੇ ਸੀ ਫਿਰ ਗੌਰ ਤਾਂ ਇਹਨਾਂ ਨੇ ਕਰਨੀ ਸੀ ਉਹਦੇ ਉੱਤੇ ਤੇ ਇਹ ਸਾਰਾ ਮੁੱਦਾ ਮੈਂ ਤਾਂ ਸਿਧਾਨ ਇਹਦਾ ਵੀ ਮੈਂ ਚਲੋ ਜੇ ਇਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਨੇ ਤਾਂਹੀਓ ਇਹਨਾਂ ਦੀ ਮੰਨ ਲਓ ਚੋਣ ਪ੍ਰਚਾਰ ਕਰਦੇ ਨੇ ਵੀ ਤੁਸੀਂ ਚਲੋ ਠੀਕ ਹੈ ਅਸੀਂ ਵੀ ਮੰਨਦੇ ਨੇ ਚਲੋ ਨਵੇਂ ਬੰਦੇ ਅੱਗੇ ਆਏ ਨੇ ਚਲੋ ਕੋਈ ਨਾ ਕੋਈ ਹੱਲ ਹੋਵੇ ਪਰ ਜਿੱਦਾਂ ਦੀਆਂ ਇਹ ਗੱਲਾਂ ਕਰਦੇ ਨੇ ਉਹੀ ਗੱਲ ਸਿੱਧਾ ਬੀਜੇਪੀ ਨੂੰ ਫਾਇਦਾ ਦਵਾਉਣ ਵਾਲੀਆਂ ਤੇ ਉਹ ਜਿਹੜਾ ਇੱਕ ਸਾਡਾ ਸ਼ਹੀਦ ਜਿਹੜਾ ਪ੍ਰਵਾਨਤ ਹੈਗਾ ਉਹਨੂੰ ਵੀ ਤੁਸੀਂ ਭੰਨਣ ਤੇ ਹੋ ਗਏ ਉਹੀ ਗੱਲ ਜਿਹੜੀਆਂ ਤੁਹਾਡੀਆਂ ਆਪਣੀਆਂ ਗਲਤੀਆਂ ਨੇ ਉਹ ਤੁਹਾਨੂੰ ਯਾਦ ਨੀ ਹੈਗੀਆਂ ਵੀ ਚਲੋ ਠੀਕ ਹੈ ਤੁਸੀਂ ਪਹਿਲਾਂ ਤਾਂ ਉਹ ਗੱਲ ਸਹੀ ਹੈ ਵੀ ਇਹਨਾਂ ਨੇ ਆਪਣੇ ਨਾਨੇ ਨੂੰ ਵੀ ਪਾਇਆ ਸੀ ਗਦਾਰਾਂ ਦੀ ਸੂਚੀ ਵਿੱਚ ਇਹਨਾਂ ਨੇ ਇਹ ਵੀ ਕਿਹਾ ਸੀ ਮੈਂ ਆਪਣਾ ਨਾਨਕਾ ਛੱਡਤਾ ਪਰ ਤੁਸੀਂ ਅੱਜ ਫਿਰ ਅੱਜ ਉਸ ਚੀਜ਼ ਤੋਂ ਹਟ ਗਏ ਤੁਸੀਂ ਅੱਜ ਕਹਿੰਦੇ ਹੋ ਵੀ ਨਹੀਂ ਉਹ ਸਹੀ ਸਾ ਹੈ ਜੀ ਇਹ ਚੀਜ਼ਾਂ ਉਹੀ ਗੱਲ ਹੈ ਫਿਰ ਜਾਂ ਤਾਂ ਤੁਸੀਂ ਸਿੱਧੇ ਅੰਦਰ ਖਾਤੇ ਉਹਨਾਂ ਨਾਲ ਫਿਰ ਤੁਸੀਂ ਉਹਨਾਂ ਦੀ ਸਪੋਰਟ ਕਰਦੇ ਪਏ ਹੋ ਬੀਜੇਪੀ ਨੂੰ ਤੁਸੀਂ ਉਹ ਕਦੇ ਹਰਿਆਣੇ ਚ ਜਾ ਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਦੇ ਕੁਛ ਕਦੇ ਕੁਛ ਉਹੀ ਪੁੱਠੀਆਂ ਸਿੱਧੀਆਂ ਤੁਸੀਂ ਤੁਹਾਨੂੰ ਉਹੀ ਗੱਲ ਅਗਵਾਈ ਮਿਲੀ ਆ ਤੁਸੀਂ ਸਗੋਂ ਹੋਰ ਵਧੀਆ ਤਰੀਕੇ ਨਾਲ ਕੰਮ ਕਰੋ ਤੇ ਪਰ ਉਹੀ ਪਤਾ ਨੀ ਉਮਰ ਦਾ ਅਸਰ ਹੈ ਜਾਂ ਕੀ ਹੈ ਜੀ ਉਦਾਂ ਦੀ ਬਿਆਨਬਾਜ਼ੀ ਕਰੀ ਜਾਂਦੇ ਨੇ ਤੇ ਬਾਕੀ ਜਿਹੜਾ ਇਹ ਅਯਾਲੀ ਸਾਹਿਬ ਵਾਲਾ ਜੀ ਜੇ ਮੰਨ ਲਓ ਅਯਾਲੀ ਨੂੰ ਇਹ ਕੱਢਦੇ ਵੀ ਨੇ ਜੇ ਕਿਤੇ ਇੱਕ MLA ਹੋਰ ਰਲ ਗਿਆ
ਟੂ ਥਰਡ ਥਰਡ ਮੈਜੋਰਟੀ ਨਾਲ ਇਹ ਦਾਅਵਾ ਵੀ ਤਾਂ ਖੋਲ ਸਕਦੇ ਨੇ ਜੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਜੀ ਇਹ ਜਿਵੇਂ ਮਹਾਰਾਸ਼ਟਰ ਚ ਹੋਇਆ ਜੇ ਕੰਮ ਵੱਧ ਗਿਆ ਤਾਂ ਉਹ ਵੀ ਹੋ ਸਕਦਾ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਮਿਹਰਬਾਨੀ ਸਾਨੂੰ ਸਪੋਰਟ ਕੀਤਾ ਹੈ ਬਾਈ ਸੁਖੀ ਘੁੰਮਣ ਹੋਰਾਂ ਨੇ ਉਹਨਾਂ ਦਾ ਵੀ ਧੰਨਵਾਦ ਹੈ ਬੇਕਰਸਫੀਲਡ ਇਲਾਕੇ ਚ ਵਿਚਰ ਰਹੇ ਹੋ ਤੇ ਮਾਰੋ ਟਰੈਕਟਰ ਵਾਲਿਆਂ ਨੂੰ ਬ੍ਰੇਕ ਯੂਨੀਅਨ ਵੇਸ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਛਕੋ ਛਕਾਓ ਟਰੱਕ ਤੋਂ ਡੀਜ਼ਲ ਪਾਓ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵੇਸ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ ਅਡਰੈਸ 2201 ਸਾਊਥ ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਜਿਪ ਕੋਡ 93307 ਰੋਡਵੇਜ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਜਿਨ੍ਹਾਂ ਦਾ ਨੰਬਰ 6661304705 00 ਜੈਕੋ ਮਨੋਹਰਾ ਦਾ ਨੰਬਰ 6618588852 6618588858 ਨੰਬਰ ਹੈ ਜੈਕੋ ਮਨੋਹਰਾ ਦਾ ਬੇਕਰਸਫੀਲਡ ਦੇ ਵਿਚ ਯੂਨੀਅਨ ਵੇਸ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ ਗੁਰੂ ਹਰ ਸਾਹਿਬ ਤੋਂ ਪ੍ਰਕਾਸ਼ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਪ੍ਰਕਾਸ਼ ਜੀ ਗੱਲ ਕਰੋ ਸਤਿ ਸ੍ਰੀ ਅਕਾਲ ਸਰ ਅੱਜ ਸੌ ਚੁੱਕੇ ਉਹਨਾਂ ਨੇ ਸਰ ਆਫਿਸ ਜਾ ਕੇ ਉਹਨਾਂ ਦੇ ਸਪੀਕਰ ਦੇ ਸੋਰੀ ਕਾਲ ਤੁਹਾਡੀ ਡਿਸਕਨੈਕਟ ਹੋ ਗਈ ਮਾਫੀ ਚਾਹੁੰਦੇ ਹਾਂ ਹਾਂ ਉਹਨਾਂ ਨੇ ਓਮ ਬਿਰਲਾ ਸਪੀਕਰ ਨੇ ਲੋਕ ਸਭਾ ਦੇ ਉਹਨਾਂ ਦੇ ਚੈਂਬਰ ਚ ਆ ਕੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ ਜੀ ਪ੍ਰਕਾਸ਼ ਜੀ ਗੱਲ ਕਰੋ ਜਰਾ ਹੈਲੋ ਹਾਂਜੀ ਸਰ ਉਸ ਵੇਖਿਆ ਸਰ ਉਹ ਸਰ ਜਿਹੜੀ ਨਾ ਬੋਡੀ ਲੈਂਗੁਏਜ ਹੈ ਨਾ ਸਪੀਕਰ ਓਮ ਬਿਰਲਾ ਦੀ ਸਰ ਉਹ ਦੇਖਿਆ ਕਿੱਡੀ ਨੈਗੇਟਿਵ ਉਹਦੀ ਬੋਡੀ ਲੈਂਗੁਏਜ ਸਰ ਨਾ ਸਰ ਉਹਨੇ ਪ੍ਰੋਪਰਲੀ ਉਹਨੂੰ ਗ੍ਰੇਟ ਕੀਤਾ ਸਰ ਦੈਨ ਉਹਨੂੰ ਖੜਾ ਰਿਹਾ ਫਿਰ ਉਹਨੂੰ ਕਿਹਾ ਬਹਿ ਜਾ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਦੈਨ ਸਰ ਜਿਹੜੇ ਬਾਕੀ ਸੀ ਨਾ ਐਮਪੀ ਜਿੱਤੇ ਸੀਗੇ ਹੋਰ ਵੀ ਦੇਸ਼ ਚੋਂ ਇਸੇ ਵੇਲੇ ਆਪਣੇ ਥੋੜੇ ਟਾਈਮ ਪਹਿਲਾਂ ਸਰ ਉਹਨਾਂ ਨੂੰ ਸਰ ਸੋਹ ਚੁਕਾਈ ਹੈ ਉਹਨੇ ਆਪਣੇ ਇੱਥੇ ਵੈਲ ਚ ਲੋਕ ਸਭਾ ਅੰਦਰ ਫਿਰ ਉਹਨਾਂ ਸੋਹ ਵੱਖਰੀ ਚੁਕਾਈ ਸਰ ਤੇ ਸਰ ਜੋ ਸਰ ਨੈਸ਼ਨਲ ਐਂਥਮ ਜਦੋਂ ਹੋਇਆ ਆਪਣਾ ਉੱਥੇ ਸਰ ਹੁੰਦਾ ਨਾ ਸਟਾਰਟਿੰਗ ਨੈਸ਼ਨਲ ਐਂਥਮ ਕਰਦੇ ਆ ਫਿਰ ਐਸ ਤੀਆਂ ਵਾਂਗੂ ਜਿੱਡੋ ਕੋ ਖੜੇ ਸੀ ਫਿਰ ਮਾਨ ਸਾਹਿਬ ਪੂਰਾ ਉਦੋਂ ਗਾ ਰਹੇ ਸੀ ਸਰ ਨੈਸ਼ਨਲ ਐਂਥਮ ਵੀ ਪਰ ਐਵੇਂ ਵਿੱਚ ਬਾਕੀ ਸਰ ਹੋਇਆ ਸਰ ਮਾੜਾ ਹੀ ਹੈ ਜੋ ਵੀ ਸਰ ਬਿਨਾਂ ਗੱਲੋਂ ਸਰ ਯੂਥ ਆਪਣਾ ਬਿਨਾਂ ਗੱਲੋਂ ਸਰ ਹੋ ਗਿਆ ਆਵਾਜ਼ ਵਾਲਾ ਬਚਿਆ ਜਾ ਸਕਦਾ ਸੀ ਬਿਲਕੁਲ ਹੋਰ ਬੜੀ ਪੋਜ਼ਿਟਿਵ ਪੋਲੀਟਿਕਸ ਹੋਰ ਪਾਸੇ ਆਇਆ ਜਾ ਸਕਦਾ ਸੀ ਇਹਦੇ ਚ ਫਰਕ ਕੀ ਪੈਣਾ ਥੋੜੀਆਂ ਧਿਰਾਂ ਨੇ ਜਿਹੜੀਆਂ ਪਹਿਲਾਂ ਕਾਮਰੇਡ ਸੀ ਤੇ ਮੁੜ ਕੇ ਫਿਰ ਉਹ ਸਿੱਖਾਂ ਤੇ ਕਾਠੀ ਪਾ ਲਈ ਹੈ ਉਹਨਾਂ ਨੇ ਉਹ ਸਾਰਾ ਉਹਨਾਂ ਦਾ ਟਮ ਟਮਾ ਚੱਲ ਰਿਹਾ ਟੂਰ ਟਾਰ ਲੱਗ ਜਾਂਦੇ ਨੇ ਦੋ ਚਾਰ ਕਿਤਾਬਾਂ ਵਿਕ ਜਾਂਦੀਆਂ ਨੇ ਤੇ ਇਸੇ ਦੌਰਾਨ ਸਾਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ ਧੰਨਵਾਦ ਉਹਨਾਂ ਦਾ ਵੀ ਹੈ ਬੇਕਰਸਫੀਲਡ ਇਲਾਕੇ ਚੋਂ ਤੇ ਨਾਲ ਨਾਲ ਵਾਸ਼ਿੰਗਟਨ ਫੀਲਡ ਸਰਵਿਸ ਹੈ ਸਿਆਟਲ ਦੇ ਲੋਕਲ ਲੋਡ ਚਾਹੁੰਦੇ ਹੋ ਲੰਬੇ ਰੂਟਾਂ ਤੋਂ ਉਕਤਾਏ ਹੋ ਦਿਨੇ ਦਿਨੇ ਟਰੱਕ ਚਲਾਓ ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ ਡਰਾਈਵਿੰਗ ਦੀ ਜੋਬ ਚਾਹੀਦੀ ਹੈ ਤਾਂ ਪ੍ਰਤੀ ਘੰਟਾ ਦੇ ਹਿਸਾਬ ਨਾਲ ਅੱਛੇ ਵੇਜਸ ਅਦਾ ਕਰਦੇ ਨੇ ਡਰਾਈਵਿੰਗ ਦੀ ਜੋਬ ਦੇ ਵਾਸਤੇ ਤੇ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਤੁਸੀਂ ਯਾਦ ਰੱਖੋ ਤੇ ਨੰਬਰ ਹੈ ਜਗਦੇਵ ਸਿੰਘ ਸੰਧੂ ਹੋਰਾਂ ਦਾ 253-266-6924 253-266-6924 ਤੇ ਗੈਰੀ ਧਾਲੀਵਾਲ ਦਾ ਨੰਬਰ 206-354-4068 2063544060 ਨੰਬਰ ਹੈ ਗੈਰੀ ਧਾਲੀਵਾਲ ਦਾ ਤੇ ਆਪਣਾ ਸਵਾਗਤ 24 ਨੰਬਰ ਸਤਿ ਸ੍ਰੀ ਅਕਾਲ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਤਮਾਣਾ ਸਾਹਿਬ ਜੀ ਜੀ ਅੰਸਾਰੀ ਸਾਹਿਬ ਹਾਂਜੀ ਸਰ ਜੀ ਜਿਸ ਤਰ੍ਹਾਂ ਹੁਣ ਬਿਆਨ ਦਿੰਦੇ ਨੇ ਸਿਮਰਜੀਤ ਸਿੰਘ ਮਾਨ ਨੇ ਪਹਿਲਾਂ ਬਿਆਨ ਦਿੱਤਾ ਸਵਾਲਤਾ ਸਰ ਇਹ ਕਹਿੰਦੇ ਨੇ ਸਰ ਹੁਣ ਇੱਕ ਬੰਦਾ ਖਟਖਟ ਕਲਾ ਤੋਂ ਬੋਲਦਾ ਠੀਕ ਆ ਜੋ ਅਲੱਗ ਅਲੱਗ ਧਿਰਾਂ ਬੋਲਦੀਆਂ ਨੇ ਬਿਆਨ ਪਹਿਲਾਂ ਇਹ ਜੇ ਦੇਣੇ ਨੀ ਚਾਹੀਦੇ ਸਰ ਕਿਉਂ ਮਾਹੌਲ ਖਰਾਬ ਕਰਦੇ ਆ ਬਿਆਨ ਦੇ ਕੇ ਬਾਅਦ ਚੋਂ ਮਾਫ਼ੀ ਮੰਗ ਕੇ ਬੰਦਾ ਨਿਕਲ ਜਾਂਦਾ ਸਰ ਉਹਨਾਂ ਨੇ ਕਿਹਾ ਵੀ ਪੱਗ ਲਾਓ ਇੱਥੇ ਬੰਦੇ ਨੇ ਤੂੰ ਬਸ ਹੁਣ ਬਿਆਨ ਦੇਤਾ ਕਹਿੰਦਾ ਪੱਗ ਲਾਉਂਦੇ ਜਾਂ ਦੂਰ ਦੀ ਕਹਿੰਦੇ ਉਹਦੀ ਜੁੱਤੀ ਨੂੰ ਹੱਥ ਲਾ ਕੇ ਦੇਖੋ ਕਿਉਂ ਸਾਡੇ ਇੱਕ ਦੂਜੇ ਦੇ ਧਰਮਾਂ ਦੇ ਵਿੱਚ ਚਾਹੇ ਸਿੱਖੀ ਧਰਮ ਆ ਚਾਹੇ ਕੋਈ ਵੀ ਧਰਮ ਦੇ ਵਿੱਚ ਕਿਉਂ ਖਿਲਵਾੜ ਪੈਦਾ ਕਰਦੇ ਨੇ ਮਾਹੌਲ ਖਰਾਬ ਕਰਦੇ ਨੇ 1999 ਦਾ ਪਾਇਆ ਵੀ ਇਹਨਾਂ ਨੇ ਜਾ ਕੇ ਉੱਥੇ ਸੋਹਣੀ ਜੀ ਚੱਕੀ ਆਪਣੇ ਕਿਰਪਾਨ ਦਿੱਤੇ ਵੀ ਅੱਜ ਰੱਖਤਾ ਬਾਅਦ ਚ ਬਿਆਨ ਮਾੜੇ ਹੁੰਦੇ ਨੇ ਕੋਈ ਵੀ ਦੇਣਾ ਨੀ ਚਾਹੀਦਾ ਬੇਟੇ ਲੀਡਰਾਂ ਰਾਜਨੀਤੀਆਂ ਚੱਲਦੇ ਇਸੇ ਤਰ੍ਹਾਂ ਨਹੀਂ ਜੇ ਬਿਆਨ ਨਾ ਦੇਣ ਤਾਂ ਚੱਲਣ ਸੁੱਟੋ ਥੈਂਕ ਯੂ ਸਾਰੇ ਸਾਹਿਬ ਥੈਂਕ ਯੂ ਗੱਲ ਇਹ ਹੈ ਦੇਖੋ ਸੋਸਾਇਟੀ ਵੰਡੀ ਜਾ ਰਹੀ ਹੈ ਉਹਦੇ ਚੋਂ ਨਿਕਲਣਾ ਕੀ ਹੈ ਤੁਸੀਂ ਇੱਕ ਪਾਸੇ ਆਪਣੇ ਨਾਨੇ ਨੂੰ ਖੁਦ ਅਗਦਾਰ ਮੰਨਿਆ ਤੇ ਦੂਸਰੇ ਪਾਸੇ ਹੁਣ ਉਸ ਨੂੰ ਤੁਸੀਂ ਹੀਰੋ ਬਣਾ ਰਹੇ ਹੋ ਕਿ ਉਹਨੇ ਤਾਂ ਜੀ ਦਰਬਾਰ ਸਾਹਿਬ ਨੂੰ ਢਾਉਣ ਤੋਂ ਬਚਾ ਲਿਆ ਖੈਰ ਸੁਰਿੰਦਰ ਬਾਈ ਜੀ ਮੂਸੇਵਾਲਾ ਦੇ ਫਾਦਰ ਸਾਹਿਬ ਕਿਉਂਕਿ ਜਿਨ੍ਹਾਂ ਦੇ ਚੱਲੇ ਜਾਂਦੇ ਨੇ ਤਾਂ ਉਹਨਾਂ ਨੂੰ ਪੁੱਛੋ ਕਿ ਉਹਨਾਂ ਦੇ ਮਾਪਿਆਂ ਦੇ ਕੀ ਹਾਲਾਤ ਹੁੰਦੇ ਨੇ ਕਹਿੰਦੇ ਮੇਰਾ ਪੁੱਤਰ
ਜਿਹੜਾ 2 ਕਰੋੜ ਰੁਪਏ ਟੈਕਸ ਭਰਦਾ ਸੀ, ਪਰ ਕਾਤਲ ਨੇ ਜਿਹੜੇ ਐਲਾਨੀਏ ਕਹਿੰਦੇ ਨੇ ਕਿ ਅਸੀਂ ਮਾਰਿਆ, ਉਹਨਾਂ ਦੀ ਸਿਕਿਉਰਿਟੀ ਵਾਸਤੇ ਦੋ ਸੌ ਪੁਲਿਸ ਵਾਲੇ ਲੱਗੇ ਨੇ। ਚਲੋ ਠੀਕ ਹੈ, ਹਿਫਾਜ਼ਤ ਕਰਨੀ ਪੈਂਦੀ ਹੈ, ਪਰ ਇਸ ਦੌਰਾਨ ਪਰਿਵਾਰ ਨੇ ਕਿਹਾ ਕਿ ਅਸੀਂ ਕਾਫੀ ਦੇਰ ਪਿੰਡ ਤੋਂ ਬਾਹਰ ਹਾਂ, ਸ਼ਾਇਦ ਉਹ ਵਿਦੇਸ਼ ਗਏ ਨੇ ਜਾਂ ਪਰਿਵਾਰ ਕੋਲ ਗਏ ਨੇ, ਕਿਉਂਕਿ ਮਾਹੌਲ ਹੈ, ਮੈਂਟਲ ਸਥਿਤੀ ਹੈ, ਘਰ ਖਾਣ ਨੂੰ ਆਉਂਦਾ, ਲੋਕ ਵੱਡੀ ਪੱਧਰ ਤੇ ਆ ਰਹੇ ਨੇ, ਉਹੀ ਗੱਲਾਂ ਮੁੜ ਮੁੜ ਹੋ ਰਹੀਆਂ ਨੇ, ਤੇ ਕਿਤੇ ਨਾ ਕਿਤੇ ਜ਼ਿੰਦਗੀ ਜਿਉਣ ਵਾਸਤੇ ਉਸ ਹਾਲਾਤ ਚੋਂ ਨਿਕਲਣਾ ਵੀ ਜ਼ਰੂਰੀ ਹੈ, ਨਹੀਂ ਤੇ ਮਾਨਸਿਕ ਸਿੱਕ ਹੋ ਜਾਣਗੇ, ਕਿਉਂਕਿ ਆਉਣ ਵਾਲੇ 500 ਬੰਦਾ ਆਉਂਦਾ ਹੈ, 500 ਬੰਦੇ ਨੇ ਜੇ ਇੱਕ ਇੱਕ ਮਿੰਟ ਵੀ ਲਿਆ ਉਹੀ ਗੱਲਾਂ ਯਾਦ ਕਰਾ ਕਰਾ ਕੇ ਉਸ ਪਰਿਵਾਰ ਦਾ ਬੁਰਾ ਹਾਲ ਕਰ ਦਿੰਦੇ ਨੇ। ਮੈਂ ਹੈਰਾਨ ਹੈ ਕਿ ਕੁਛ ਮੀਡੀਆ ਵਾਲੀਆਂ ਜਿਹੜੇ ਇੱਕ ਬੀਬੀ ਲੱਗੀ ਹੋਈ ਸੀ ਕਿ ਜਿਹੜੇ ਸਿੱਧੂ ਮੂਸੇ ਵਾਲੇ ਦੇ ਨਾਲ ਮੁੰਡੇ ਜ਼ਖਮੀ ਹੋਏ ਨੇ, ਉਹਨਾਂ ਨੇ ਕੋਈ ਪੋਸਟ ਪਾਤੀ, ਉਹਦੇ ਚ ਇੱਕ ਦੇ ਮੁਸਕਰਾਹਟ ਨਜ਼ਰ ਆ ਗਈ। ਕੀ ਜਦੋਂ ਤੁਹਾਡਾ ਕੋਈ ਆਪਣਾ ਮਰ ਜਾਂਦਾ ਹੈ, ਕੀ ਉਹ ਬੰਦਾ ਮੁੜ ਕੇ ਹੱਸਦਾ ਨਹੀਂ ਯਾਰ? ਉਹ ਸਾਰੀ ਉਮਰ ਹੀ ਰੋਈ ਜਾਊਗਾ। ਉਸ ਨੂੰ ਲੈ ਕੇ ਕਿਵੇਂ ਮੀਡੀਆ ਚ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਕਿ ਇਹ ਕਿਵੇਂ ਬਚ ਗਏ, ਇਹਨਾਂ ਦੇ ਕਿਉਂ ਨਹੀਂ ਗੋਲੀ ਲੱਗੀ? ਉਹਨਾਂ ਦੇ ਗੋਲੀਆਂ ਲੱਗੀਆਂ ਨੇ, ਸ਼ਾਰਪ ਸ਼ੂਟਰ ਸੀ, ਉਹਨੇ ਮੰਨਿਆ ਕਿ ਸਾਡਾ ਟਾਰਗੇਟ ਸਿੱਧੂ ਸੀਗਾ, ਅਸੀਂ ਬਚਾਅ ਕੀਤਾ, ਹੋਰ ਕਿਸੇ ਦਾ ਨੁਕਸਾਨ ਨਾ ਹੋਵੇ। ਮਤਲਬ ਗੱਲ ਕੀ, ਦੁਨੀਆਂ ਦੀ ਤਾਂ ਕਮਾਲ ਹੀ ਹੋਈ ਪਈ ਹੈ। ਪਰ ਹੁਣ ਚਲੋ ਠੀਕ ਹੈ, ਉਹ ਪਰਿਵਾਰ ਆਊਟ ਆਫ ਸਟੇਸ਼ਨ ਗਿਆ, ਨਹੀਂ ਲੋਕਾਂ ਨੂੰ ਮਿਲਣੀ, ਉਹਨਾਂ ਨੇ ਪੋਸਟ ਪਾਈ ਹੈ, ਜ਼ਰੂਰੀ ਨਿਕਲਣਾ ਵੀ ਚਾਹੀਦਾ ਇਸ ਸਦਮੇ ਚੋਂ ਜ਼ਿੰਦਗੀ ਜਿਉਣ ਵਾਸਤੇ। ਇਸ ਦੌਰਾਨ ਜਿਹੜਾ ਇਸ ਕੇਸ ਦੇ ਵਿੱਚ ਸ਼ਗਨਪ੍ਰੀਤ ਮੈਨੇਜਰ ਦਾ ਨਾਂ ਆਇਆ ਸੀ, ਮੂਸੇਵਾਲੇ ਦਾ ਮੈਨੇਜਰ ਦੱਸਦੇ ਸੀ ਕਥਿਤ ਤੌਰ ਤੇ, ਉਸ ਨੇ ਪੰਜਾਬ ਹਰਿਆਣਾ ਹਾਈਕੋਰਟ ਚ ਪਟੀਸ਼ਨ ਪਾਈ ਸੀ ਆਪਣੀ ਅਗਾਊਂ ਜ਼ਮਾਨਤ ਦੀ, ਇਸ ਨੂੰ ਅੱਜ ਅਦਾਲਤ ਨੇ ਖਾਰਜ ਕਰ ਦਿੱਤਾ। ਹਾਲਾਂਕਿ ਹਾਈਕੋਰਟ ਨੇ ਇਹ ਜ਼ਰੂਰ ਆਖਿਆ ਕਿ ਉਸ ਨੂੰ ਭਾਰਤ ਆਉਣ ਤੇ ਸਿਕਿਉਰਿਟੀ ਦਿੱਤੀ ਜਾਵੇਗੀ। ਇਸ ਬਾਰੇ ਵਿਸਤਾਰਤ ਆਦੇਸ਼ ਅਜੇ ਆਉਣਾ ਬਾਕੀ ਹੈ। ਤੇ ਇਸ ਸ਼ਗਨਪ੍ਰੀਤ ਦੇ ਮਾਮਲੇ ਨੂੰ ਲੈ ਕੇ ਮੂਸੇਵਾਲਾ ਟਾਰਗੇਟ ਬਣਿਆ, ਤੇ ਮਿੱਡੂ ਖੇੜਾ ਕਤਲ ਕਾਂਡ ਦੇ ਵਿੱਚ ਇਹ ਕਿਥੇ ਦੋਸ਼ੀ ਵੀ ਹੈ ਪੁਲਿਸ ਕਹਾਣੀ ਦੇ ਮੁਤਾਬਕ, ਤੇ ਇਸ ਦੀ ਜਿਹੜੀ ਹੈ ਉਹ ਐਂਟੀਸਪੇਟਰੀ ਰਿਜੈਕਟ ਹੋ ਗਈ ਹੈ। ਪਰ ਮਰਡਰ ਤੋਂ 24 ਦਿਨਾਂ ਬਾਅਦ ਇੱਕ ਫੁਟੇਜ, CCTV ਫੁਟੇਜ ਸਾਹਮਣੇ ਆਈ ਹੈ, ਸਮਾਲਸਰ ਤੋਂ ਤਰਨ ਤਾਰਨ ਜਾਂਦੇ ਹੋਏ ਬਾਈਕ ਸਵਾਰ 2 ਲੋਕਾਂ ਬਾਰੇ ਦਾਅਵਾ ਕਰ ਰਿਹਾ ਮੀਡੀਆ ਦੇ ਵਿੱਚ ਕਿ ਇਹੀ ਸ਼ੂਟਰ ਮਨੂ ਤੇ ਰੂਪਾ ਨੇ ਜਿਨ੍ਹਾਂ ਨੇ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਨੇ। ਪਰ ਇਸ ਮਾਮਲੇ 'ਚ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਬਦਨਾਮੀ ਵੀ ਹੋਈ ਹੈ। ਇਹ ਨਹੀਂ ਪਤਾ ਕਿ ਕਿਹਨੇ ਇਹ ਵਾਇਰਲ ਕੀਤੀ ਹੈ, ਕਿੱਥੋਂ ਇਹ ਮਿਲੀ ਹੈ, ਪਰ ਗਰੰਟੀ ਵੀ ਕੀ ਹੈ ਕਿ ਉਹੀ ਬੰਦੇ ਨੇ, ਫੁਟੇਜ ਪੁਰਾਣੀ ਹੈ ਜਾਂ ਨਵੀਂ ਹੈ, ਕੋਈ ਪੁਖਤਾ ਸਬੂਤ ਨਹੀਂ ਹੈ। ਪਰ ਇਸ ਮਾਮਲੇ 'ਚ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਕਿਰਕਰੀ ਹੋ ਰਹੀ ਹੈ ਕਿ ਇਹ ਜਿਹੜੇ ਸ਼ੂਟਰ ਸ਼ਰੇਆਮ ਘੁੰਮਦੇ ਨੇ ਪੰਜਾਬ ਦੇ ਵਿੱਚ। ਤੇ ਕਰੋ ਕਿ ਇਸ ਮਸਲੇ ਤੇ ਸਮਾਪਤੀਆਂ ਫਿਰ ਆਗਿਆ ਲਈ ਟਾਈਮ ਨਾਲ ਹੀ। ਜੀ ਸੁਰਿੰਦਰ, ਇਹਦੇ ਤੋਂ ਪਹਿਲਾਂ ਇੱਕ ਖਬਰ ਲੈ ਲਵਾਂ ਕਿ ਜਿਹਨੇ ਸਿਮਰਨਜੀਤ ਸਿੰਘ ਮਾਨ ਦੀ ਦਸਤਾਰ ਉਤਾਰਨ ਵਾਲੇ ਨੂੰ 5 ਲੱਖ ਦੇ ਇਨਾਮ ਦਾ ਐਲਾਨ ਕੀਤਾ ਸੀ, ਉਹ ਘਰੋਂ ਫਰਾਰ ਹੋ ਗਿਆ। ਮਤਲਬ ਆਪਦੀ ਟਿੰਡ ਫੋੜੀ ਚੱਕ ਕੇ ਭੱਜ ਗਿਆ ਘਰੋਂ। ਜੀ, ਕਈ ਵਾਰੀ ਨਾ ਮਾੜਾ ਢੱਗਾ ਨਾ ਬਹੁਤਾ ਵਜਨ ਚੱਕਣ ਦਾ ਐਲਾਨ ਤਾਂ ਕਰ ਦਿੰਦਾ, ਤੇ ਮੁੜ ਕੇ ਉਹਨੂੰ ਪਤਾ ਹੁੰਦਾ ਕਿ ਰੀੜ ਦੀ ਹੱਡੀ ਨੇ ਇੰਨਾ ਕੋ ਸਾਥ ਨੀ ਦੇਣਾ, ਤੇ ਕਿਤੇ ਧੋਣ ਦਾ ਮਣਕਾ ਜਿਹੜਾ ਉਹ ਨਾ ਅਲੱਗ ਤਲੱਗ ਪੈ ਜਾਵੇ, ਪੰਗਾ ਲੈ ਬੈਠਾ। ਮੈਨੂੰ ਲੱਗਦਾ ਵੀ ਉਹਨੇ ਆਪਦੇ ਨੰਬਰ ਵੀ ਦੋਨੋਂ ਵਾਇਰਲ ਕਰਤੇ ਵੀ ਆਹ ਮੇਰੇ ਨੰਬਰ ਆ, ਤਾਂ ਮੈਨੂੰ ਲੱਗਦਾ ਵੀ ਨੰਬਰਾਂ ਤੇ ਉਹਦੀ ਜਦੋਂ ਐਸੀ ਤੈਸੀ ਫਿਰੀ ਹੋਣੀ ਆ, ਲਾਲਾ ਕੋ ਵਿਦੇਸ਼ੋ ਤੇ ਕੋ ਦੇਸ਼ੋ, ਤੇ ਉਹ ਅਖੀਰ ਆਪਦਾ ਤਾਮ ਜਾਮ ਚੱਕ ਕੇ ਭੱਜ ਗਿਆ। ਸਾਰੀਆਂ ਧਿਰਾਂ ਨੂੰ ਬਾਈ ਜੀ ਸੰਜਮ ਚ ਰੱਖਣਾ ਪੈਂਦਾ। ਹੁਣ ਕੋਈ ਖੁਦਾ ਨਾ ਖਾਸਤਾ ਉਸ ਬੰਦੇ ਦਾ ਕੋਈ ਬੰਦਾ ਜਾਨੀ ਨੁਕਸਾਨ ਕਰ ਦਿੰਦਾ, ਏਜੰਸੀਆਂ ਵਾਲੇ ਬੰਦੇ ਜਾਂ ਸਮਾਜ ਦੇ ਵਿੱਚ ਫੁੱਟ ਪਾਉਣ ਵਾਲੇ ਬੰਦੇ, ਤੇ ਸਿਆਪਾ ਖੜਾ ਹੋ ਜਾਣਾ, ਕਤਲ ਕਿਸੇ ਦੇ ਗਲ ਪੈਣਾ, ਘਰ ਕੋਈ ਹੋਰ ਜਾਣਾ। ਪਰ ਇਸ ਕਰਕੇ ਗੱਲ ਇਹ ਹੈ ਨਾ ਕਿ ਸਾਰੀਆਂ ਧਿਰਾਂ ਨੂੰ ਹੀ ਸੰਜਮ ਸਲੀਕਾ ਵਰਤਣਾ ਚਾਹੀਦਾ। ਜੇ ਤੁਸੀਂ ਕਿਸੇ ਵੱਲ ਉਂਗਲ ਉਠਾਉਂਦੇ ਤਾਂ 3 ਉਂਗਲਾਂ ਤੁਹਾਡੇ ਵੱਲ ਨੂੰ ਵੀ ਉੱਠਦੀਆਂ ਨੇ। ਚਲੋ, ਅਸੀਂ ਤਾਂ ਮੀਡੀਆ 'ਚ ਹਾਂ, ਗੱਲ ਕਹਿਣੀ ਪੈਂਦੀ ਹੈ ਬਹੁਤ ਹੱਦ ਤੱਕ, ਪਰ ਫਿਰ ਵੀ ਪਰਸਨ ਗੱਲਾਂ ਤੋਂ ਗੁਰੇਜ਼ ਕਰੀਦਾ, ਕਿਉਂਕਿ ਜੋ ਮੀਡੀਆ ਦੇ ਐਥਿਕਸ ਨੇ ਉੱਥੇ ਤੱਕ ਹੀ, ਕਿਸੇ ਦੀ ਪੱਗ ਲਾਉਣ, ਕਿਸੇ 'ਤੇ ਜੁੱਤੀ ਮਾਰਨ, ਇਹ ਚੀਜ਼ਾਂ ਜਾਇਜ਼ ਨਹੀਂ ਹੈ। ਭਾਵੇਂ ਪੀ ਚਿਦੰਬਰਮ 'ਤੇ ਪੱਤਰਕਾਰ ਜਰਨੈਲ ਸਿੰਘ ਨੇ ਸਿੱਟੀ ਸੀ, ਭਾਵੇਂ ਬਾਦਲ ਸਾਹਿਬ 'ਤੇ ਜੁੱਤੀ ਆ ਵਿਕਰਮ ਧਨੌਲਾ ਨੇ ਸਿੱਟੀ ਸੀ, ਜਿਹੜਾ ਖੁਦ ਡਿਫਾਲਟਰ ਸੀ, ਇਹ ਤੌਰ ਤਰੀਕੇ ਚੰਗੇ ਨਹੀਂ ਹੈ। ਜਿਸ ਪਾਸੇ ਨੂੰ ਅਸੀਂ ਇੱਕ ਸੱਭਿਅਕ ਸੁਸਾਇਟੀ ਲਿਜਾ ਰਹੇ ਹਾਂ ਉਹ ਮਾੜਾ ਆ। ਵਿਚਾਰਕ ਮਤਭੇਦ ਹੋਵੇ, ਆਪਣੀ ਗੱਲ ਕਹੋ, ਤੁਸੀਂ ਰੋਸ ਨਾ ਕੀਜੇ, ਉੱਤਰ ਦੀਜੇ। ਵਿਚਾਰ ਚਰਚਾ ਦੀ ਗੁਰੂ ਸਾਹਿਬ ਨੇ ਵੀ ਸਾਨੂੰ ਆਗਿਆ ਦਿੱਤੀ ਹੈ, ਹੋਣੀ ਚਾਹੀਦੀ ਹੈ, ਪਰ ਕੁਛ ਨਾ ਕੁਛ ਐਥਿਕਸ ਤੇ ਹੋਣੇ ਚਾਹੀਦੇ ਨੇ ਨਾ।
ਤੇ ਤੁਹਾਡਾ ਕੋਈ ਮਿਆਰ ਤੇ ਹੋਣਾ ਚਾਹੀਦਾ ਨਾ ਡਿਬੇਟ ਦਾ। ਇਹ ਗੱਲ ਕਿ ਗਾਲੀ ਗਲੋਚ ਜੁੱਤੀ ਮਾਰੋ, ਮੈਂ ਤੇਰੀਆਂ ਨਾਸਾਂ ਭੰਨ ਦੂ, ਤੈਨੂੰ ਕੁਛ ਚਾਹੀਦਾ, ਫਲਾਂ ਧਮਕਾਂ, ਆਪ ਤੁਹਾਡੇ ਪੱਲੇ ਕੀ ਪਿਆ, ਤੁਸੀਂ ਪੋਸਟ ਪਾਈ ਸੀ, ਮਤਲਬ ਪੋਸਟਾਂ ਪਾਉਂਦਿਆਂ ਵੀ ਸ਼ਰਮ ਆਉਂਦੀ ਹੈ ਕਿ ਯਾਰ ਇੱਦਾਂ ਦੀ ਪੋਸਟ ਕੀ ਪਾਓਗੇ, ਕੀ ਦਿਖਾ ਰਹੇ ਨੇ ਉਹ ਲੋਕ, ਹੈ ਨਾ। ਪਰ ਗੱਲ ਇਹ ਹੈ ਕਿ ਕਰਨ ਵਾਲਿਆਂ ਨੂੰ ਸ਼ਰਮ ਨਹੀਂ, ਮੀਡੀਆ ਨੇ ਤਾਂ ਚਲੋ ਬੀਪ ਲਾ ਕੇ ਜਾਂ ਹਿਡਨ ਕਰਕੇ ਉਹਨੂੰ ਹਾਈਲਾਈਟ ਕਰਨਾ, ਦਿਖਾਉਣਾ ਕਿ ਫਲਾਣਾ ਬੰਦਾ ਕਰ ਰਿਹਾ, ਪਰ ਮੀਡੀਆ 'ਚ ਵੀ ਬਹੁਤ ਸਾਰੇ ਲੋਕ ਵੀ ਅਵੋਇਡ ਕਰਦੇ ਨੇ ਕਿ ਯਾਰ ਨਾ ਇਹ ਚੀਜ਼ ਕੀਤੀ ਜਾਵੇ। ਕਿੰਨੀਆਂ ਗਾਲੀ ਗਲੋਚ ਵਾਲੀਆਂ ਨੇ ਵੀਡੀਓ ਪਾਈ ਜਾਂਦੀ ਹੈ, ਉਹਨੂੰ ਬੀਪ ਲਾਇਆ ਜਾਂਦਾ ਉਹਨੂੰ ਜਾਂ ਬਲਰ ਕੀਤਾ ਜਾਂਦਾ ਉਸ ਵੀਡੀਓ ਨੂੰ, ਹੈ ਨਾ। ਪਰ ਜਿਹੜੇ ਇਸ ਤਰ੍ਹਾਂ ਦਾ ਕਰਦੇ ਨੇ ਉਹਨਾਂ ਨੂੰ ਕੋਈ ਸੰਗ ਸ਼ਰਮ ਥੋੜੀ ਹੈ। ਪਰ ਉਹਦੇ 'ਚ ਗੱਲ ਇਹ ਹੈ ਕਿ ਦੇਖੋ ਪੰਜਾਬ ਆਪਸ 'ਚ ਭਰਾ ਮਾਰੂ ਜੰਗ 'ਚ ਸਾਡਾ ਇਤਿਹਾਸ ਰਿਹਾ ਕਿ ਅਸੀਂ ਭਰਾ ਮਾਰੂ ਜੰਗ 'ਚ ਮਰੇ ਹਾਂ, ਕਾਮਰੇਡ ਬਨਾਮ ਸਿੱਖ ਦੀ ਅਖੌਤੀ ਲੜਾਈ ਖੜੀ ਕਰਕੇ ਇਹ ਤਿਰਾਂ ਨੇ ਫੁੱਟ ਪਾਈ ਹੈ। ਸਿੱਖਾਂ ਦੇ ਸਭ ਤੋਂ ਪ੍ਰਵਾਨਿਤ ਫਿਲਾਸਫਰ ਬੁੱਧੀਜੀਵੀ ਸਰਦਾਰ ਕਪੂਰ ਸਿੰਘ ਨੇ ਉਹ ਉਹੀ ਗੱਲ ਕਹਿੰਦੇ ਨੇ ਕਿ ਜਿਹੜਾ ਫਲਸਫਾ ਗੁਰੂ ਨਾਨਕ ਸਾਹਿਬ ਨੇ ਲਿਆਂਦਾ ਉਸ ਫਲਸਫੇ ਨੂੰ ਮਾਰਕਸ ਤੇ ਪਰੂ ਤੋਂ ਉਹਨੇ ਵੀ ਅੱਗੇ ਵਧਾਇਆ। ਫਿਰ ਮਾਰਕਸੀ ਕਿਵੇਂ ਮਾੜੇ ਹੋ ਗਏ ਜੀ? ਕੀ ਗਦਾਰੀਆਂ ਸਿੱਖਾਂ 'ਚ ਨਹੀਂ ਸੀ? ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀ ਹੋਇਆ? ਈਵਨ ਗੁਰੂ ਪਰਿਵਾਰ ਦੇ ਵਿੱਚ ਗੁਰੂ ਪਰਿਵਾਰ ਦੇ ਨੇੜਲਿਆਂ ਨੇ ਕੀ ਨਹੀਂ ਕੀਤਾ? ਚੰਦੂ ਹੋਰਾਂ ਨੇ, ਹੈ ਨਾ, ਜੈਚੰਦ ਹੋਰਾਂ ਨੇ ਕੀ ਨਹੀਂ ਕੀਤਾ? ਸੋ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਤੁਹਾਡੀ ਆਜ਼ਾਦੀ ਉੱਥੇ ਤੱਕ ਹੀ ਹੈ ਜਿੱਥੇ ਤੱਕ ਤੁਹਾਡੀ ਨੱਕ ਹੈ। ਜੇ ਕੁਛ ਕਰੋਗੇ ਤਾਂ ਫਿਰ ਅਗਲਾ ਵੀ ਕਰੇਗਾ। ਗੱਲ ਇਹ ਹੈ ਨਾ ਕਿ ਆਪਣਾ ਕੁੱਤਾ ਤੁਹਾਡਾ ਟੌਮੀ ਤੇ ਦੂਸਰੇ ਦਾ ਕੁੱਤਾ ਕਤੀੜ, ਇੱਦਾਂ ਨਹੀਂ ਨਾ ਚੱਲੇਗਾ। ਪਰ ਅਸੀਂ ਇੱਦਾਂ ਚਲਾਉਣਾ ਚਾਹੁੰਦੇ ਹਾਂ। ਆਪਣਾ ਨਿਊ ਜਰਸੀ ਤੋਂ ਹੁੰਦਲ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਟੋਣਾ ਸਾਹਿਬ। ਜਿਸ ਤਰ੍ਹਾਂ ਇਹ ਅਪਮਾਨ ਦਾ ਤੇ ਅੱਗੇ ਵੀ ਪਹਿਲਾਂ ਹੀ ਪਤਾ ਕਿ ਜਦੋਂ ਵੀ ਇਹ ਪਾਵਰ ਚ ਆਉਂਦਾ ਜਾਂ ਕਦੋਂ ਇਹਨੂੰ ਮੌਕਾ ਮਿਲਦਾ, ਇਹ ਤੇ ਗੌਰਮੈਂਟ ਦੀ ਕਰਦਾ ਉਹਨਾਂ ਦਾ ਬ੍ਰਹਮਾਸਤਰ ਹੈ। ਇਹ ਐਸਾ ਬਿਆਨ ਦਿੰਦਾ ਕਿ ਜਿਹਦਾ ਕੋਈ ਨਾ ਕੋਈ ਫਾਇਦਾ ਤੇ ਨਾ ਕੋਈ ਨੁਕਸਾਨ ਹੈ, ਸਾਰੀ ਦੁਨੀਆ ਵੰਡ ਕੇ ਰੱਖ ਦਿੱਤੀ। ਸਵਾਲ ਇਹ ਹੈ ਜੀ, ਜਿਸ ਤਰ੍ਹਾਂ ਪਿਛਲੇ ਦਿਨੀ ਇੱਥੇ ਗੁਰਪੰਥ ਪੰਨੂ ਦਾ ਇੱਕ ਬਿਆਨ ਆਇਆ ਸੀ ਕਿ 15 ਅਗਸਤ ਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਅਸੀਂ ਬਿਜਲੀ ਬੰਦ ਕਰ ਦਿਆਂਗੇ ਤੇ ਵਿਗਰ ਪਾਵਾਂਗੇ। ਉਹਦੇ ਕੋਲ ਕਿਹੜਾ ਐਸਾ ਕੋਈ ਕਾਲਾ ਜਾਦੂ ਆ ਜਿਹੜਾ ਇੱਥੋਂ ਬੈਠਾ ਸੀ ਉੱਥੇ ਇੰਡੀਆ ਦੇ ਦਰਡਾਂ 'ਚ ਕੋਈ ਫਰਕ ਪਾ ਦੂਗਾ? ਤੇ ਦੂਜਾ ਜਿਹੜਾ ਕੱਲ ਉੱਥੇ ਮੁਕਾਬਲਾ ਹੋਇਆ ਜੀ ਆਪਣੇ ਮੋਹਾਲੀ ਦੇ ਲਾਗੇ, ਇਹਨੂੰ ਕੀ ਸ਼ੁਰੂਆਤ ਸਮਝੀਏ ਗੈਸਟਰਾਂ ਦੇ ਖਿਲਾਫ਼ ਲੜਾਈ ਦਾ ਜਾਂ ਕੋਈ ਹੋਰ ਮਸਲਾ ਸੀ ਇਹ ਜੀ? ਨਹੀਂ, ਉਹ ਕਾਬਲ ਅਫਸਰ ਹੈ ਵਿਕਰਮ ਬਰਾੜ, ਪਹਿਲਾਂ ਵੀ ਕਈ ਇਨਕਾਊਂਟਰ ਉਹਨੇ ਕੀਤੇ ਨੇ ਜਾਂ ਇਹਨਾਂ ਨੂੰ ਠੱਲ ਪਾਇਆ, ਤੇ ਗੁੰਡਾਗਰਦੀ ਤਾਂ ਇਹਨਾਂ ਦੀ ਏਦਾਂ ਹੀ ਕਾਬੂ ਆਉਣੀ ਹੈ ਬਾਈ ਜੀ। ਛਿੱਤਰ ਦੇ ਯਾਰ ਨਾ ਛਿੱਤਰ ਨਾਲ ਹੀ ਮੰਨਦੇ ਨੇ, ਮੈਂ ਪੰਜਾਬੀ ਭਾਸ਼ਾ 'ਚ ਕਰਾਂ। ਥੈਂਕ ਯੂ ਹੁੰਦਲ ਸਾਹਿਬ। ਓਕੇ, ਥੈਂਕ ਯੂ, ਥੈਂਕ ਯੂ ਸਾਹਿਬ। ਬਲਾਸ ਸਿੰਘ ਸੰਧੂ, ਸਤਿ ਸ੍ਰੀ ਅਕਾਲ ਅੰਕਲ। ਸੰਧੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਗੱਲ ਕਰੋ। ਕਲਾ ਸਾਹਿਬ ਨਾ, ਪਿੰਡਾਂ ਦੇ ਵਿੱਚ ਤਕਰੀਬਨ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਏਦਾਂ ਦੇ ਬੰਦੇ ਹੁੰਦੇ ਆ ਜਿਹਨਾਂ ਦਾ ਕੰਮ ਹੁੰਦਾ ਵੀ ਅੱਗ ਲਾ ਕੇ ਰੱਖੀ ਜੀ ਪਿੰਡ ਦੇ ਵਿੱਚ, ਟੇਕੇ ਨੀ ਲੋਕਾਂ ਨੂੰ ਬਹਿਣ ਦੇਣਾ। ਉਹੀ ਹਾਲ ਇਹ ਮਾਨ ਸਾਹਿਬ ਦਾ ਆ। ਤੇ ਬਾਕੀ ਜਿਹੜੇ ਆ ਯੂਟਿਊਬਰ ਚੈਨਲ ਵਾਲਿਆਂ ਆ, ਇਹਨਾਂ ਦਾ ਇਹ ਇਹਨਾਂ ਨੇ ਉਹ ਜਿੱਦਾਂ ਨਾ ਪਟਾਕਿਆਂ ਦੀ ਲੜੀ ਚੁੱਕੀ ਹੈ ਤੇ ਉਹਨੂੰ ਅੱਗ ਲਾ ਕੇ ਛੱਡ ਦਿੱਤੀ, ਹੁਣ ਦੋਵੇਂ ਬੰਦਿਆਂ ਤੋਂ ਪਟਾਕੇ ਛਿੱਟੀ ਜਾਂਦੇ ਆ, ਉਹ ਚੱਲਣੋਂ ਹਟਣੇ ਨੀ ਜਿੰਨਾ ਚਿਰ। ਜਿਹੜਾ ਮੇਨ ਮੁੱਦਾ ਆ ਕੋਈ ਉਹ ਤਰ੍ਹਾਂ ਸਾਰੇ ਬੰਨੇ ਹਟ ਕੇ ਹੋਣੀ, ਇੱਕੋ ਮਾਨ ਸਾਹਿਬ ਚਿੱਠੀਆਂ ਦੀ ਬਸ ਪੂਰੇ ਦਿਨ ਲੜਾਈ ਕੀਤੀ ਜਾਂਦੀ ਹੈ। ਨਹੀਂ ਗੱਲ ਦੇਖੋ ਅੰਕਲ, ਸੰਧੂ ਸਾਹਿਬ ਗੱਲ ਕਰੋ ਮਸਲੇ ਦੀ, ਪਰ ਮਸਲਾ ਉੱਠਿਆ ਕਿਉਂ, ਉਠਾਇਆ ਕਿਉਂ ਗਿਆ, ਇਹਦਾ ਫਾਇਦਾ ਤੇ ਨੁਕਸਾਨ ਕਿਹਨੂੰ ਹੈ, ਉਹਦੀ ਪੜਚੋਲ ਹੋਵੇ, ਹੈ ਨਾ। ਅਸੀਂ ਜਿਹੜੇ ਸਾਡੇ ਨੈਸ਼ਨਲ ਮਸਲੇ ਨੇ ਉਹ ਮਸਲੇ ਭੁੱਲ ਗਏ ਹਾਂ, ਉਹ ਸਾਨੂੰ ਇੱਥੇ ਪੰਜਾਬ 'ਚ ਭਰਾ ਮਾਰੂ ਜੰਗ 'ਚ ਉਲਝਾ ਕੇ ਬੇਵਕੂਫ ਬਣਾ ਕੇ ਸਾਨੂੰ ਆਪਣਾ ਉੱਲੂ ਸਿੱਧਾ ਕਰੀ ਜਾਂਦੀ RSS BJP। ਹੁਣ ਉਹ ਬੰਦਾ ਬਿਆਨ ਦੇ ਗਿਆ ਤੇ ਉਹਨੂੰ ਉਹਦਾ ਕੋਈ ਜਾਨੀ ਨੁਕਸਾਨ ਹੋ ਗਿਆ ਤੇ ਪੈ ਗਈ 57 ਮਾਨ ਸਾਹਿਬ ਦੇ ਉੱਤੇ। ਬਿਲਕੁਲ ਬਿਲਕੁਲ, ਕੀ ਕੀਤੀ ਕਿ ਮਾਨ ਸਾਹਿਬ ਦੀ ਪੱਗ, ਇਹ ਜਿਹੜੇ ਕਹਿੰਦੇ ਨੇ ਕਿ ਮਾਨ ਸਾਹਿਬ ਦੀ ਪੱਗ ਨੂੰ ਹੱਥ ਲਾ ਕੇ ਵਿਖਾਓ, ਤੇ ਆ ਪਹਿਲਾਂ ਮਾਨ ਸਾਹਿਬ ਦੀ ਪੱਗ ਅਕਾਲੀਆਂ ਨੇ ਲਾਈ ਸੀ, ਕਿੱਥੋਂ ਦਾ ਸੀ ਉਹ ਸਮਾਗਮ ਦਲਜੀਤ ਬਿੱਟੂ ਹੋਰਾਂ ਦੀ, ਕੀ ਬਣਿਆ? ਇੱਕ ਦੂਸਰੇ ਦੀਆਂ ਪੱਗਾਂ ਲਾਈਆਂ ਸੀ, ਮਾਨ ਸਾਹਿਬ ਦੀ ਕਿੰਨੀ ਬੇਹੁਰਮਤੀ ਉਹਨਾਂ ਲੋਕਾਂ ਨੇ ਕੀਤੀ, ਕੀ ਉਹਨਾਂ ਨੂੰ ਫਾਹੇ ਲਾਤਾ ਤੁਸੀਂ? ਕੁਛ ਨੀ, ਮਾਨ ਸਾਹਿਬ ਵੀ ਗੱਲ ਤੇ ਸਾਰਿਆਂ ਨੂੰ ਪਤਾ ਆ ਵੀ ਉਹ ਬੋਲਣ ਲੱਗਿਆ ਸੋਏ ਨੀ, ਉਹ ਜਿਹੜੀ ਗੱਲ ਤੇ ਅੜੇ ਰਹਿਣਾ ਹੈ, ਪਰ ਯੂਟਿਊਬਰ ਦਾ ਕੰਮ ਹੈ ਉਹਨਾਂ ਨੂੰ ਇਹ ਕਿ ਸਾਡੀ TRP ਜਿਹੜੀ ਵਧੂਗੀ ਉਹ ਆਪਣਾ ਜਿਹੜਾ ਉਹ ਚੁੱਲ੍ਹਾ ਬਾਲਦੇ ਆ ਤੇ ਬਾਲ ਕੇ ਸਿੱਟੀ ਜਾਂਦੇ ਮੁੰਡੇ। ਬਿਲਕੁਲ ਬਿਲਕੁਲ, ਤੇ ਬਾਕੀ ਇਹ ਜਿਹੜਾ
ਟਵਾਣਾ ਸਾਹਿਬ ਜਿਹੜਾ ਪਾਣੀ ਦਾ ਗਲਾਸ ਪੀਤਿਆ ਹੁਣ ਪੰਜਾਬ ਦਾ ਸਾਰਾ ਪਾਣੀ ਤੇ ਸਾਫ਼ ਹੋ ਗਿਆ ਹੁਣ ਤੁਸੀਂ ਪੀ ਲਿਆ ਕਰੋ ਉਹ ਡਰਾਮੇ ਕਰਦੇ ਆ ਬੇਈ ਵਾਲੇ ਵੀ ਬੇਈ ਮੈਂ ਬਹੁਤ ਨੇੜੇ ਵੇਖਿਆ ਬੇਈ ਓਨੀ ਕੀ ਸਾਫ਼ ਹੈ ਅੱਗੇ ਪਿੱਛੇ ਬੇਈ ਦਾ ਕੀ ਹਾਲਾਤ ਹੈ ਹਨਾ ਕਾਲਾ ਸੰਘਿਆ ਡਰੇਨ ਮਾੜਾ ਜਾ 20 ਕਿਲੋਮੀਟਰ ਪਿੱਛੇ ਜਾ ਕੇ ਵੇਖੋ ਨਾ ਉਸੇ ਦਾ ਕ੍ਰੈਡਿਟ ਮੁੰਡਾ ਜੰਮਿਆ ਤੇ ਖੁਸਰਿਆਂ ਦੇ ਘਰ ਮੁੰਡਾ ਜੰਮਿਆ ਚੁੰਮ ਚੁੰਮ ਕੇ ਮਾਰ ਦਿੱਤਾ ਅੱਗੇ ਪਿੱਛੇ ਵੀ ਹਾਲਾਤ ਵੇਖ ਲੋ ਹੈਨਾ ਐਨਜੀਓ ਕਰ ਰਹੇ ਨੇ ਰਾਜ ਸਭਾ ਮੈਂਬਰ ਬਣ ਗਏ ਨੇ ਪਰ ਜਿਹੜਾ ਨਹਿਰਾਂ ਦੇ ਕਾਰਨ ਨਹਿਰਾਂ ਬੰਦ ਨੇ ਉਹਨਾਂ ਦੇ ਬਾਰੇ ਸੀਚੇਵਾਲ ਸਾਹਿਬ ਦਾ ਮਿਉਂ ਸੁਣ ਦਿੱਤਾ ਜਾਂਦਾ ਤੇਜਾ ਰਹੇਲਾ ਪਿੰਡ ਦੇ ਹਾਲਾਤ ਉੱਥੇ ਪਾਣੀ ਪੀਓ ਉਹਨਾਂ ਨਾਲ ਡਾਕਟਰ ਗੁਰਪ੍ਰੀਤ ਨੂੰ ਪਿਆਓ ਨਾ ਤੁਹਾਡਾ ਖਾਧਾ ਪੀਤਾ ਉਲਟੀ ਆ ਜੇ ਸਾਰੇ 15 ਦਿਨ ਤੁਹਾਨੂੰ ਹੈਜਾ ਨੀ ਠੀਕ ਹੋਣਾ ਜੀ ਜਿਹੜੀ ਕਾਲੇ ਸੰਜੇ ਵਾਲੀ ਡਰੇਨ ਆ ਉਹ ਵੀ ਸੀਚੇਵਾਲ ਦੇ ਲਾਗੇ ਹੀ ਆ ਉਹ ਕਿਹੜੀ ਦੂਰ ਹੈ ਉਹਨਾਂ ਨੂੰ ਸਾਫ਼ ਕਰ ਲੈਣ ਪਹਿਲਾਂ ਪੀ ਲੈਂਦੇ ਲੀਟਰ ਲੀਟਰ ਭਰ ਕੇ ਘਰੇ ਵੀ ਲੈ ਜਾਂਦੇ ਫਰਿੱਜ ਚ ਰੱਖ ਲੈਂਦੇ ਹਾਂ ਬਸ ਉਹ ਪੋਲਿਸ਼ ਕਰ ਰਹੇ ਨੇ ਡਰਾਮਾ ਆ ਬਸ ਡਰਾਮਾ ਕਰਦੇ ਬਸ ਡਰਾਮਾ ਵਿਕਦਾ ਮੀਡੀਆ ਹਾਈਲਾਈਟ ਕਰਦਾ ਬਦਨਾਮੀ ਹੋਈ ਸੀ ਉੱਥੇ ਜਾ ਕੇ ਪਾਣੀ ਦਾ ਗਲਾਸ ਪੀ ਲਿਆ ਇੰਨਾ ਕੁ ਮਾਨ ਸਾਹਿਬ ਨੂੰ ਕੀ ਫਰਕ ਪੈਂਦਾ ਭਾਵੇਂ ਕਾਲਾ ਸੰਘੇ ਵਾਲੇ ਪੀ ਲੈਣ ਬਿਲਕੁਲ ਸਹੀ ਗੱਲ ਹੈ ਥੈਂਕ ਯੂ ਸੰਤ ਸਾਹਿਬ ਥੈਂਕ ਯੂ ਤੇ ਆਪਣਾ ਪੂਣੀਆ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਗੱਲ ਨੂੰ ਤੁਹਾਡੀ ਨੂੰ ਤਰਜੀਹ ਦਿੰਦਾ ਕਿ ਜਿਹੜਾ ਬੋਲਣ ਦਾ ਮਿਆਰ ਹੈ ਟਿਵਾਣਾ ਸਾਹਿਬ ਇਹ ਬਹੁਤ ਬਹੁਤ ਵੱਡੇ ਤੋਂ ਵੱਡੇ ਲੀਡਰਾਂ ਦਾ ਇੰਨਾ ਗਿਰ ਗਿਆ ਮੈਨੂੰ ਇਹ ਲੱਗਦਾ ਕਿ ਉਹ ਆਪਣੇ ਬੱਚਿਆਂ ਕੋਲ ਜਾਂ ਆਪਣੇ ਪਰਿਵਾਰ ਕੋਲ ਸ਼ਾਇਦ ਪੋਤੇ ਪੋਤੀਆਂ ਕੋਲ 10 ਮਿੰਟ ਬੈਠਦੇ ਨਹੀਂ ਹੈ ਕਿਉਂਕਿ ਮੈਨੂੰ ਲੱਗਦਾ ਵੀ ਸ਼ਾਇਦ ਸ਼ੀਸ਼ਾ ਵੀ ਘੱਟ ਦੇਖਦੇ ਹੈ ਸ਼ੀਸ਼ੇ ਚ ਵੀ ਸ਼ਰਮ ਆਉਂਦੀ ਹੈ ਜਦੋਂ ਬੰਦਾ ਗੱਲ ਬਦਲੂ ਹੋ ਕੇ ਘੜੀ ਘੜੀ ਬੋਲਦਾ ਅੱਜ ਤੋਂ ਕੁਛ ਸਮਾਂ ਪਹਿਲਾਂ ਵੀ ਗੱਲ ਹੈਗੀ ਢੀਂਡਸਾ ਸਾਹਿਬ ਦੀ ਇਲੈਕਸ਼ਨ ਸੀ ਸਾਡੇ ਸੰਗਰੂਰ ਹਲਕਾ ਤਿੜਸਾ ਦੇ ਵਿਚ ਰੈਲੀ ਸੀ ਭਾਗਲ ਸਾਹਿਬ ਦੀ ਤੇ ਸਾਡੇ ਕੁਲਵੰਤ ਸਿੰਘ ਰਾਮੂਵਾਲੀਆ ਸਾਹਿਬ ਆਏ ਉਹਨੇ ਸਾਰੀਆਂ ਪਾਰਟੀਆਂ ਨੂੰ ਕੀ ਸਿਮਰਜੀਤ ਮਾਨ ਨੂੰ ਪਿੱਛਿਆ ਪਿੱਛੇ ਕਹਿੰਦੇ ਤਾਂ ਸ਼ਾਇਦ ਉਹ ਜਿਹੜੀ ਕਹਿੰਦਾ ਬੁੜੀਆਂ ਕਾਲੜੀ ਚੋਂ ਸੁੱਟ ਦਿੰਦੀ ਹੈ ਨਾ ਉਹ ਲੱਸੀ ਦੇ ਕੰਮ ਦੀ ਹੁੰਦੀ ਹੈ ਨਾ ਉਹ ਮੱਖਣ ਦੇ ਕੰਮ ਦੀ ਨਾ ਉਹ ਦਹੀਂ ਦੇ ਕੰਮ ਦੀ ਠੀਕ ਬਾਕੀ ਪਾਰਟੀਆਂ ਨੂੰ ਪਿੱਛ ਦੱਸਦਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਦੱਸਦਾ ਵੀ ਪਾਇਆ ਹੋਇਆ ਘਿਓ ਬੜਾ ਪੂਰਾ ਹੈ ਕਹਿੰਦਾ ਬੜਾ ਮੁਲਾਇਮ ਹੈ ਸੁਖਵੀਰ ਬਾਦਲ ਕਹਿੰਦਾ ਮੱਖਣ ਹੀ ਹੈ ਮਤਲਬ ਇੰਨੀ ਚਮਚੀ ਮਾਰੀ ਇੰਨੀ ਚਮਚੀ ਮਾਰੀ ਚਰਨਵਲ ਅੱਜ ਕਾਲਕਾ ਕੋਲੇ ਉੱਥੇ ਦਿੱਲੀ ਮੈਂ ਸੁਣਿਆ ਉਹ ਕਈ ਬਾਦਲਾਂ ਦੇ ਖਿਲਾਫ਼ ਯਾਰ ਕੀ ਸਾਡੇ ਸਿਰ ਤੇ ਕੋਈ ਨਾੜ ਪਏ ਅਸੀਂ ਪਹਿਲਾਂ ਉਹਨਾਂ ਦੇ ਹੱਕ ਚ ਇੰਨਾ ਜ਼ਿਆਦਾ ਬੋਲੀਏ ਕਿ ਕੱਲ ਨੂੰ ਸਾਨੂੰ ਦੇਖੋ ਤੁਹਾਡਾ ਸਾਹਿਬ ਮੇਰੀ ਇੱਕ ਵਿਚਾਰ ਰਹੀ ਹੈ ਛੋਟੇ ਬਚਪਨ ਤੋਂ ਵੀ ਕਿਸੇ ਨੂੰ ਚੰਗਾ ਕਹਿਣ ਤੋਂ ਗੁਰੇਜ਼ ਕਰੋ ਕਿਸੇ ਨੂੰ ਵੀ ਚੰਗਾ ਕਹਿਣ ਤੋਂ ਗੁਰੇਜ਼ ਕਰੋ ਜੇ ਚੰਗਾ ਕਹਿਤਾ ਤਾਂ ਆਪਣੀ ਜੀਵ ਦਾ ਪਰਹੇਜ਼ ਕਰੋ ਤਾਂ ਕਿ ਦੁਬਾਰਾ ਉਹਨੂੰ ਬੁਰਾ ਨਾ ਕਹੀਏ ਇੰਨਾ ਮਿਆਰ ਗਿਰ ਗਿਆ ਜੀ ਦੇਖੋ ਚੋਣਾਂ ਨੇ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਐਵੇਂ ਇੱਕ ਦੂਜੇ ਦੇ ਪ੍ਰਤੀ ਯਾਰ ਅਸੀਂ ਇੱਕ ਦੂਜੇ ਨਾਲ ਸਾਡੀਆਂ ਰਿਸ਼ਤੇਦਾਰੀਆਂ ਨੇ ਭਾਈਚਾਰਕ ਸਾਂਝਾਂ ਨੇ ਔਰ ਅਸੀਂ ਪੰਜਾਬੀ ਆ ਖਾਸ ਕਰਕੇ ਚਲੋ ਸਾਰੀਆਂ ਗੱਲਾਂ ਨੂੰ ਛੱਡੋ ਯਾਰ ਇੱਕ ਸਿੱਖ ਹੋਣ ਦੇ ਨਾਤੇ ਤੋਂ ਸਾਡਾ ਰਿਸ਼ਤਾ ਇਹੋ ਜਿਹਾ ਹੀ ਹੈ ਅਸੀਂ ਗੁਰੂ ਦੇ ਸਿੱਖ ਹਾਂ ਸਾਡੀ ਪਗੜੀ ਦੀ ਸਾਂਝ ਹੈ ਸਾਡੀ ਨੂੰਹ ਬੇਟੀ ਦੀ ਸਾਂਝ ਹੈ ਮਤਲਬ ਮਿਆਰ ਲੋੜ ਤੋਂ ਜ਼ਿਆਦਾ ਗਿਰ ਗਿਆ ਔਰ ਗੱਲ ਮੇਰੇ ਕੇਜਰੀਵਾਲ ਸਾਹਿਬ ਦੀ ਯਾਦ ਆ ਰਹੀ ਹੈ ਜਦੋਂ ਇਹ ਆਪਣੇ ਬੈਠੇ ਸੀ ਨਾ ਦਿੱਲੀ ਉੱਤੇ ਅੰਨਾ ਹਜ਼ਾਰਾਂ ਜੀ ਨੇ ਜਦੋਂ ਕੀਤਾ ਸੀ ਉਹ ਇੱਕ ਗੱਲ ਮੇਰੇ ਬੜੀ ਯਾਦ ਆਉਂਦੀ ਹੈ ਕਿ ਕਹੀ ਹਮ ਵਾਪਸ ਜਾਏਂਗੇ ਜਦ ਹਮਾਰੇ ਟੀਚਰ ਨੂੰ ਕੁਰਸੀ ਲੈ ਸੀ ਜਦ ਹਮ ਕੁਰਸੀ ਨੂੰ ਬੈਠ ਗਏ ਕਹੀ ਹਮ ਬਦਲ ਤੋਂ ਨਹੀਂ ਜਾਏਂਗੇ ਉਹ ਮੇਰੇ ਬੜੀ ਯਾਦ ਆਉਂਦੀ ਹੈ ਗੱਲ ਭਰਾਵਾ ਸਭ ਤੋਂ ਛੇਤੀ ਬਦਲੇ ਸਹੀ ਗੱਲ ਹੈ ਡਰਾਮਾ ਸਿਰੇ ਦਾ ਮਤਲਬ ਡਰਾਮਾ ਉੱਡਾ ਸਿਆਸਤ ਚ ਕਾਮਯਾਬ ਥੈਂਕ ਯੂ ਲਓ ਦੋਸਤੋ ਸਮਾਪਤੀ ਵੱਲ ਨੂੰ ਜਾਵਾਂਗੇ ਤੇ ਸੁਰਿੰਦਰ ਬਾਈ ਜੀ ਗੱਲ ਚੱਲੀ ਸੀ ਹੁਣ ਪੱਗਾਂ ਦੀ ਲਾਹ ਲਹਾਈ ਦੀ ਕਿੱਥੋਂ ਦਾ ਸਮਾਗਮ ਸੀ ਜਦੋਂ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪੱਗ ਉਤਰ ਗਈ ਸੀ ਦਲਜੀਤ ਸਿੰਘ ਬਿੱਟੂ ਹੋਰਾਂ ਤੇ ਵੀ ਅਟੈਕ ਹੋਇਆ ਸੀ ਤੇ ਇਹ ਭਰਾ ਮਾਰੂ ਜੰਗ ਉਦੋਂ ਵੀ ਚੱਲੀ ਸੀ ਤੇ ਉਦੋਂ ਕਿੰਨਾ ਕੁ ਕੁਛ ਹੋ ਗਿਆ ਸੀਗਾ ਤੇ ਇਹ ਪੱਗਾਂ ਲਾਹੌਣ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ
कल नूं कोई ना जाने इस तरह का सिर फिरिया कोई नपाक हरकत करदा ते मुड़ के नुकसान हो सकदा, क्यों इस तरह दियां पग्गां नूं हत्थां पाउण दूसरे दे कपड़े उतारन तक ही सिख सियासत सीमित होके रह गई है। जी सुरेंद्र करो। 2006 सितंबर की गल है, कथू नंगल दी अमृतसर च उथे अकाली दल दा इक प्रोग्राम सी। अकाली दल कहिंदा जी IGPC साडे कोल आ ते तुसी कौन हुन्ने आउण वाले, क्योंकि उस तो पहला दो वार झगड़ा इन्हां दा हो चुकिया सी। एक वार होया सी शायद गोइंदवाल साहब जां तलवंडी साहब, एक वारी अकाल तख्त साहब ते होया सी। अकाल तख्त साहब ते अवतार सिंह मक्कड़ उदो IGPC दे प्रधान हुंदे, फिर एक पश्चाताप दिवस भी मनाया गया सी अकाल तख्त साहब ते, के अकाल तख्त साहब ते गुरु ग्रंथ साहब जी की हजूरी च सिख आपस च की कहने होंगे घसुन मुखी हो गया सी, दस्तारा उत्थे भी उतरिया सी। फिर जेड़ा कथू नंगल वाला उन्होंने इन्हों रोकया कि तुसी ना आओ, जदों ये नहीं हटे अखीर फिर उन्होंने मौके ते, क्योंकि उदो अकाली दल दलजीत सिंह बिट्टू ते सिमरजीत सिंह मान उन्होंने इकट्ठा कर लिया सी, एक बन गया सी, ते बाकी सारे भज गए। सिमरजीत सिंह मान एक जगह ते खड़ गया कहिंदा मैं भजना नहीं, इन्हां दी दस्तार उतर गई सी, ते बाकी चाहे वह दलजीत सिंह बिट्टू सी भावें उहदे नाल दे सी, वह तकरीबन 2-2, 3-3 किलोमीटर तक खेतों विच भज गए सीगे, पर ढा उन्होंने वह भी लाए सी जाके, क्योंकि उन्होंने कोल बंदे ज्यादा सीगे, क्योंकि दो वारी पहला ऑलरेडी झगड़े हो चुके सीगे, स्टेज किसे दी हुंदी सी, कब्जा जाके कोई करदा सी। श्रोमणी खालसा दल बनाया सी, ते अकाली दल मान दा अकाली दल अमृतसर सी, फिर अकाली दल अमृतसर च मर्ज हो गए श्रोमणी दल खालसा भंग करके, फिर जदों सिमरजीत सिंह मान नाल इन्हां दी खटापटी होगी, फिर इन्हां ने पंच प्रधानी बनाई सी। यह दो वारी इन्हां दल बनाया, फिर पंच प्रधानी भी जेड़ी रही नहीं, फिर इन्हां दा जेड़ा हरपाल सिंह चीमा सी इन्हां दा एडवोकेट, ਉਹ ਫਿਰ ਦਲ ਖਾਲਸਾ ਚ ਸ਼ਾਮਿਲ ਹੋ ਗਿਆ ਸੀ, ਫਿਰ ਦਲ ਖਾਲਸਾ ਦਾ ਮੁਖੀ ਉਹ ਬਣ ਗਿਆ ਸੀ, ਬਾਕੀ ਸਾਰੇ ਸਾਇਲੈਂਟ ਹੋ ਗਏ ਸੀ ਜਿਹੜੇ ਸੀ। ਜੀ, ਤੇ ਸੁਣ ਲਓ ਜਿਸ ਤਰ੍ਹਾਂ ਜੰਗਲਾਤ ਘੁਟਾਲੇ ਦੇ ਵਿੱਚ, ਹਾਲਾਂਕਿ ਇਹ ਵੀ ਬਹੁਤ ਵੱਡਾ ਅਪਮਾਨ ਹੈ ਕੌਮ ਦੇ ਕਿਸੇ ਲੀਡਰ ਦੀ ਪੱਗ ਲਾਉਣਾ, ਉਦੋਂ ਕੋਈ ਵੀ ਕਾਰਵਾਈ ਕਿਸੇ ਤੇ ਵੀ ਨਹੀਂ ਹੋਈ, 295 ਬਣਦੀ ਸੀ ਮੇਰੇ ਖਿਆਲ, ਪਰਚੇ ਪੁਰਚੇ ਤਾਂ ਕਰਾਏ ਸੀ ਮਾਨ ਧਿਰ ਨੇ ਉਹਨਾਂ ਤੇ, ਬਾਈ ਨੇਮ ਕਰਾਇਆ ਸੀ ਕਿਸੇ ਤੇ ਜਾਂ ਅਕਾਲ ਤਖ਼ਤ ਵੱਲੋਂ ਨੋਟਸ ਲਿਆ ਗਿਆ, ਕੁਛ ਵੀ ਨਹੀਂ। ਨਹੀਂ, ਅਕਾਲ ਤਖ਼ਤ ਸਾਹਿਬ ਉਹਨਾਂ ਕੋਲੇ IGPC ਉਹਨਾਂ ਕੋਲੇ, ਪਹਿਲੀ ਗੱਲ। ਦੂਜੀ ਗੱਲ, ਗਲਤੀ ਇਹਨਾਂ ਦੀ, ਜਦੋਂ ਉਹਨਾਂ ਦਾ ਪ੍ਰੋਗਰਾਮ ਆ ਤੁਸੀਂ ਉਹਨਾਂ ਦੀ ਸਟੇਜ ਤੇ ਕਬਜ਼ਾ ਕਰਨ ਕਿਉਂ ਜਾ ਰਹੇ ਹੋ? ਫਿਰ ਤੁਹਾਡੇ ਕੋਲ ਗਿਣਤੀ ਦੇ ਬੰਦੇ ਕਹਿੰਦੇ ਜੀ ਅਸੀਂ ਵੀ ਪੰਥਕ ਆ, ਇਹਨਾਂ ਕੱਲਿਆਂ ਨੂੰ ਇਜਾਜ਼ਤ ਨੀ, ਸਾਡਾ ਵੀ ਉਹ ਕਹਿੰਦੇ, ਫਿਰ IGPC ਚ ਬਹੁਮਤ ਸਾਡੇ ਕੋਲ, ਪ੍ਰਧਾਨ ਸਾਡਾ, ਤੁਹਾਡਾ ਕੋਈ ਮੈਂਬਰ ਵੀ ਨੀ, ਤੁਸੀਂ ਕੀ ਲੈਣ ਆ ਰਹੇ ਹੋ? ਇਸ ਰੌਲੇ ਗੌਲੇ ਦੇ ਵਿਚ 3 ਵਾਰ ਝਗੜਾ ਹੋਇਆ ਸੀ, ਅਖੀਰ ਤੀਸਰੀ ਵਾਰ ਜਦੋਂ 2006 ਸਤੰਬਰ ਦੀ ਇਹ ਘਟਨਾ, ਮੇਰਾ ਕਿਹਾ ਬਾਬਾ ਬੁੱਢਾ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ, ਉੱਥੇ ਕੋਈ ਕੱਥੂ ਨੰਗਲ ਦੀ ਇਹ ਗੱਲ ਆ, ਝੋਨੇ ਵੱਢੇ ਹੋਏ ਸੀ ਤਕਰੀਬਨ ਜਾਂ ਸਤੰਬਰ ਦੇ ਐਂਡ ਦੀ ਗੱਲ ਆ, ਇੱਥੇ ਕੋਈ ਸੀ, ਮੇਰਾ ਕਿਹਾ ਸਤੰਬਰ ਦਾ ਅੱਧ ਹੋਏਗਾ ਜਾਂ ਐਂਡ ਹੋਏਗਾ, ਇੱਥੇ ਕੋਈ ਗੱਲ ਸੀ, ਤੇ ਉਸ ਵੇਲੇ ਇਹ ਘਟਨਾ ਜਿਹੜੀ ਆ ਕੱਥੂ ਨੰਗਲ ਵਾਪਰੀ ਸੀ। ਉਸ ਤੋਂ ਪਹਿਲਾਂ 2 ਵਾਰੀ ਤੇ ਛੁੱਟ ਪੁੱਟ ਘਟਨਾਵਾਂ ਹੋ ਗਈਆਂ ਸੀਗੀਆਂ, ਚਲੋ ਕਬਜ਼ਾ ਕਰਨਾ ਤੇ ਹਾਲਾ ਗੁੱਲਾ ਹੋ ਕੇ ਨਿਪਟ ਜਾਣਾ, ਲੇਕਿਨ ਉਦੋਂ ਤਾਂ ਫਿਰ ਸਿਰਾ ਹੀ ਲੱਗ ਗਿਆ। ਉਸ ਤੋਂ ਬਾਅਦ ਫਿਰ ਇਹਨਾਂ ਦੇ ਝਗੜੇ ਹੋਣੇ ਤੇ ਕਬਜ਼ੇ ਕਰਨੇ ਜਿਹੜੇ ਉਹ 2006 ਸਤੰਬਰ ਤੋਂ ਬਾਅਦ ਬੰਦ ਹੋ ਗਏ ਸੀ। ਤੇ ਮੂਸੇਵਾਲਾ ਕੇਸ ਜਾਂਦੇ ਜਾਂਦੇ ਦਿਓ ਅਪਡੇਟ, ਕਿਉਂਕਿ ਸੰਗਤ ਸਿੰਘ ਗਿਲਜੀਆਂ ਨੂੰ ਵੀ ਅਦਾਲਤ ਵੱਲੋਂ ਥੋੜੀ ਰਾਹਤ ਮਿਲੀ ਹੈ 26 ਤਰੀਕ ਤੱਕ ਦੀ, ਤੇ ਨਾਲ ਨਾਲ ਸ਼ਗਨਪ੍ਰੀਤ ਸੀ ਜਿਹੜਾ ਆਸਟ੍ਰੇਲੀਆ ਚ ਲੜਕਾ, ਉਹਦੀ ਜ਼ਮਾਨਤ ਅਰਜ਼ੀ ਤਾਂ ਰੱਦ ਹੋਈ ਹੈ, ਐਂਟੀਸਪੇਟਰੀ ਅਦਾਲਤ ਨੇ ਆਖਿਆ ਕਿ ਕੋਈ ਨਹੀਂ ਇੰਡੀਆ ਆਉਣ ਤੇ ਜਿਹੜੀ ਜ਼ਰੂਰ ਉਹਨੂੰ ਸਿਕਿਉਰਿਟੀ ਹੈ ਜਿਹੜੀ ਉਹ ਮਿਲੇਗੀ। ਤੇ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਵੀ ਅੱਜ ਆਦੇਸ਼ ਆਏ ਨੇ ਕਿ ਜਿਹੜਾ ਰੁਮਾਲਾ ਚੜਾਉਂਦੇ ਆ ਲੋਕੀ, ਉਹਦੇ ਤੇ ਗੁਰਬਾਣੀ ਦੀਆਂ ਤੁਕਾਂ ਤੇ ਖੰਡੇ ਦੇ ਨਿਸ਼ਾਨ ਬਣੇ ਹੁੰਦੇ ਨੇ, ਤੇ ਇਸ ਕਰਕੇ ਬੇਅਦਬੀ ਹੁੰਦੀ ਹੈ ਹਰਿਮੰਦਰ ਸਾਹਿਬ ਦੇ ਵਿਚ ਜਦੋਂ ਰੁਮਾਲਾ ਸਾਹਿਬ ਚੜਾਇਆ ਜਾਂਦਾ ਹੈ। ਤੇ ਇਹ ਸ਼੍ਰੋਮਣੀ ਕਮੇਟੀ ਨੇ ਉਸ ਤੇ ਵੀ ਪਾਬੰਦੀ ਲਾਈ ਹੈ ਕਿ ਇਤਿਹਾਸਕ ਚਿੰਨਾਂ ਵਾਲੇ ਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਰੁਮਾਲੇ ਨੇ ਜਿਹੜੇ, ਉਹਦੀ ਵਰਤੋਂ ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਨੇ।
ਵੈਸੇ ਹੁਣ ਇਹ ਵੀ ਦੋ ਦੋ ਤਿੰਨ ਤਿੰਨ ਚੜਾਉਣ ਲੱਗ ਪਏ, ਲੜਕੀ ਅੱਡ ਲੈ ਕੇ ਆਉਂਦੀ ਹੈ, ਲੜਕਾ ਅੱਡ ਲੈ ਕੇ ਆਉਂਦਾ, ਅੱਗੇ ਸਾਂਝਾ ਹੁੰਦਾ ਸੀ, ਤੇ ਇਹ ਦੋ ਤਿੰਨ ਇਸ਼ੂਜ਼ ਨੇ ਦਿਓ ਫਿਰ ਇਹਦੇ ਉੱਤੇ ਜਾਂਦੇ ਜਾਂਦੇ ਇਨਪੁੱਟ ਕਿ ਸੰਗਤ ਸਿੰਘ ਗਿਲਜੀਆਂ ਨੂੰ ਵੀ ਰਾਹਤ ਮਿਲ ਗਈ ਅਦਾਲਤ ਚੋਂ ਥੋੜੇ ਦਿਨਾਂ ਤੱਕ, 26 ਜੁਲਾਈ ਤੱਕ ਗ੍ਰਿਫ਼ਤਾਰੀ ਤੇ ਰੋਕ ਲੱਗੀ ਹੈ, ਤੇ ਸਰਕਾਰ ਨੂੰ ਸਟੇਟਸ ਰਿਪੋਰਟ ਦੇਣ ਦੀ ਗੱਲ ਆਖੀ ਹੈ। ਵੈਸੇ ਮੇਰੇ ਖਿਲਾਫ਼ ਗਿਲਜੀਆਂ ਤਾਂ ਪੰਜਾਬ ਚ ਨਹੀਂ ਹੈ ਇਸ ਵਕਤ, ਤੇ ਇਸ ਮੁਤਾਲਕ ਉਸ ਤੇ ਵੀ ਦਿਓ ਅਪਡੇਟ, ਸੰਗਤ ਸਿੰਘ ਗਿਲਜੀਆਂ ਨੂੰ ਜਿਹੜੀ ਰਾਹਤ ਮਿਲੀ ਹੈ, ਤੇ ਸਿੱਧੂ ਮੂਸੇਵਾਲਾ ਕੇਸ ਤੇ ਉਸ ਤੇ ਜਿਹੜਾ ਉਹ ਵੀਡੀਓ ਘੁੰਮਣਾ ਉਹਨਾਂ ਨੌਜਵਾਨਾਂ ਦੀ, ਇਹਦੇ ਚ ਪੰਜਾਬ ਪੁਲਿਸ ਦੀ ਕਿਰਕਰੀ ਹੋਈ ਹੈ। ਕਰੋ ਕਰਾ ਵਾਇੰਡ ਅਪ ਲਈਏ ਫਿਰ ਆ ਗਿਆ ਜੀ ਸੁਰਿੰਦਰ। ਦੇਖੋ ਜਿੱਥੋਂ ਤੱਕ ਸੰਗਤ ਸਿੰਘ ਗਿਲਜੀਆਂ ਦਾ, ਚਲੋ ਠੀਕ ਆ ਉਹਨੂੰ ਅਜੇ ਰਿਲੀਫ ਮਿਲੀ ਆ, ਪਰ ਉਹ ਗੱਲ ਆ ਕਿ ਸਟੇਟਸ ਕੀ ਆ ਕੇਸ ਦਾ, ਉਹ ਰਿਪੋਰਟ ਦੇਣੀ ਪਵੇਗੀ ਸਟੇਟ ਨੂੰ, ਜਾਂ ਸਟੇਟ ਦੇਵੇਗੀ, ਉਹਦੇ ਬਾਅਦ ਹਾਈਕੋਰਟ ਦੇਖੇਗੀ ਕਿ ਉਹਨੂੰ ਜਮਾਨਤ ਦੇਣੀ ਹੈ ਜਾਂ ਨਹੀਂ ਦੇਣੀ। ਐਂਟੀਸਪੇਟਰੀ ਬੇਲ ਮਿਲਦੀ, ਜੇ ਐਂਟੀਸਪੇਟਰੀ ਮਿਲ ਗਈ ਤਾਂ ਫਿਰ ਕਲੀਅਰ ਆ ਕਿ ਉਹਦੀ ਅਰੈਸਟ ਜਿਹੜੀ ਉਹ ਨਹੀਂ ਹੋਏਗੀ। ਜੇ ਨਾ ਮਿਲੀ ਤਾਂ ਫਿਰ ਇਹਦੇ ਬਾਅਦ ਉਹਦੇ ਕੋਲ ਸੁਪਰੀਮ ਕੋਰਟ ਆ, ਸੁਪਰੀਮ ਕੋਰਟ ਤਾਂ ਨਾ ਮਿਲੀ ਤਾਂ ਫਿਰ ਉਹਨੂੰ ਅਲਟੀਮੇਟਲੀ ਸਰੈਂਡਰ ਕਰਨਾ ਹੀ ਪਏਗਾ, ਹੋਰ ਕੋਈ ਉਹਦੇ ਕੋਲ ਰਸਤਾ ਨਹੀਂ। ਜਿੱਥੋਂ ਤੱਕ ਸ਼ਗਨਪ੍ਰੀਤ ਦਾ ਸਵਾਲ ਆ, ਸ਼ਗਨਪ੍ਰੀਤ ਦਾ ਦੇਖੋ ਉਹਨੂੰ ਐਂਟੀਸਪੇਟਰੀ ਤਾਂ ਮਿਲੀ ਨੀ, ਹੁਣ ਉਹਦਾ ਆ ਗਿਆ ਕਿ ਤੁਸੀਂ ਇੰਡੀਆ ਆ ਜਾਓ, ਤੁਹਾਨੂੰ ਸੁਰੱਖਿਆ ਮਿਲੇਗੀ, ਸੁਰੱਖਿਆ ਮਿਲੇਗੀ, ਪੁਲਿਸ ਵੱਲੋਂ ਗਾਰਡ ਲਾਈ ਜਾਊਗੀ ਜਾਂ ਪੁਲਿਸ ਵੱਲੋਂ ਅਰੈਸਟ ਕੀਤਾ ਜਾਊ, ਸਵਾਲ ਤੇ ਆ, ਦੋਨੋਂ ਬੰਨੇ ਸੁਰੱਖਿਆ ਵਾ। ਜੇ ਪੁਲਿਸ ਅਰੈਸਟ ਕਰ ਲੂਗੀ ਤਾਂ ਵੀ ਪੁਲਿਸ ਨਾਲ ਆ, ਤੇ ਜੇ ਸੁਰੱਖਿਆ ਦੇ ਦੂਗੀ ਤਾਂ ਵੀ ਪੁਲਿਸ ਨਾਲ ਆ, ਦੋਨੋਂ ਬੰਨੇ ਹੀ ਆ, ਯਾਨੀ ਕਿ ਇੱਕ ਬੰਨਿਓ ਅੰਗ ਰੱਖਿਅਕ ਆ ਤੇ ਦੂਜੇ ਬੰਨਿਓ ਕਸਟਡੀ ਆ, ਦੋਨਾਂ ਚ ਕੁਛ ਵੀ ਹੋ ਸਕਦਾ ਜਦੋਂ ਆਵੇਗਾ। ਰਹਿ ਗਈ ਮੂਸੇਵਾਲੇ ਦੇ ਪਰਿਵਾਰ ਦੀ, ਦੇਖੋ ਪਰਿਵਾਰ ਵੀ ਲੰਬੇ ਸਮੇਂ ਤੋਂ ਸਦਮੇ ਚ ਚੱਲਿਆ ਆ ਰਿਹਾ, ਹੁਣ ਉਹਨਾਂ ਨੇ ਕਹਿ ਦਿੱਤਾ ਕਿ ਕੋਈ ਵੀ ਘਰ ਨਾ ਆਵੇ, ਅਸੀਂ ਘਰ ਤੋਂ ਬਾਹਰ ਜਾ ਰਹੇ, ਹੋ ਸਕਦਾ ਵਿਦੇਸ਼ ਵਗੈਰਾ ਚੱਲੇ ਹੋਣ, ਕਿਉਂਕਿ ਇੱਥੇ ਰੋਜ਼ ਮਰਾ ਦੀ ਜ਼ਿੰਦਗੀ ਚ ਕੀ ਹੈ, ਜਿਹੜਾ ਆਉਂਦਾ ਬੜਾ ਮਾੜਾ ਹੋਇਆ ਜੀ, ਆ ਹੋ ਸਕਦਾ ਸੀ, ਇੱਦਾਂ ਬਚ ਸਕਦਾ ਸੀ, ਇੱਦਾਂ ਨਹੀਂ ਸੀ ਬਚ ਸਕਦਾ, ਫਲਾਨੀ ਸਰਕਾਰ ਦਾ ਕਸੂਰ ਆ, ਫਲਾਨੀ ਦਾ ਕਸੂਰ ਆ, ਮਤਲਬ ਯਾਨੀ ਕਿ ਗੱਲ ਇਹ ਹੁੰਦੀ ਆ। ਆਪਾਂ ਆਮ ਕਰਕੇ ਦੇਖਦੇ ਜਦੋਂ ਕੋਈ ਮੌਤ ਹੁੰਦੀ ਹੈ ਨਾ, ਤੇ ਲੋਕ ਕਹਿੰਦੇ ਆ ਸਹਿਜ ਪਾਠ ਆਰੰਭ ਕਰਾ ਦੋ ਤਾਂ ਕਿ ਪਰਿਵਾਰ ਬਹਿ ਕੇ ਸੁਣੇਗਾ, ਤੇ 9 ਦਿਨ ਸਹਿਜ ਪਾਠ ਚੱਲੂਗਾ, ਆਰਾਮ ਦੇ ਨਾਲ ਸਹਿਜ ਪਾਠ ਚੱਲਦਾ ਹੋਊਗਾ, ਸਾਰੇ ਪਰਿਵਾਰ ਦਾ ਧਿਆਨ ਉਸ ਬੰਨੇ ਲੱਗ ਜੂਗਾ, ਤੇ ਇੱਧਰ ਨੂੰ ਨਹੀਂ ਆਏਗਾ। ਜਦੋਂ ਨਹੀਂ ਹੈ ਫਿਰ ਜਿਹੜਾ ਮਰਜ਼ੀ ਆ ਗਿਆ ਉਹਨੇ ਕਹਾਣੀ ਫਿਰ ਉੱਥੋਂ ਹੀ ਸ਼ੁਰੂ ਕਰ ਲੈਣੀ ਆ, ਕਿੱਦਾਂ ਹੋਇਆ, ਕੀ ਹੋਇਆ, ਕਿੱਦਾਂ ਤੁਸੀਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕੀ ਹੋਇਆ, ਜਦੋਂ ਗੋਲੀਆਂ ਲੱਗੀਆਂ ਤੁਸੀਂ ਚੱਕੇ ਨਹੀਂ ਲਗਾਏ, ਤੁਸੀਂ ਨੇੜੇ ਨਹੀਂ ਸੀ, ਤੁਹਾਨੂੰ ਨਾਲ ਰਹਿਣਾ ਚਾਹੀਦਾ ਸੀ, ਮਤਲਬ ਉਹ ਗੱਲਾਂ ਤਾਂ ਉਹੀ ਨੇ। ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ ਪੋਜ਼ਿਟਿਵਿਟੀ ਵਾਲੇ ਪਾਸੇ, ਕੋਈ ਹੋਪ, ਕੋਈ ਪੋਜ਼ਿਟਿਵਿਟੀ, ਕੋਈ ਬੱਚਾ ਅਡੋਪਟ ਕਰਨਾ ਜਾਂ ਕਨਸੀਵ ਕਰਨਾ, ਕੋਈ ਐਡੀ ਗੱਲ ਨਹੀਂ ਹੈਗੀ। ਅੱਜ ਕੱਲ ਬੜੀਆਂ IV ਟੈਕਨੀਕਸ ਹੈਗੀਆਂ ਨੇ, ਉਸ ਪਾਸੇ ਗੱਲ ਚੱਲਣੀ ਚਾਹੀਦੀ ਹੈ, ਪਰਿਵਾਰ ਨੂੰ ਥੋੜੀ ਰਾਹਤ ਮਿਲੇ, ਸਕੂਨ ਮਿਲੇ, ਹੈਨਾ। ਸੋ ਪਰ ਉਹ ਪੋਜ਼ਿਟਿਵਿਟੀ ਨਹੀਂ ਅਸੀਂ ਵੇਖਦੇ, ਹੈਨਾ। ਤੇ ਗੱਲ ਇਹੀ ਹੈ ਕਿ ਉਹਦੇ ਜ਼ਖਮ ਮੁੜ ਮੁੜ ਉਚੇੜੇ ਜਾਣੇ, ਜੇ ਕੋਈ ਹੱਸਦਾ ਵੀ ਹੈ ਇਹਨੂੰ ਹੱਸਣ ਨਹੀਂ ਦਿੰਦੇ। ਤੁਸੀਂ ਵੇਖੋ ਨਾਲ ਜਿਹੜੇ ਦੋ ਮੁੰਡੇ ਨੇ ਉਹਨਾਂ ਚ ਹੁਣ ਇੱਕ ਦੀ ਹੱਸਦੇ ਦੀ ਕਿਤੇ ਫੋਟੋ ਆ ਗਈ, ਤੇ ਮੀਡੀਏ ਨੇ ਕਿਹਾ ਧੋਖੀ ਕੱਢ ਦਿੱਤੀ, ਪਰ ਉਹਨਾਂ ਨੂੰ ਖੁਦ ਪੁੱਛੇ ਕਿ ਜਦੋਂ ਕੋਈ ਤੁਹਾਡਾ ਆਪਣਾ ਮਰਿਆ ਸੀ ਤੁਸੀਂ ਹੱਸਣਾ ਬੰਦ ਕਰ ਦਿੱਤਾ, ਉਦੋਂ ਬਾਅਦ ਰੰਗਦਾਰ ਕੱਪੜੇ ਪਾਉਣੇ ਬੰਦ ਕਰ ਦਿੱਤੇ। ਇਹ ਔਕਾਤ ਹੈ ਮੀਡੀਏ ਦੀ ਲੋਕਾਂ ਦੀ ਕਿ ਜੇ ਕੋਈ ਵਿਧਵਾ ਹੋ ਜਾਂਦੀ ਹੈ, ਕਿਸੇ ਦਾ ਪੁੱਤ ਮਰਿਆ ਜਾਂਦਾ, ਉਹਦੇ ਹੱਸਣ ਤੇ ਵੀ ਪਾਬੰਦੀ, ਉਹਦੇ ਖਾਣ ਤੇ ਵੀ ਪਾਬੰਦੀ, ਕਿ ਉਹ ਬਸ ਰੋਂਦਾ ਹੀ ਚੰਗਾ ਲੱਗੇ ਸਾਨੂੰ ਜੀ। ਸੁਰਿੰਦਰ, ਰਹਿ ਗਈ ਗੱਲ ਹੁਣ ਇਸ ਤੋਂ ਅਗਲੀ SGPC ਵਾਲੀ ਹੈ। ਕਹਾਂ ਕਿ ਜੱਟਾਂ ਨੇ ਸ਼ਹਿਰੀ ਸਿੱਖਾਂ ਦੇ ਬਿਜ਼ਨਸ ਤੇ ਥੋੜਾ ਜਿਹੀ ਰੋਕ ਲਾਈ ਆ, ਠੀਕ ਹੈ ਨਾ, ਕਿਉਂਕਿ ਇਹ ਸ਼ੁਰੂ ਤੇ ਸ਼ਹਿਰੀ ਸਿੱਖਾਂ ਨੇ ਕੀਤਾ। ਕਹਿੰਦੇ ਜੀ ਹੁਣ ਨਾ ਗਰਮੀ ਆ ਗਈ ਆ, ਬਾਬਾ ਜੀ ਨੂੰ AC ਲਾ ਦਿਓ, ਹੁਣ ਸਰਦੀ ਆ ਗਈ ਆ, ਬਾਬਾ ਜੀ ਨੂੰ ਗਰਮ ਕੰਬਲ ਤੇ ਗਰਮ ਰਵਾਲੇ ਦੇ ਦਿਓ। ਮੇਰੀ ਬੜੀ ਗੁਰਦੁਆਰੇ ਵੀ ਝਗੜਾ ਹੁੰਦਾ ਹੁੰਦਾ, ਬੀਬੀਆਂ ਕਹਿਣਾ ਵੀਰ ਜੀ ਉਹ ਤੁਹਾਨੂੰ ਦੇਖਦਾ ਨੀ, ਸਰਦੀ ਆ ਗਈ, ਬਾਬਾ ਜੀ ਨੂੰ ਠੰਡ ਲੱਗਣ ਡਈ ਆ, ਕੰਬਲ ਵੱਡੇ ਕੱਢੋ ਵੀਰ ਜੀ, ਵੀਰ ਜੀ। ਹਾਂ ਤੇ ਉਹ ਮੈਨੂੰ ਹਾਸਾ ਆਉਣਾ, ਓਏ ਸਾਰੀ ਦੁਨੀਆ ਨੂੰ ਪੜਦਾ ਢਕਣ ਵਾਲੇ ਨੂੰ ਖੁਦ ਨੂੰ ਠੰਡ ਲੱਗ ਗਈ, ਹੈਂ, ਸਾਰੀ ਦੁਨੀਆਂ ਨੂੰ ਠੰਡ ਵਰਤਾਉਣ ਵਾਲੇ ਨੂੰ ਗਰਮੀ ਲੱਗ ਗਈ, ਹੱਦ ਹੋ ਗਈ ਯਾਰ। ਉਹ ਸ਼ਬਦ ਗੁਰੂ ਆ, ਸ਼ਬਦ ਗੁਰੀ ਨੂੰ ਦੇਹਧਾਰੀ ਗੁਰੂ ਬਣਾਈ ਬੈਠੇ ਹੋ। ਹੋਰ ਰਹਿ ਗਈ ਗੱਲ ਰੁਮਾਲਿਆਂ ਦੀ, ਤੇ ਸਿਰ ਤੇ ਲੈਣ ਵਾਲਾ ਰੁਮਾਲਾ, ਕਹਿਣਗੇ ਮੂਰਤੀਆਂ ਪੂਜਦੇ ਆ ਜੀ। ਹਾਂ
ਹੁਣ ਓਹਦੇ ਚ ਕੀ ਆ, ਇਹਦੇ ਚ ਕੋਈ ਦੋ ਰਿਹਾ ਨੀ। ਚੰਗੀ ਗੱਲ ਆ, ਮੈਂ ਕਹਿੰਦਾ ਅਕਲ ਦਾ ਖਾਨਾ ਦੇਰ ਬਾਅਦ ਖੁੱਲਿਆ, ਪਰ ਖੁੱਲਿਆ ਤਾਂ ਸਹੀ। ਇੱਕ ਨਾ ਆਪਾਂ ਆਮ ਕਰਕੇ ਕਹਿ ਦਿੰਦੇ ਆ, ਕਹਿੰਦੇ ਬੰਦੇ ਦੇ ਨਾ 27-28 ਸਾਲਾਂ ਚ ਅਕਲ ਜਾੜ ਆ ਗਈ। ਮੈਂ ਕਿਹਾ ਉਹ ਅਕਲ 28 ਚ ਵੀ ਨੀ ਆਉਂਦੀ, ਉਹ ਜਦੋਂ 50-55 ਚ ਉਹ ਅਕਲ ਜਾੜ ਵੀ ਟੁੱਟ ਜਾਂਦੀ ਆ ਨਾ, ਉਦੋਂ ਅਕਲ ਆਉਂਦੀ ਆ, ਉਸ ਤੋਂ ਪਹਿਲਾਂ ਨੀ ਆਉਂਦੀ। ਚੰਗੀ ਗੱਲ ਆ, ਹੁਣ ਆ ਗਈ ਆ ਅਕਲ ਜਾੜ, ਜਾਣ ਤੋਂ ਬਾਅਦ ਹੀ ਜੇ ਅਕਲ ਆ ਗਈ ਆ ਤੇ ਚੰਗੀ ਗੱਲ ਆ। ਸੁਧਾਰ ਕਰਨਾ ਬਣਦਾ, ਠੀਕ ਹੈ। ਰੁਮਾਲੇ ਆ, ਰੁਮਾਲਿਆਂ ਦਾ ਕੀ ਆ, ਤੁਸੀਂ ਉੱਥੇ ਗੁਰਬਾਣੀ ਵੀ ਲਿਖੀ, ਸਾਰਾ ਕੁਛ ਆ। ਉਹ ਰੁਮਾਲੇ ਜਦੋਂ ਰਿਜੈਕਟ ਕਰਦੇ, ਫਿਰ ਕਹਿੰਦੇ ਇਹਨੂੰ ਲੰਗਰ ਚ ਵਰਤ ਲੋ। ਤੇ ਲੰਗਰ ਚ ਕੀ ਆ, ਉਸੇ ਨਾਲ ਪਤੀਲਾ ਵੀ ਸਾਫ ਹੋ ਜਾਂਦਾ, ਤੇ ਉਸੇ ਚ ਪ੍ਰਸ਼ਾਦੇ ਵੀ ਰੱਖੇ ਜਾਂਦੇ ਆ। ਜਦੋਂ ਪ੍ਰਸ਼ਾਦਿਆਂ ਤੋਂ ਦੇਖਦੇ ਆ, ਹੁਣ ਬਹੁਤੇ ਜ਼ਿਆਦਾ ਪ੍ਰਸ਼ਾਦੇ ਰੱਖਣ ਦੇ ਲੈ ਪੈਂਦੇ ਨੇ। ਹੁਣ ਕਹਿੰਦੇ ਆ ਪਤੀਲਾ ਜਿਹਾ, ਤੁਸਕ ਜਿਹਾ, ਆਹ ਲੋਹਾਂ ਸਾਫ ਕਰਨੀਆਂ, ਉਰੇ ਫੜਾ ਹੀ ਆ ਰੁਮਾਲਾ ਜਿਹੜਾ ਰਿਜੈਕਟ ਹੋਇਆ ਹੋਇਆ, ਉਹਦੇ ਤੇ ਫੇਰ ਦਿੰਦੇ ਆ। ਜਾਨੀ ਕਿ ਅਸੀਂ ਚੱਲੇ ਤੇ ਕਿੱਥੇ ਚੱਲੇ ਆ। ਜੇ ਇਸ ਬੰਦੇ ਨੂੰ ਛੇੜ ਲਓ, ਇੱਕੋ ਕਹਿੰਦਾ ਮੇਰੀ ਸੁੱਖਣਾ ਮੈਂ ਰੁਮਾਲਾ ਸਾਹਿਬ ਚੜਾਉਣਾ, ਮੈਂ ਬਾਬੇ ਦੇ ਸੁੱਖਿਆ ਹੋਇਆ। ਵੀ ਤੂੰ ਬਾਬੇ ਨੂੰ ਪਹਿਲਾਂ ਪੁੱਛਿਆ ਸੀ ਵੀ ਮੈਂ ਤੇਰੇ ਰੁਮਾਲਾ ਚੜਾਉਣਾ ਵਾ, ਤੂੰ ਆਪੇ ਸੁੱਖ ਲਿਆ ਨਾ। ਬਾਬੇ ਨੂੰ ਤਾਂ ਪੁੱਛਿਆ ਨੀ ਸੀ ਤੂੰ, ਬਾਬੇ ਨੇ ਤੈਨੂੰ ਥੋੜੀ ਕਿਹਾ ਸੀ ਰੁਮਾਲਾ ਚੜਾ ਕੇ ਜਾ। ਮੈਨੂੰ ਉਹ ਯਾਦ ਆ ਦੇਣਾ, ਇੱਕ ਵਾਰੀ ਆਲੂਆਂ ਦੀ ਬੋਰੀ 10 ਰੁਪਏ ਦੀ ਹੋ ਗਈ, 50 ਕਿਲੋ ਆਲੂ 10 ਰੁਪਏ ਦੇ। ਇੱਕ ਬੰਦਾ ਭੱਜਿਆ ਸਾਰੀ ਸਿੱਖ, ਅਸੀਂ 4-5 ਬੋਰੀਆਂ ਚੱਕ ਲਿਆਏ। ਗੁਰੂ ਅਰਜਨ ਪਾਤਸ਼ਾਹ ਦਾ ਪੁਰਬ ਸੀਗਾ, ਕਹਿੰਦੇ ਵੀ ਏਦਾਂ ਕਰੋ ਵੀ ਇੱਕ ਪ੍ਰਸ਼ਾਦ ਬਣਾ ਲਓ, ਇੱਕ ਆਲੂ ਦੀ ਸਬਜ਼ੀ ਤੇ ਪੂਰੀਆਂ। ਅਸੀਂ ਕਿਹਾ ਠੀਕ ਆ ਜੀ, 4 ਬੋਰੀਆਂ ਚੱਕ ਲਿਆਏ। ਭੱਜ ਆਇਆ, ਕਹਿੰਦਾ ਜੀ ਮੈਂ ਆਲੂ ਸੁੱਕੇ ਹੋਏ ਸੀਗੇ, ਮੈਂ ਇੱਕ ਬੋਰੀ ਚੜਾਉਣੀ ਆ, ਫਟਾਫਟ ਲਾ ਗਿਆ। ਮੈਂ 10 ਰੁਪਈਆਂ ਦੀ ਸੀ, 10-10 ਹੀ ਸੁੱਕਣੇ ਸੀ, ਤੂੰ 10 ਉਦਾਂ ਦੇ ਜਾਂਦਾ। ਤੇ ਉਹ ਸਾਨੂੰ ਪਤਾ ਜੀ ਉੱਥੇ ਆਏ ਕਲੋਨੀ ਚ ਵੇਚਣ ਨੇ, 10 ਰੁਪਈਆਂ ਦੀ ਬੋਰੀ ਲੈ ਕੇ ਸੁੱਟ ਗਿਆ। ਕਹਿੰਦਾ ਹੋਰ ਕੋਈ ਸੇਵਾ ਦੱਸੋ। ਮੈਂ ਕਿਹਾ ਯਾਰ ਏਦਾਂ ਕਰ, 25 ਕਿਲੋ ਖੀਰੇ ਲੈ ਆ, ਮੈਨੂੰ ਪਤਾ ਸੀ 60 ਰੁਪਈਏ ਖੀਰਿਆਂ ਦਾ ਰੇਟ ਆ ਉਦੋਂ। ਕਹਿੰਦਾ ਜੀ ਮੈਂ ਅੱਧੇ ਘੰਟੇ ਚ ਆਇਆ, ਮੁੜ ਕੇ 3 ਦਿਨ ਵੜਿਆ ਹੀ ਨੀ ਗੁਰਦੁਆਰਾ ਸਾਹਿਬ। ਉਹਨੇ ਸੋਚਿਆ ਵੀ 10 ਰੁਪਈਆਂ ਵਾਲੀ ਬੋਰੀ ਨਾਲ ਤਾਂ ਸਰ ਗਿਆ, ਹੁਣ ਇਹਨਾਂ ਨੇ ਫਸਾ ਲਿਆ ਮੈਨੂੰ, ਮੁੜ ਕੇ ਨੀ ਆਇਆ। ਹਾਂ ਫਿਰ ਧੰਨ ਗੁਰੂ ਹੋ ਗਈ। ਸੋ ਇਸ ਕਰਕੇ ਪਤਾ ਕੀ ਆ, ਅਸੀਂ ਕਹਿੰਦੇ ਸੀਗੇ ਕਿ ਗੁਰੂ ਸਾਹਿਬ ਨੇ ਨਵਾਂ ਧਰਮ ਚਲਾ ਦਿੱਤਾ, ਪੁਰਾਣੇ ਧਰਮ ਦੀਆਂ ਕੁਰੀਤੀਆਂ ਚੋਂ ਬਾਹਰ ਕੱਢ ਦਿੱਤਾ। ਅਸੀਂ ਬੜੀ ਵਧੀਆ ਉਦਾਹਰਣ ਦਿੰਦੇ ਹੁੰਦੇ ਹਾਂ ਕਿ ਅਸੀਂ ਹਿੰਦੂ ਧਰਮ ਚੋਂ ਪੈਦਾ ਹੋਏ ਆ, ਪਰ ਦੁੱਧ ਨੂੰ ਜਦੋਂ ਜਾਗ ਲੱਗ ਗਈ ਤੇ ਕਹਿੰਦੇ ਉਹ ਦਹੀਂ ਬਣ ਗਿਆ ਤੇ ਦੁਬਾਰਾ ਦੁੱਧ ਨਹੀਂ ਬਣ ਸਕਦਾ। ਅਸੀਂ ਕਹਿੰਦੇ ਬਹੁਤ ਵਧੀਆ, ਪਰ ਅਸੀਂ ਲੈ ਕੀ ਨਾਲ ਆਏ ਆ, ਨਾਲ ਲਏ ਤਾਂ ਮਨ ਮਤ ਉਹੀ ਸਾਰੀ ਆਏ ਆ। ਕਈ ਭਾਈ ਜੀ ਨਾਲ ਮੇਰਾ ਝਗੜਾ ਹੋ ਜਾਂਦਾ, ਮੈਂ ਕਿਹਾ ਭਾਈ ਜੀ ਨਾਲ ਲਿਖਦਾ, ਕਹਿੰਦਾ ਸਮੱਗਰੀ ਚਾਹੀਦੀ, ਲਿਖੋ ਜੀ ਕੀ ਕੀ ਆ। ਭਾਈ ਜੀ ਉਹਦੇ ਚ ਬਦਾਮ ਦੀਆਂ ਗਿਰੀਆਂ, ਕਾਜੂ ਤੇ ਲੈਚੀਆਂ ਛੋਟੀਆਂ ਤੇ ਭਾਈ ਜੀ ਖਾਸ ਖਾਸ ਤੇ ਮਾਗ ਜੀ, ਇਹ ਸਾਰਾ ਕੁਛ ਲਿਖ ਦਿੰਦਾ। ਦੇਖਦਾ ਸਮਾਨ ਵੀ ਲਿਖਦੇ ਆ, ਖੁਸ਼ਬੂ ਨਹੀਂ, ਸੈਂਟ ਵੀ, ਸੈਂਟ ਤੋਂ ਅੱਗੇ ਚੱਲਦਾ ਨਾ, ਦੇਖੋ ਜੀ ਅੱਗੇ ਕੀ ਲਿਖਦਾ। ਰੁਮਾਲਾ ਸਾਹਿਬ ਠੀਕ ਆ ਜੀ, ਆ ਗਿਆ। ਫਿਰ ਭਾਈ ਜੀ ਕਹਿੰਦਾ ਜੀ ਏਦਾਂ ਕਰਿਓ, ਇੱਕ ਘੜਾ, ਇੱਕ ਨਾਰੀਅਲ, ਇੱਕ ਮੌਲੀ, ਇਹ ਸਾਰਾ ਕੁਛ ਲੈ ਆਇਓ। ਭਾਈ ਜੀ ਇਹ ਕਾਹਦੇ ਲਈ ਆ? ਕਹਿੰਦਾ ਜੀ ਸਾਰੇ ਰੱਖਦੇ ਆ। ਮੈਂ ਕਿਹਾ ਸਾਰਿਆਂ ਨੂੰ ਛੱਡ, ਤੂੰ ਦੱਸ ਵੀ ਇਹ ਹੈਗੀ ਆ ਮਰਿਆਦਾ ਚ? ਕਹਿੰਦਾ ਜੀ ਉਹ ਤਾਂ ਹੈ ਨੀ, ਪਰ ਸਾਨੂੰ ਲੋਕ ਲੱਜ ਵਜੋਂ ਕਰਨੀ ਪੈਂਦੀ, ਲੋਕ ਲੱਜ ਵਜੋਂ। ਮੈਂ ਕਿਹਾ ਤੈਨੂੰ ਕਿਸੇ ਨੇ ਗੋਡੇ ਥੱਲੇ ਰੱਖਿਆ ਹੋਇਆ, ਲੋਕ ਲੱਜ ਕਾਹਦੀ? ਕਹਿੰਦਾ ਜੀ ਲੋਕ ਕਹਿੰਦੇ ਨੇ। ਮੈਂ ਕਿਹਾ ਪਹਿਲਾਂ ਘਰ ਵਾਲਿਆਂ ਨੂੰ ਪੁੱਛ, ਉਹਨਾਂ ਨੂੰ ਪੁੱਛ ਵੀ ਆ ਤੁਸੀਂ ਚਾਹੁੰਦੇ ਹੋ। ਕਹਿੰਦਾ ਜੇ ਅਸੀਂ ਕਿਸੇ ਦੇ ਨਹੀਂ ਰੱਖਾਂਗੇ ਅਗਲਿਆਂ ਨੇ ਕੱਲ ਨੂੰ ਸਾਨੂੰ ਖੰਡ ਪਾਠ ਸਾਹਿਬ ਤੇ ਸੱਦਣਾ ਨੀ, ਸਾਡਾ ਰੁਜ਼ਗਾਰ ਬੰਦ ਹੋ ਜਾਊਗਾ। ਯਾਨੀ ਕਿ ਅਸੀਂ ਰੁਜ਼ਗਾਰ ਤੱਕ ਸੀਮਤ ਹੋ ਗਏ ਆ। ਚਾਹੇ ਰੁਮਾਲੇ ਸਿੰਪਲ ਹੋਣ, ਚਾਹੇ ਰੁਮਾਲੇ ਗਰਮ ਹੋਣ, ਹੁਣ ਤਾਂ ਰੁਮਾਲੇ ਗਰਮ ਦੇ ਉੱਤੇ ਗਰਮ ਕੰਬਲ ਵੀ ਆ, ਤੇ ਅਸੀਂ ਗਾਂ ਦੀ ਗਾਂ ਫਿਰ ਚੰਦੋਵਾ ਸਾਹਿਬ ਕਰ ਸੀ ਕਹਿੰਦੇ ਸਭ ਤੋਂ ਕੀ ਕਹਿੰਦੇ ਮਹਿੰਗਾ ਲਿਆਉਣਾ। ਤੇ ਮੁੜ ਕੇ ਭਾਵੇਂ ਚੰਦੋਵਾ ਸਾਹਿਬ ਟੰਗਣ ਦੇ ਲਈ ਜਿਹੜੀਆਂ ਸਾਡੀਆਂ ਹੁੱਕਾਂ ਲਾਈਆਂ ਹੋਣ, ਹੁੱਕਾਂ ਪੱਟ ਕੇ ਥੱਲੇ ਡਿੱਗੀਆਂ ਹੋਣ, ਇਹ ਕੁਛ ਵੀ ਵਾਪਰਿਆ। ਚੰਦੋਵਾ ਜਿਹੜੀ ਆ ਨਾ ਵੀ ਆਸਥਾ ਉਹੀ ਹੋ ਗਈ ਹੈ ਨਾ, ਅਸੀਂ ਉਹ ਹਰ ਚੀਜ਼ ਨੂੰ ਮਤਲਬ ਇੱਕ ਪਾਸੇ ਅਸੀਂ ਸਾਹਿਬ ਦਾ ਰੁਤਬਾ ਦਿੰਦੇ ਹਾਂ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਤੇ ਦੂਸਰੇ ਪਾਸੇ ਹੁਣ ਅਸੀਂ ਰੁਮਾਲਾ ਸਾਹਿਬ, ਚੰਦੋਆ ਸਾਹਿਬ, ਪੀੜਾ ਸਾਹਿਬ, ਪਾਲਕੀ ਸਾਹਿਬ,
घंटी रह गई, फिर घंटी नाल भी घंटी साहब लगेगा, ये भी फिर लंगर साहब है ना। तुसी वेखो कि अरदास दे विच किन्ने गुरु साहबान ने, अर्जन खारो गोबिंद नू सिमरो श्री हर राय है ना, किन्ने गुरु साहबान दे नाल संबोधनी अलंकार लफज जां गुरु लगता नहीं है गा, है ना। पर गल ये है ना कि तुसी उही है कि चंडीगढ़ साहिब की टिकट दे दो, है ना। हुण जिहड़े मुकद्दस शहर ने श्री मुक्तसर साहब है, श्री गंगानगर है वह हिंदुओं ने बनाया, श्री अमृतसर साहब है, और एक प्रोसैस है कि उस प्रोसैस के अधीन उन्हूं ये जड़ा हैगा मतलब नोटिफिकेशन आती है, फिर उसका ना रखा जाता है। पर असी हुण शरदा च हुण मेरे वर्गा उत्थे कितें रुमाला कह दे, पहला तो शहरी सिख ने रुमाला ही नहीं देना, ये नास्ते कितों आ गया, इहनूं रुमाले की की लोड़, जे कि उत्थे गुरुद्वारे जाके रुमाला कह दे तां टंबे पैणगे, है ना। सो उही है ना, पहला गुरु ग्रंथ साहब दे कहिंदे सी कि गुरु ग्रंथ साहब सड़ गए जी, हुण कहिंदे नहीं नहीं सड़ गए नहीं, कहना अगन भेट कहना। हर वरे 400-500 गुरु साहब दे सरूप अग लगन नाल अगन भेट हुंदे ने, असी उत्थे इक होटर नहीं ला सकते, है ना, स्मोक डिटेक्टर नहीं ला सकते। सो कर अच्छी गल है ये जिहड़ा स्टैप चुकिया, क्योंकि किन्ने क रुमाले जां जिहड़े ने ओह बदले जांदे आ चंदोए, ते ओह दो दो ढाई ढाई तीन तीन लख रुपए दे ने, ते ओह मतलब तुसी जे ओह रुमाला भेंट करना ओहदी जगह तुसी ओह पैसे भेंट कर दो गुरु घर नूं, ओह पैसे किसे काम आ जाणगे, जां होर ओह चीज जिहड़ी उत्थे नहीं है गुरु घर दे विच गुरुद्वारा साहिब दे विच, ओह पेंट कर दिओ, उत्थे माली पॉइंट कर दिओ कि मैं भाई आ रुमाला मेरा 5000 दा, मैं एक महीने वास्ते इत्थे पक्का माली लाउणा, जां दो महीने वास्ते जिहड़ा इत्थे फुल लावे, बूटे लावे, बूटियां नूं पाणी देवे, साफ सफाई करे, चौकीदारा करे, तां जो कोई गुरु ग्रंथ साहिब दा अपमान ना कर जे, बेअदबी ना कर जे, ओह काम कर लो, है ना। पिंड दे विच हर महीने किन्ने संग्रांद ते रुमाले चढ़दे आ, आउटपुट की है उहनां दी, ਉਹ ਬਾਈ ਜੀ ਸ਼ਰਟ ਲਈ 30 ਸਾਲ ਨਹੀਂ ਫੜਦੀ ਆ, ਮੇਰੇ ਵਿਆਹ ਵੇਲੇ ਦੀਆਂ ਸ਼ਰਟਾਂ ਮੈਂ ਹੁਣ ਵੀ ਪਾਈ ਜਾਂਦਾ, 27 ਸਾਲ ਹੋ ਗਏ ਨੇ। ਤੇ ਉਹ ਰੁਮਾਲੇ ਜਾਂ ਚੰਦੋਏ ਜਿਹੜੇ ਲੱਗੇ ਹੋਏ ਨੇ ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਆ, ਪਰ ਕਰੋੜਾਂ ਅਰਬਾਂ ਦਾ ਬਿਜ਼ਨਸ ਹੈ। ਤੁਸੀਂ ਜਾ ਕੇ ਵੇਖੋ ਇੱਥੇ, ਭਾਵੇਂ ਪਟਿਆਲੇ ਚਲੇ ਜਾਓ, ਅੰਮ੍ਰਿਤਸਰ ਚਲੇ ਜਾਓ, ਫਿਰ ਉਹ ਗੱਠਾਂ ਬੰਨ ਬੰਨ ਕੇ ਸੁੱਟੀ ਜਾਂਦੇ ਨੇ, ਉੱਥੇ ਜਦੋਂ ਬੇਹਰਮਤੀ ਹੁੰਦੀ ਹੈ ਤੇ ਫਿਰ ਉਹਨਾਂ ਦਾ ਆਖੇ ਸਸਕਾਰ ਕਰ ਦਿਓ ਜੀ ਇਹਨਾਂ ਰੁਮਾਲਿਆਂ ਦਾ, ਵੇਸਟੇਜ ਆਫ ਟਾਈਮ ਮਨੀ ਜੀ ਸੁਰਿੰਦਰ। ਅੱਛਾ ਸਟੈਪ ਹੈ ਜੋ ਚੁੱਕਿਆ ਗਿਆ, ਉਹਦੇ ਲਈ ਹੋਰ ਬੜੀਆਂ ਚੀਜ਼ਾਂ ਨੇ। ਤੁਸੀਂ ਸੋਲਰ ਲਾਈਟਾਂ ਲਵਾ ਦਿਓ, ਰਿਸ਼ਪਾਲ ਸਿੰਘ ਢਿੰਡਸਾ ਹੋਰਾਂ ਨੇ ਲਵਾਈਆਂ ਨੇ ਦਰਬਾਰ ਸਾਹਿਬ 'ਚ, ਉੱਥੇ ਬੂਟੇ ਲਾ ਦਿਓ, ਉਹ ਚੀਜ਼ਾਂ ਬਿਹਤਰ ਨੇ, ਉਸ 'ਤੇ ਪੈਸਾ ਲਾ ਦਿਓ, ਉਹ ਵੀ ਤਾਂ ਤੁਹਾਡਾ ਗੁਰੂ ਘਰ ਹੀ ਲੱਗਣਾ, ਜ਼ਰੂਰੀ ਥੋੜ੍ਹਾ ਕਿ ਰੁਮਾਲਿਆਂ ਵਾਲਾ ਹੀ ਲੱਗਣਾ। ਅੱਗੇ ਸਿਰਫ ਲੜਕੇ ਵਾਲੇ ਲੈ ਕੇ ਆਉਂਦੇ ਹੁੰਦੇ ਸੀ ਰੁਮਾਲਾ, ਹੁਣ ਲੜਕੀ ਵੀ ਲੈ ਕੇ ਆਉਂਦੀ ਹੈ ਰੁਮਾਲਾ ਅਤੇ ਲੜਕਾ ਵੀ ਲੈ ਕੇ ਆਉਂਦਾ ਰੁਮਾਲਾ। ਭਗਵੰਤ ਅਤੇ ਉਹਦੀ ਵਾਈਫ ਆਡਰ ਲੈ ਕੇ ਆਏ ਨੇ ਮੇਰਾ ਖਿਆਲ ਆ, ਕਿ ਉਹਦੇ ਨਾਲ ਤੁਸੀਂ ਜ਼ਿਆਦਾ ਗੁਰੂ ਦੇ ਸਤਿਕਾਰ ਪਾਲੋਗੇ। ਬਸ ਇੱਕ ਸ਼ੋਅ ਆਫ ਹੈ, ਡਰਾਮਾ ਚੱਲ ਪਿਆ ਜੀ ਸੁਰਿੰਦਰ। ਅਸੀਂ ਡਰਾਮੇ ਡਰਾਮੇ ਚ ਜ਼ਿੰਦਗੀ ਕੱਢ ਲੈਂਦੇ ਹਾਂ, ਸਾਡੀ ਸਮੱਸਿਆ ਵੀ ਇਹੀ ਹੈ ਨਾ ਸਭ ਤੋਂ ਵੱਡੀ, ਕਿ ਅਸੀਂ ਡਰਾਮੇ ਡਰਾਮੇ ਚ ਜ਼ਿੰਦਗੀ ਬਤੀਤ ਕਰ ਲਈ ਆ, ਅਸੀਂ ਡਰਾਮਿਆਂ ਚੋਂ ਬਾਹਰ ਨਿਕਲ ਹੀ ਨਹੀਂ ਸਕੇ। ਜਿੱਦਣ ਡਰਾਮਿਆਂ ਚੋਂ ਬਾਹਰ ਨਿਕਲ ਜਾਂਗੇ ਪਤਾ ਉਦਣ ਲੱਗੂਗਾ ਜ਼ਿੰਦਗੀ ਕੀ ਆ। ਅਜੇ ਤਾਂ ਅਸੀਂ ਇਸੇ ਚ ਬੈਠੇ ਆ ਵੀ ਠੀਕ ਆ ਡਰਾਮਾ ਚੱਲੀ ਜਾਂਦਾ, ਰੋਜ਼ ਨਵਾਂ ਸ਼ੁਰੂ ਹੋ ਜਾਂਦਾ, ਸ਼ਾਮ ਨੂੰ ਖਤਮ ਹੋ ਜਾਂਦਾ, ਅਗਲੇ ਦਿਨ ਉੱਠਦੇ ਫੇਰ ਨਵਾਂ ਸ਼ੁਰੂ ਕਰ ਦਿੰਦੇ ਆ। ਜੀ ਬਿਲਕੁਲ, ਚਲੋ ਆਪਾਂ ਵੀ ਅੱਜ ਦਾ ਡਰਾਮਾ ਬੰਦ ਕਰੀਏ, ਸਵੇਰੇ ਹੁੰਦੀ ਮੁਲਾਕਾਤ 6 ਵਜੇ। ਸਤਿ ਸ਼੍ਰੀ ਅਕਾਲ ਸੁਰਿੰਦਰ ਵੀਰ, ਮਿਹਰਬਾਨੀ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਇਹ ਸਨ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ, ਤੇ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਧੰਨਵਾਦ, ਤੁਸੀਂ ਕਮੈਂਟ ਕੀਤੇ ਨੇ, ਮਿਹਰਬਾਨੀ। ਤੇ ਇੱਕ ਕਮੈਂਟ ਆਇਆ ਸੀ ਭੈਣ ਸਰਬਜੀਤ ਹੋਰਾਂ ਨੇ ਕਿਤੇ ਕਹਿ ਦਿੱਤਾ ਸੀ ਕਿ ਭਾਈ ਗੁਰੂ ਘਰ ਚੋਂ ਗੋਲਕ ਹਟਾ ਦਿਓ, ਕੋਈ ਪ੍ਰਧਾਨ ਜਾਂ ਕਮੇਟੀ ਬਣਨ ਨੂੰ ਤਿਆਰ ਨਹੀਂ ਹੋਏਗਾ। ਉਹ ਮਕਸਦ ਆਪਾਂ ਕਹਿ ਦਿੰਦੇ ਹਾਂ, ਬਾਈ ਬਲਿਹਾਰ ਸਿੰਘ ਕਹਿੰਦੇ ਮੈਂ ਅੰਬਾਲਾ ਤੋਂ ਤਿਆਰ ਹਾਂ ਜੀ, ਗੁਰੂ ਘਰ ਦੀ ਸੇਵਾ ਕਰ ਲਈ ਧਿਆਨ ਨਾਲ ਬੋਲਣਾ ਚਾਹੀਦਾ, ਗੁਰਫਤਿਹ। ਨਹੀਂ ਉਹ ਇੱਕ ਗੱਲ ਇਹ ਸੀ ਬਾਈ ਬਲਿਹਾਰ ਸਿੰਘ ਜੀ, ਜਿਹੜਾ ਭੈਣ ਸਰਬਜੀਤ ਹੋਰਾਂ ਨੇ ਆਖਿਆ, ਕਈ ਵਾਰੀ ਜ਼ਿਆਦਾ ਵਿਵਾਦ ਨੇ ਨਾ ਜਿਹੜੇ ਉਹ ਗੋਲਕ ਨੂੰ ਪ੍ਰਧਾਨਗੀ ਨੂੰ ਲੈ ਕੇ ਹੁੰਦੇ ਨੇ, ਇਹ ਮੰਨਣਾ ਪਏਗਾ। ਠੀਕ ਹੈ, ਤੁਸੀਂ ਜਿਹੜਾ ਨਰੋਲ ਸੇਵਾ ਲਈ ਆ ਰਹੇ ਹੋ, ਸਤਿਕਾਰਤ ਹੈ, ਪਰ ਉਹਦੇ 'ਚ ਸਾਨੂੰ ਹੁਣ ਵਰਤਣਾ ਪੈਂਦਾ। ਜਿਵੇਂ ਸੁਰਿੰਦਰ ਵੀ ਕਹਿ ਦਿੰਦੇ ਨੇ ਕਿ ਲੋਕ ਤਾਂ ਭਾਈ ਵਕਾਊ ਨੇ,
ਉਹ ਕਹਿਣਾ ਇਹ ਚਾਹੀਦਾ ਕਿ ਬਹੁਤੇ ਲੋਕ ਵਕਾਊ ਨੇ, ਬਹੁਤਾ ਮੀਡੀਆ ਵਕਾਊ ਹੈ, ਕਿਉਂਕਿ ਜਦੋਂ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਨਾ ਤਾਂ ਫਿਰ ਉਹ ਤੇ ਕਿੰਤੂ ਹੋਣ ਲੱਗ ਪੈਂਦਾ ਹੈ ਨਾ। ਸੋ ਇਸ ਕਰਕੇ ਅੱਜ ਕੱਲ੍ਹ ਉਹ ਕਹਿਣ ਦਾ ਮਕਸਦ ਇਹੀ ਹੁੰਦਾ ਕਿ ਲੋਕ ਵਕਾਊ ਨੇ ਭਾਈ, ਵੋਟਰ ਵਕਾਊ ਨੇ ਭਾਈ। ਕਹਿਣ ਦਾ ਮਕਸਦ ਹੁੰਦਾ ਕਿ ਜ਼ਿਆਦਾਤਰ, ਉਹਦੇ 'ਚ ਇਹ ਹੁਣ ਉਹ ਡਿਫਾਈਨ ਕਰਨਾ ਪੈਣਾ ਕਿਉਂਕਿ ਇਸ਼ੂ ਉੱਠਣ ਲੱਗੇ ਨੇ। ਸੋ ਇਸ ਕਰਕੇ ਬਹੁਤਾ ਰੌਲਾ ਜਿਹੜਾ ਨਾ ਉਹ ਪ੍ਰਧਾਨਗੀਆਂ ਨੂੰ ਲੈ ਕੇ ਪੈਂਦਾ, ਪੈਸੇ ਨੂੰ ਲੈ ਕੇ ਪੈਂਦਾ। ਬਲਿਹਾਰ ਸਿੰਘ ਜੀ ਤੁਹਾਡੇ ਵਰਗੇ ਵਿਵੇਕ ਸਿੱਖ ਬਹੁਤ ਘੱਟ ਨੇ, ਅਦਰਵਾਈਜ਼ ਬਹੁਤਾ ਪ੍ਰਧਾਨਗੀਆਂ ਨੂੰ ਲੈ ਕੇ ਇਸੇ ਗੱਲ ਨੂੰ ਲੜਾਈ ਹੁੰਦੀ ਹੈ ਕਿ ਲਾਣੇਦਾਰੀ ਕਿਹਦੇ ਕੋਲ ਰਹੇ, ਪ੍ਰਬੰਧ ਕਿਹਦੇ ਕੋਲ ਰਹੇ। ਇਹ ਸਪਸ਼ਟ ਹੈ। ਲੰਗਰ ਦੀ ਸੇਵਾ ਕਰਨ ਲਈ ਕਿੰਨੇ ਕੁ ਪ੍ਰਧਾਨ ਉੱਥੇ ਬਣਦੇ ਨੇ, ਕਿੰਨੇ ਕੁ ਲੋਕ ਨੇ ਸਾਡੇ 'ਚੋਂ ਜਿਹੜੇ ਜਾ ਕੇ ਸਿਰਫ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਜਾਂ ਝਾੜੂ ਲਾਉਂਦੇ ਨੇ, ਮੈਨੂੰ ਦੱਸ ਦਿਓ। ਬਹੁਤ ਵਿਰਲੇ, ਬਹੁਤ ਘੱਟ, 1-2% ਮਸਾਂ ਆਉਣਗੇ, ਅਤੇ ਪ੍ਰਧਾਨਗੀ ਨੂੰ ਜਿਹਨੂੰ ਮਰਜ਼ੀ ਖੜਾ ਲਿਓ ਤੁਸੀਂ ਉੱਥੇ, ਰੋਜ਼ ਵੇਖਦੇ ਹਾਂ। ਸੋ ਇਸ ਕਰਕੇ ਜਿਹੜੀ ਚੀਜ਼ ਬਹੁਤਾਤ 'ਚ ਹੁੰਦੀ ਹੈ ਨਾ, ਉਹ ਫਿਰ ਸਾਰਿਆਂ ਨੂੰ ਕਹਿ ਦਿੱਤਾ ਜਾਂਦਾ, ਇਹ ਗੱਲ ਸਪਸ਼ਟ ਹੈ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਵਿਦਾਇਗੀ ਦਾ, ਸਵੇਰੇ 6 ਵਜੇ ਫਿਰ ਹੁੰਦੀ ਹੈ ਮੁਲਾਕਾਤ। ਤਦ ਤੱਕ ਤੁਹਾਡਾ ਅਤੇ ਸਾਡਾ ਰੱਬ ਰਾਖਾ, ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।